ਤੁਸੀਂ ਵੇਖ ਰਹੇ ਹੋ ਇਸ ਵੇਲੇ ਸਾਂਝਾ ਟੀਵੀ ਤੇ ਸਮਾਂ ਹੋ ਗਿਆ ਹੈ ਪ੍ਰੋਗਰਾਮ ਰੂਹ ਦੀਆਂ ਗੱਲਾਂ ਦਾ। ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ ਲੈ ਕੇ ਮਨਜੀਤ ਕੌਰ ਕੰਗ ਤੁਹਾਡੇ ਵਾਸਤੇ ਇੱਕ ਵਾਰੀ ਫਿਰ ਹਾਜ਼ਰ ਹੈ। ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਸਲਾਮ ਅਲੈਕਮ। ਬੱਚੇ ਸਾਡਾ ਭਵਿੱਖ ਹਨ, ਇਹ ਅਸੀਂ ਸਾਰੇ ਕਹਿੰਦੇ ਹਾਂ ਅਤੇ ਸੁਣਦੇ ਵੀ ਹਾਂ, ਪਰ ਇਹ ਸਾਡਾ ਭਵਿੱਖ ਹੈ ਜਿਹੜਾ ਇਹ ਸਹੀ ਦਿਸ਼ਾ ਵੱਲ ਲੈ ਕੇ ਅਸੀਂ ਆਪ ਜਾਣਾ ਹੁੰਦਾ ਹੈ, ਸਾਡੀ ਜ਼ਿੰਮੇਵਾਰੀ ਹੁੰਦੀ ਹੈ। ਬੇਸ਼ੱਕ ਅਸੀਂ ਪੇਰੈਂਟਸ ਦੇ ਤੌਰ 'ਤੇ ਵਿਚਰਦੇ ਹੋਈਏ, ਬੇਸ਼ੱਕ ਵੱਡੇ ਭੈਣ ਭਰਾਵਾਂ ਦੇ, ਬੇਸ਼ੱਕ ਦਾਦਾ ਦਾਦੀ, ਬੇਸ਼ੱਕ ਨਾਨਾ ਨਾਨੀ ਦੇ ਤੌਰ 'ਤੇ ਅਸੀਂ ਘਰ ਦੇ ਵਿੱਚ ਹੈਗੇ ਹਾਂ, ਸਾਡੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸਾਡੇ ਛੋਟੇ ਬੱਚਿਆਂ ਦੇ ਪ੍ਰਤੀ ਬਣਦੀਆਂ ਹੁੰਦੀਆਂ ਨੇ। ਅਸੀਂ ਉਹਨਾਂ ਜ਼ਿੰਮੇਵਾਰੀਆਂ ਨੂੰ ਕਿਵੇਂ ਪਛਾਣਦੇ ਹਾਂ, ਕਿੰਨਾ ਕੁ ਜਾਣਦੇ ਹਾਂ ਔਰ ਕਿੰਨੀ ਕੁ ਸਾਨੂੰ ਉਹਦੇ ਬਾਰੇ ਨੌਲੇਜ ਹੈ, ਇਹ ਸਾਰੀਆਂ ਗੱਲਾਂ ਕਾਊਂਟ ਹੁੰਦੀਆਂ ਨੇ ਕਿਤੇ ਨਾ ਕਿਤੇ। ਸੋ ਅੱਜ ਅਸੀਂ ਬੱਚਿਆਂ 'ਤੇ ਫੋਕਸ ਕਰਾਂਗੇ, ਬੱਚਿਆਂ ਦੇ ਬਾਰੇ ਗੱਲਬਾਤ ਲੈ ਕੇ। ਅੱਜ ਦੇ ਪ੍ਰੋਗਰਾਮ 'ਚ ਮੇਰੇ ਨਾਲ ਜਸਵੀਰ ਰੰਧਾਵਾ ਜੀ ਆਏ ਨੇ। ਭੈਣ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਜਿਹੜੇ 35 ਸਾਲ ਤੋਂ ਤਕਰੀਬਨ ਇਹ ਚਾਈਲਡ ਕੇਅਰ ਫੀਲਡ ਦੇ ਵਿੱਚ ਹੈਗੇ ਨੇ ਅਤੇ ਅਰਲੀ ਚਾਈਲਡਹੁੱਡ ਐਜੂਕੇਟਰ ਨੇ ਇਹ, ਔਰ ਵਿਸਥਾਰ ਦੇ ਵਿੱਚ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਬੱਚਿਆਂ ਦੀ ਪਰਵਰਿਸ਼ ਹੈ ਜਿਹੜੀ। ਬੇਸ਼ੱਕ ਮੈਨੂੰ ਇਹ ਵੀ ਪਤਾ ਕਿ ਅਸੀਂ ਮਾਪੇ ਹੋਣ ਦੇ ਨਾਤੇ ਅਕਸਰ ਇਹ ਗੱਲ ਹੈ ਜਿਹੜੀ ਅਸੀਂ ਮੰਨਦੇ ਹਾਂ ਅਤੇ ਕਹਿੰਦੇ ਹਾਂ, ਅਸੀਂ ਸਮਝਦੇ ਵੀ ਇਹੀ ਹਾਂ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਹੈ ਜਿਹੜੀ ਬਹੁਤ ਵਧੀਆ ਢੰਗ ਨਾਲ ਕਰਦੇ ਹਾਂ, ਪਰ ਵਧੀਆ ਖਾਣ ਪੀਣ ਹੈ, ਜਿਹੜਾ ਵਧੀਆ ਪਹਿਨਣ ਹੈ, ਜਿਹੜਾ ਵਧੀਆ ਘਰ ਬਾਰ ਹੈ, ਇਹੀ ਸਹੀ ਪਰਵਰਿਸ਼ ਨਹੀਂ ਹੁੰਦੀ। ਇਹਦੇ ਤੋਂ ਇਲਾਵਾ ਵੀ ਬਹੁਤ ਕੁਝ ਹੈ ਜਿਹੜਾ ਅਸੀਂ ਬੱਚਿਆਂ ਨੂੰ ਦੇਣਾ ਹੁੰਦਾ। ਸੋ ਮੇਰੇ ਨਾਲ ਇਹ ਐਕਸਪਰਟ ਨੇ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਆਏ ਨੇ, ਇਹਨਾਂ ਨੂੰ ਮੈਂ ਬੁਲਾਇਆ ਖਾਸ ਤੌਰ 'ਤੇ। ਭੈਣ ਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਥੈਂਕ ਯੂ, ਸਾਂਝਾ ਟੀਵੀ ਦਾ ਥੈਂਕ ਯੂ, ਜਿਹੜਾ ਤੁਸੀਂ ਕਹਿ ਚੁੱਕੇ ਇਹ ਬਹੁਤ ਇੱਕ ਮਹੱਤਵਪੂਰਨ ਵਿਸ਼ਾ ਆ ਜਿਹੜਾ ਅਸੀਂ ਕਈ ਵਾਰੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਭੁੱਲ ਜਾਂਦੇ ਹਾਂ। ਮੈਨੂੰ ਜਿਵੇਂ 35 ਸਾਲ ਹੋ ਗਏ ਨੇ ਮੈਨੂੰ ਬੱਚਿਆਂ ਨਾਲ ਅਤੇ ਫੈਮਿਲੀਜ਼ ਨਾਲ ਕੰਮ ਕਰਦੇ ਹਾਂ, ਅਤੇ ਉਹਨਾਂ 35 ਸਾਲਾਂ ਦੇ ਵਿੱਚ ਮੈਂ ਫੈਮਿਲੀਜ਼ ਅਤੇ ਬੱਚਿਆਂ ਕੋਲੋਂ ਵੀ ਬਹੁਤ ਕੁਛ ਸਿੱਖਿਆ, ਕਿਉਂਕਿ ਜੋ ਵੀ ਆਪਾਂ ਇੱਥੇ ਇਨਫੋਰਮੇਸ਼ਨ ਦੇਣੀ ਆ, ਆਪਾਂ ਇਹ ਜਾਣਕਾਰੀ ਇਸ ਹਿਸਾਬ ਨਾਲ ਨਹੀਂ ਦੇਣੀ ਕਿ ਅਸੀਂ ਬਹੁਤ ਐਕਸਪਰਟ ਹਾਂ ਅਤੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਜਿਹੜੇ ਬੱਚਿਆਂ ਨੂੰ ਰੇਜ਼ ਕਰ ਰਹੇ ਉਹ ਗਲਤ ਹੈ ਜਾਂ ਠੀਕ ਹੈ। ਆਪਾਂ ਇਨਫੋਰਮੇਸ਼ਨ ਇਹ ਦੇਣੀ ਹੈ ਕਿ ਉਹਨਾਂ ਦੀ ਜਿਹੜੀ ਸਿਆਣਪ ਹੈ ਉਹਦੇ ਉੱਤੇ ਬਿਲਡ ਕਰਨਾ, ਕਿਉਂਕਿ ਇਨਫੋਰਮੇਸ਼ਨ ਚੇਂਜ ਹੁੰਦੀ ਰਹਿੰਦੀ ਆ। ਜਦੋਂ ਆਪਾਂ ਵੱਡੇ ਹੋ ਰਹੇ ਸੀ ਇਨਫੋਰਮੇਸ਼ਨ ਬਿਲਕੁਲ ਡਿਫਰੈਂਟ ਸੀ। ਸੋ ਮੇਰੇ ਬਾਰੇ ਮੈਨੂੰ ਆਲਮੋਸਟ 38 ਸਾਲ ਹੋ ਗਿਆ ਕੈਨੇਡਾ 'ਚ ਆਈ ਨੂੰ, ਅਤੇ ਸਾਡੇ 3 ਬੱਚੇ ਆ, ਬੱਚੇ ਹੁਣ ਵੱਡੇ ਹੋਏ ਆ, 37, 35 and 30, ਅਤੇ 2 ਗ੍ਰੈਂਡ ਕਿਡਸ ਹੈ, 5 ਸਾਲ ਦੇ ਅਤੇ 2 ਸਾਲ ਦੇ। ਅਤੇ ਉਹਨਾਂ ਦੇ ਕੋਲੋਂ ਮੈਨੂੰ ਹੁਣ ਤਾਂ ਥੋੜ੍ਹਾ, ਮੈਂ ਰਿਟਾਇਰ ਹੋ ਗਈ ਸੀ ਵਿੱਚੋਂ, ਪਰ ਹੁਣ ਮੈਨੂੰ ਤਾਂ ਇੱਦਾਂ ਹੋ ਗਿਆ ਕਿ ਹੁਣ ਤਾਂ ਗ੍ਰੈਂਡ ਕਿਡਸ ਨੂੰ ਫਿਰ ਤੁਸੀਂ ਜਦੋਂ ਪਾਰਟ ਹੋਣਾ ਹੁੰਦਾ ਉਹਨਾਂ ਨੂੰ ਰੇਜ਼ ਕਰਨ ਦੇ, ਅਤੇ ਤੁਸੀਂ ਫਿਰ ਕਈ ਕੁਛ ਸਿੱਖਦੇ ਹੋ, ਅਤੇ ਫਿਰ ਤੁਹਾਨੂੰ ਪੁਰਾਣਾ ਮਟੀਰੀਅਲ ਕੱਢ ਕੇ ਬੱਚੇ ਵੀ ਤੁਹਾਨੂੰ ਪੁੱਛਦੇ ਆ, ਮੰਮਾ ਹੁਣ ਕਿੱਦਾਂ ਕਰੀਏ, ਮੰਮਾ ਆਹ ਠੀਕ ਹੈ, ਨਵੇਂ ਸਿਰਿਓਂ ਸਿੱਖਣ ਦਾ ਫਿਰ ਮੌਕਾ ਮਿਲਦਾ ਹੈ ਸਿੱਖਣ ਦਾ, ਔਰ ਤੁਸੀਂ ਬੱਚਿਆਂ ਕੋਲੋਂ ਬਹੁਤ ਕੁਛ ਸਿੱਖਦੇ ਹੋ। ਭਾਜੀ, ਪਹਿਲਾਂ ਆਪਣੇ ਬਾਰੇ ਸਾਨੂੰ ਦੱਸੋ ਵੀ ਕਿੱਥੋਂ ਕਿੱਥੋਂ ਤੁਸੀਂ ਪੜ੍ਹਾਈ ਲਿਖਾਈ ਕੀਤੀ, ਕਿੱਥੇ ਕਿੱਥੇ ਕੰਮ ਕੀਤਾ ਹੁਣ ਤੱਕ, ਅਤੇ ਹੁਣ ਤਾਂ ਇਸ ਵੇਲੇ ਸਾਡੇ ਕੋਲ ਇੱਥੇ ਸਰੀ ਸ਼ਹਿਰ ਦੇ ਵਿੱਚ ਹੈਗੇ ਹੋ ਤੁਸੀਂ, ਸਾਡਾ ਸਰਮਾਇਆ ਹੋ, ਅਤੇ ਪਰ ਪਹਿਲਾਂ ਕਿੱਥੇ ਕਿੱਥੇ ਜ਼ਿੰਦਗੀ ਗੁਜ਼ਾਰੀ? ਮੈਂ ਦੇਖੋ ਜੀ, ਪਹਿਲਾਂ ਤਾਂ ਇੰਡੀਆ ਤੋਂ 38 ਸਾਲ ਪਹਿਲਾਂ ਆਈ ਹਾਂ, ਅਤੇ ਇੰਡੀਆ 'ਚ ਮੈਂ ਮਾਸਟਰਸ ਕੀਤੇ ਹੋਏ ਸੀ, ਇੱਥੇ ਆਣ ਕੇ ਫਿਰ ਅਸੀਂ ਯੂਕੌਨ 'ਚ ਰਹੇ ਹਾਂ ਬਹੁਤ ਦੇਰ, ਵਾਈਟ ਹਾਰਸ ਯੂਕੌਨ 'ਚ, ਅਤੇ ਸਰਦਾਰ ਸਾਹਿਬ ਉੱਥੇ ਕੰਮ ਕਰਦੇ ਸੀਗੇ ਗਵਰਨਮੈਂਟ ਦੇ ਨਾਲ, ਅਤੇ ਮੈਨੂੰ ਉੱਥੇ ਸਾਨੂੰ ਅਸੀਂ ਉੱਥੇ 35-36 ਸਾਲ ਰਹੇ ਹਾਂ, ਓਕੇ, 25 ਸਾਲ ਮੈਂ ਰਹੀ ਹਾਂ, 30-35 ਸਾਲ ਹੋ ਰਹੇ ਉੱਥੇ, ਓਕੇ, ਅਤੇ ਬੱਚੇ ਉੱਥੇ ਹੀ ਪੈਦਾ ਹੋਏ, ਉੱਥੇ ਹੀ ਮੇਰਾ ਆਪਣਾ ਡੇ ਕੇਅਰ ਹੁੰਦਾ ਸੀ, ਫਿਰ ਮੈਂ ਉੱਥੋਂ ਫਿਰ ਮੈਂ ਆਣ ਕੇ ਬੱਚੇ ਮੈਂ 12 ਸਾਲ ਘਰ ਰਹੀ, 13 ਸਾਲ ਬੱਚਿਆਂ ਦੇ ਨਾਲ, ਕਿਉਂਕਿ ਇੰਡੀਆ ਦੀ ਪੜ੍ਹਾਈ ਜਿੰਨਾ ਤੁਸੀਂ ਮਰਜ਼ੀ ਕਹਿ ਲਓ ਇੱਥੇ ਤੁਹਾਡੇ ਕੰਮ ਨਹੀਂ ਆਉਂਦੀ, ਤੁਹਾਨੂੰ ਫਿਰ ਮਿਨੀਮਮ ਵੇਜ ਹੀ ਕਰਨੀ ਪੈਂਦੀ ਹੈ। ਅਸੀਂ ਫਿਰ ਇਹ ਡਿਸਾਈਡ ਕਰ ਲਿਆ ਕਿ ਚਲੋ ਮਹਾਰਾਜ ਦਾ ਦਿੱਤਾ ਸਭ ਕੁਛ ਸੀਗਾ, ਅਸੀਂ ਮੈਂ 12-13 ਸਾਲ ਘਰ ਰਹੀ, ਪਰ ਮੈਨੂੰ ਜਿੱਦਾਂ ਪਿੱਛੋਂ ਮੇਰੇ ਪਾਪਾ ਜੀ ਨੂੰ ਬਹੁਤ ਇਹ ਸ਼ੌਕ ਹੁੰਦਾ ਸੀ ਕਿ ਜਿੰਦਾ ਤੱਕ ਪੜ੍ਹਾਈ ਨਹੀਂ ਹੁੰਦੀ ਤੁਹਾਡਾ ਵਿਆਹ ਨਹੀਂ ਹੋ ਸਕਦਾ ਉਹਨਾਂ ਦੀ। ਜਦੋਂ ਮੈਂ ਇੱਥੇ ਆਈ ਅਤੇ ਜਦੋਂ 13 ਸਾਲ ਬਾਅਦ ਮੈਂ ਸੋਚਿਆ ਵੀ ਮੈਂ ਵੀ ਹੁਣ ਕੰਮ ਲੱਭਾਂ, ਅਤੇ ਮੇਰੇ ਸਰਦਾਰ ਸਾਹਿਬ ਕਹਿੰਦੇ ਵੀ ਪੜ੍ਹਾਈ ਤੋਂ ਬਗੈਰ ਤਾਂ ਕੰਮ ਨਹੀਂ ਲੱਭਣਾ ਕੋਈ ਵੀ। ਮੈਂ ਕਿਹਾ ਸਰਦਾਰ ਜੀ ਇਹ ਤਾਂ ਕੰਮ ਬਹੁਤ ਖਰਾਬ ਹੈ, ਇੰਨੇ ਸਾਲ ਇੰਡੀਆ ਹੁਣ ਇੱਥੇ ਆਣ ਕੇ। ਫਿਰ ਮੈਂ ਆਪਣੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ 2 ਸਾਲ ਦਾ ਡਿਪਲੋਮਾ ਕੀਤਾ ਯੂਕੌਨ ਕਾਲਜ ਤੋਂ। ਉਸ ਤੋਂ ਬਾਅਦ ਜਿਹੜੇ ਮੈਂ ਕੋਰਸ ਕਰਾਉਂਦੀ ਹਾਂ ਮਲਟੀਕਲਚਰਲਿਜ਼ਮ ਦੇ, ਬੱਚਿਆਂ ਨਾਲ ਕਮਿਊਨੀਕੇਟ ਕਿੱਦਾਂ ਕਰਨਾ, ਫੈਮਿਲੀਜ਼ ਨਾਲ ਕਮਿਊਨੀਕੇਟ ਕਿੱਦਾਂ ਕਰਨਾ, ਇੱਕ ਦੂਜੇ ਨਾਲ ਕਿੱਦਾਂ ਬੋਲਣਾ ਆ, ਪਰ ਮਤਲਬ ਇਹ ਆ ਕਿ ਮੈਂ ਹਾਲੇ ਤੱਕ ਵੀ ਪੜ੍ਹੀ ਜਾਂਦੀ ਹਾਂ। ਮੈਨੂੰ ਇੰਨਾ ਸ਼ੌਕ ਹੈ ਕਿ ਜਦੋਂ ਕੋਈ ਵੀ ਕੋਰਸ ਜਾਂ ਕੋਈ ਟ੍ਰੇਨਿੰਗ ਆਉਂਦਾ ਨਾ, ਮੈਂ ਕੁਛ ਵੀ ਨਾ ਕਰਾਉਣਾ ਹੋਵੇ, ਮੈਂ ਕਹਿੰਦੀ ਨਹੀਂ ਮੈਂ ਆਪਣੇ ਗ੍ਰੈਂਡ ਕਿਡਸ ਲਈ ਪੜ੍ਹ ਲਵਾਂ ਨਾ।
ਜਾਂ ਤੁਸੀਂ ਬੱਚਿਆਂ ਲਈ ਪੜ੍ਹ ਲਓ ਕਿਉਂਕਿ ਪੜ੍ਹਾਈ ਤਾਂ ਤੁਹਾਨੂੰ ਪਤਾ ਵੀ ਕਦੀ ਜ਼ਿੰਦਗੀ 'ਚ ਖਤਮ ਨਹੀਂ ਹੁੰਦੀ ਹੈ ਨਾ ਜੀ 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 ਅਤੇ ਬਾਕੀ ਹੋ ਰਿਹਾ ਵੀ ਤੁਹਾਡੀਆਂ ਫਿਰ ਜਦੋਂ ਤੁਸੀਂ ਵਲੰਟੀਅਰ ਕੰਮ ਬੜਾ ਕੀਤਾ ਅਸੀਂ ਉੱਥੇ ਵਾਈਟ ਹਾਊਸ ਵਿੱਚ ਇੱਥੇ ਵੀ ਆਣ ਕੇ ਜਿੰਨਾ ਹੋ ਸਕਿਆ 2005 ਫਿਰ ਅਸੀਂ ਇੱਥੇ ਆ ਗਏ ਅੱਛਾ ਗੱਲਾਂ ਮੈਂ ਤੁਹਾਨੂੰ ਬਹੁਤ ਪੁੱਛਣੀਆਂ ਨੇ ਬੱਚਿਆਂ ਦੇ ਸੰਬੰਧ ਦੇ ਵਿੱਚ ਇਹਦੇ ਨਾਲ ਨਾਲ ਆਪਾਂ ਜਿਹੜੇ ਆਪਣੇ ਵੇਖਣ ਅਤੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਦੱਸ ਦਈਏ ਵੀ ਜਿਹੜਾ ਟੈਲੀਫੋਨ ਨੰਬਰ ਸਕਰੀਨ 'ਤੇ ਇਸ ਵੇਲੇ ਆ ਰਿਹਾ ਹੈ ਉਹ ਆਪਣੇ ਇਸ ਫੋਨ ਦਾ ਨੰਬਰ ਹੈ ਅਤੇ ਜੇ ਬੱਚਿਆਂ ਦੇ ਸੰਬੰਧ ਦੇ ਵਿੱਚ ਬੱਚਿਆਂ ਦਾ ਬਿਹੇਵੀਅਰ ਹੈ ਜਿਹੜਾ ਪੇਰੈਂਟਸ ਦੇ ਪ੍ਰਤੀ ਜਾਂ ਬੱਚੇ ਜਿੱਦੀ ਆ ਤੇ ਬੱਚੇ ਆਖੇ ਨਹੀਂ ਲੱਗਦੇ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਤੋਂ ਮਾਪੇ ਕਈ ਵਾਰੀ ਦੁਖੀ ਵੀ ਹੋ ਜਾਂਦੇ ਸੋ ਇੱਦਾਂ ਦੇ ਜਿਹੜੇ ਤੁਹਾਡੇ ਸਵਾਲ ਨੇ ਅੱਜ ਉਹ ਤੁਸੀਂ ਜਿਹੜਾ ਨੰਬਰ ਦੇਖ ਰਹੇ ਹੋ ਸਕਰੀਨ 'ਤੇ ਉਹ ਨੰਬਰ ਡਾਇਲ ਕਰਕੇ ਪ੍ਰੋਗਰਾਮ ਦੇ ਵਿੱਚ ਆ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਿਓ ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਗੱਲ ਦਾ ਜਵਾਬ ਦੇ ਸਕੀਏ ਜੇ ਅਸੀਂ ਨਾ ਦੇ ਸਕੀਏ ਉਹਨਾਂ ਨੂੰ ਲੋੜ ਹੋਵੇ ਤਾਂ ਮੈਂ ਆਪਣਾ ਨੰਬਰ ਵੀ ਬਾਅਦ 'ਚ ਦੇ ਸਕਦੀ ਹਾਂ ਕਈ ਵਾਰੀ ਇਹ ਆ ਕੇ ਔਖਾ ਹੋ ਜਾਂਦਾ ਸਵਾਲ ਤੁਹਾਨੂੰ ਪੁੱਛਣਾ ਤੁਸੀਂ ਸੁਣਨਾ ਹੀ ਚਾਹੁੰਦੇ ਹੋ ਸਵਾਲ ਤੁਹਾਡੇ ਦਿਮਾਗ 'ਚ ਨਹੀਂ ਆਉਂਦਾ ਜਾਂ ਕਈ ਵਾਰੀ ਅਸੀਂ ਆਪਣੇ ਬੱਚਿਆਂ ਦੀਆਂ ਜਿਹੜੇ ਸਾਡੇ ਇਸ਼ੂ ਹੁੰਦੇ ਆ ਜਾਂ ਸਾਨੂੰ ਚੈਲੰਜਸ ਆਉਂਦੇ ਆ ਉਹ ਅਸੀਂ ਕਈ ਵਾਰੀ ਟੀਵੀ 'ਤੇ ਡਿਸਕਸ ਨਹੀਂ ਕਰਨਾ ਨਹੀਂ ਕਰਦੇ ਅੱਛਾ ਬੱਚਿਆਂ ਦੀ ਸਿੱਖਣ ਦੀ ਅਤੇ ਸਮਝਣ ਦੀ ਜਿਹੜੀ ਵਰੇਸ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਮਨਜੀਤ ਜੀ ਬੱਚਿਆਂ ਦੀ ਸਿੱਖਣ ਦੀ ਅਤੇ ਸਮਝਣ ਦੀ ਜਿੱਦਣ ਤੋਂ ਇੱਕ ਔਰਤ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਉਦਣ ਤੋਂ ਸ਼ੁਰੂ ਹੋ ਜਾਂਦੀ ਹੈ ਅੱਛਾ ਗਰਭ ਤੋਂ ਗਰਭ ਤੋਂ ਤੇ ਤੁਸੀਂ ਇਹ ਆ ਵੀ ਗਰਭ ਤੋਂ ਪਹਿਲਾਂ ਵੀ ਜੇ ਤੁਸੀਂ ਦੇਖੋ ਅਸੀਂ ਮਤਲਬ ਪਲੈਨਿੰਗ ਕਰਦੇ ਹਾਂ ਰਾਈਟ ਕਿ ਅਸੀਂ ਹੁਣ ਵੀ ਆਰ ਗੋਇੰਗ ਟੂ ਹੈਵ ਕਿਡਸ ਅਸੀਂ ਸਾਨੂੰ ਬੱਚੇ ਚਾਹੀਦੇ ਆ ਉਹ ਜਿਹੜੀ ਤੁਹਾਡੀ ਸੋਚਣੀ ਆ ਉਸ ਵੇਲੇ ਵੀ ਉਹ ਜਿਹੜੀ ਸੋਚਣੀ ਤੁਹਾਡੀ ਉਸ ਵੇਲੇ ਤੁਹਾਡੇ ਮਨ 'ਚ ਜਾਣੀ ਸ਼ੁਰੂ ਹੋ ਜਾਂਦੀ ਹੈ ਨਾ ਫਿਰ ਜਦੋਂ ਔਰਤ ਪ੍ਰੈਗਨੈਂਟ ਹੋ ਜਾਂਦੀ ਆ ਕਿਉਂਕਿ ਅਸੀਂ ਹੁਣ ਦੇਖਿਆ ਕਈ ਵਾਰੀ ਅਸੀਂ ਹਮੇਸ਼ਾ ਜਦੋਂ ਅਸੀਂ ਪ੍ਰੈਗਨੈਂਟ ਹੁੰਦੇ ਦੇਖੀਆਂ ਯੰਗ ਕੁੜੀਆਂ ਆਪਣੇ ਪੇਟ ਦੇ ਉੱਤੇ ਹੱਥ ਕਿਉਂਕਿ ਉਹ ਬੱਚੇ ਨੂੰ ਨਾ ਪ੍ਰੋਟੈਕਟ ਕਰ ਰਹੀਆਂ ਜੀ ਜੀ ਉਹ ਆਪਣੇ ਪੇਟ 'ਤੇ ਹੱਥ ਫੇਰਦੀਆਂ ਅਤੇ ਉਹ ਜੋ ਵੀ ਸੋਚਦੀਆਂ ਆ ਜਿੱਦਾਂ ਦਾ ਉਹਨਾਂ ਨੂੰ ਵਾਤਾਵਰਨ ਮਿਲਦਾ ਆ ਜਿੱਦਾਂ ਦਾ ਇਨਵਾਇਰਮੈਂਟ ਮਿਲਦਾ ਉਹਨਾਂ ਨੂੰ ਉਹ ਬੱਚੇ ਦੀ ਸੋਚ ਜਿਹੜੀ ਆ ਉਹ ਅੰਦਰ ਜਾਂਦੀ ਹੈ ਕਿਉਂਕਿ ਇੱਕ ਪਾਸੇ ਅਸੀਂ ਇਹ ਕਹਿੰਦੇ ਹਾਂ ਵੀ ਜਦੋਂ ਅਸੀਂ ਖਾਂਦੇ ਪੀਂਦੇ ਹਾਂ ਉਹ ਬੱਚੇ ਨੂੰ ਲੱਗਦਾ ਸਾਰਾ ਕਿਉਂਕਿ ਬੱਚਾ ਤਾਂ ਹੀ ਉਹ ਡਿਵੈਲਪ ਹੁੰਦਾ ਉਹ ਮਾਂ ਕੋਲੋਂ ਲੈ ਕੇ ਹੀ ਡਿਵੈਲਪ ਹੁੰਦਾ ਹੈ ਨਾ ਕਈ ਬੱਚਿਆਂ ਨੂੰ ਆਇਰਨ ਦੀ ਕਮੀ ਹੋ ਜਾਂਦੀ ਆ ਮਦਰ ਨੇ ਆਇਰਨ ਇਨਫ ਨਹੀਂ ਖਾਧੀ ਹੁੰਦੀ ਉਹਨੂੰ ਅਤੇ ਪਰ ਇਹ ਅਸੀਂ ਸੋਚਣਾ ਭੁੱਲ ਜਾਂਦੇ ਹਾਂ ਕਿ ਬੱਚੇ ਦਾ ਦਿਮਾਗ ਜਿਹੜਾ ਆ ਨਾ ਉਹ ਵੀ ਨਾਲ ਜਿਹੜਾ ਆ ਉਹ ਮਤਲਬ ਵੱਧ ਰਿਹਾ ਆ ਜਦੋਂ ਬੱਚਾ ਪੈਦਾ ਹੁੰਦਾ ਹੈ ਨਾ ਤੇ ਤੁਸੀਂ ਜੇ ਕਿਤੇ ਇੰਟਰਨੈਟ ਤੇ ਜਾਂ ਗੂਗਲ ਤੇ ਜਾ ਕੇ ਦੇਖੋ ਕਿ ਉਹਦੇ ਇੰਨੇ ਸੈਲਸ ਹੁੰਦੇ ਆ ਨਾ ਵਾਇਰਸ ਵਾਂਗੂ ਉਹ ਮਤਲਬ ਫਲੋਟ ਕਰਦੇ ਆ ਤੁਹਾਡੇ ਬ੍ਰੇਨ ਦੇ ਵਿੱਚ ਤੇ ਜਦੋਂ ਤੁਸੀਂ ਬੱਚੇ ਨੂੰ ਚੰਗੀਆਂ ਵਾਈਬਸ ਦਿੰਦੇ ਹੋ ਜਦੋਂ ਤੁਸੀਂ ਬੱਚੇ ਨਾਲ ਹੱਸ ਕੇ ਬੋਲਦੇ ਹੋ ਜਦੋਂ ਬੱਚਾ ਪੈਦਾ ਹੋ ਜਾਂਦਾ ਫਿਰ ਤੁਸੀਂ ਬੱਚੇ ਨਾਲ ਜਦੋਂ ਹੱਸ ਕੇ ਬੋਲਦੇ ਹਾਂ ਤੇ ਉਹ ਕਹਿੰਦੇ ਜਿਹੜੇ ਸੈੱਲ ਜਿਹੜੀਆਂ ਵਾਇਰਸ ਜੁੜਦੀਆਂ ਨਾ ਉਹ ਖੁਸ਼ੀ ਦੀਆਂ ਜੁੜਦੀਆਂ ਜਦੋਂ ਅਸੀਂ ਸਾਡਾ ਆਪਣਾ ਮਨ ਵੀ ਉਦਾਸ ਹੁੰਦਾ ਮਦਰ ਦਾ ਮਨ ਉਦਾਸ ਹੁੰਦਾ ਜਾਂ ਫਾਦਰ ਦਾ ਮਨ ਉਦਾਸ ਹੁੰਦਾ ਉਹਦੇ ਨਾਲ ਉਹ ਜਿਹੜੀਆਂ ਵਾਇਰਸ ਆ ਨਾ ਉਹ ਕਈ ਵਾਰੀ ਉਹ ਖੁਸ਼ ਨਹੀਂ ਹੁੰਦੀਆਂ ਜੀ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਈ ਵਾਰੀ ਹੁੰਦਾ ਕਿ ਇੰਨਾ ਕੁਛ ਦਿਮਾਗ 'ਚ ਹੋ ਰਿਹਾ ਅਸੀਂ ਬੱਚੇ ਦੀ ਇਹ ਦੇਖ ਲੈਂਦੇ ਕਿ ਸਾਡਾ ਬੱਚੇ ਨੂੰ ਦੇ ਕੱਪੜੇ ਵੱਡੇ ਹੋ ਗਏ ਛੋਟੇ ਹੋ ਗਏ ਸਾਡਾ ਬੱਚਾ ਹੁਣ ਵੱਡਾ ਹੋ ਰਿਹਾ ਸਾਡੇ ਬੱਚੇ ਦਾ ਕੱਦ ਇੰਨਾ ਹੋ ਗਿਆ ਪਰ ਜਿਹੜੀ ਬੱਚੇ ਦੀ ਬ੍ਰੇਨ ਹੈ ਨਾ ਅੰਦਰ ਉਹ ਡਿਵੈਲਪ ਹੋ ਰਿਹਾ ਉਹ ਕੱਦ ਨਾਲੋਂ ਵੀ ਤੇਜ਼ ਡਿਵੈਲਪ ਹੋ ਰਿਹਾ 3 ਸਾਲ ਦੀ ਉਮਰ ਤੱਕ ਜਿਹੜਾ ਬੱਚਾ ਆ ਉਹ 60-70% ਉਹਦੇ ਬ੍ਰੇਨ ਦੀ ਡਿਵੈਲਪਮੈਂਟ ਹੋ ਜਾਂਦੀ ਆ ਤੇ 5 ਸਾਲ ਤੱਕ ਤਾਂ ਮੇਰੇ ਖਿਆਲ 80-some% ਹੋ ਜਾਂਦੀ ਆ ਜੀ ਜੀ ਸੋ ਜਿਹੜੇ ਫਾਰਮੇਟਿਵ ਈਅਰ ਇਹਨਾਂ ਨੂੰ ਕਹਿੰਦੇ ਵੀ ਇਹ ਜਿਹੜੇ ਤੁਸੀਂ ਸਵਾਲ ਪੁੱਛਿਆ ਨਾ ਇਹ ਜਿਹੜੇ ਪਹਿਲੇ 5 ਸਾਲ ਹੈ ਨਾ ਇਹ ਬੱਚੇ ਦੀ ਜ਼ਿੰਦਗੀ 'ਚ ਇੰਨੇ ਜ਼ਰੂਰੀ ਆ ਨਾ ਮੁੜ ਕੇ ਤਾਂ ਅਸੀਂ 10-20% ਨਾਲ ਹੀ ਜੂਝਦੇ ਰਹਿੰਦੇ ਸਾਰੀ ਉਮਰ ਅਤੇ ਮੈਂ ਇੱਥੇ ਛੋਟੀ ਜਿਹੀ ਇੱਕ ਐਗਜ਼ਾਮਪਲ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਬੱਚੇ ਜਿਹੜੇ ਆ ਆਪਾਂ ਜਦੋਂ ਘਰ ਬਣਾਉਂਦੇ ਹਾਂ ਆਪਣੀ ਹੁਣ ਕਮਿਊਨਿਟੀ 'ਚ ਮੋਸਟਲੀ ਪੀਪਲ ਆ ਲੋਕ ਜਿਹੜੇ ਉਹ ਆਪਣਾ ਘਰ ਆਪ ਬਣਾਉਂਦੇ ਆ ਨਾ ਜਾਂ ਉਹ ਬਣਦਾ ਦੇਖਦੇ ਆ ਜਦੋਂ ਆਪਾਂ ਲੋਟ ਲੈਂਦੇ ਕੀ ਕਰਦੇ ਹਾਂ ਆਪਾਂ ਪਹਿਲਾਂ ਉਹਨੂੰ ਲੋਟ ਨੂੰ ਸਹੀ ਕਰਨ ਦੇ ਵਿੱਚ ਉਹਦੀ ਫਾਊਂਡੇਸ਼ਨ ਬਣਾਉਣ ਦੇ ਵਿੱਚ ਕਿੰਨਾ ਟਾਈਮ ਲੱਗ ਜਾਂਦਾ ਹਨਾ ਤੇ ਘਰ ਤੇ ਮੁੜ ਕੇ ਅਸੀਂ ਝੱਟ ਖੜਾ ਕਰ ਲੈਂਦੇ ਹਾਂ ਤੇ ਫਿਰ ਉਹਨੂੰ ਅੰਦਰ ਦਾ ਜਿਹੜਾ ਉਹਦਾ ਕੰਮ ਕਰਦੇ ਉਹਦੇ ਲਈ ਟਾਈਮ ਲੱਗਦਾ ਉਹ ਜਿਹੜਾ ਬੱਚਾ ਆ ਉਹਦੀ ਜਿਹੜੀ ਫਾਊਂਡੇਸ਼ਨ ਜਿਹੜੀ ਉਹ ਜਦੋਂ ਮਦਰ ਮਾਂ ਜਿਹੜੀ ਉਹ ਗਰਭਵਤੀ ਹੁੰਦੀ ਆ ਉਦੋਂ ਸ਼ੁਰੂ ਹੋ ਜਾਂਦੀ ਆ ਜਿੱਦਾਂ ਆਪਾਂ ਘਰਾਂ ਦੀ ਫਾਊਂਡੇਸ਼ਨ ਕਰਦੇ ਹਾਂ ਤੇ ਜੇ ਆਪਾਂ 5 ਸਾਲ ਤੱਕ ਉਹ ਜਿਹੜੀ ਫਾਊਂਡੇਸ਼ਨ ਨੂੰ ਉਹਨੂੰ 5 ਸਾਲ ਲੱਗਦੇ ਆ ਜਿਹੜੇ ਬੱਚਿਆਂ ਦਾ ਸਾਲ ਕਹਿ ਲਓ ਤੁਸੀਂ ਤੇ ਫਿਰ ਇੱਕਦਮ ਜਦੋਂ ਤੁਸੀਂ ਖੜੇ ਕਰਦੇ ਆ ਫਿਰ ਜਦੋਂ ਤੁਸੀਂ ਅੰਦਰੋਂ ਜਿਹੜਾ ਆ 20% ਹੈ ਜਦੋਂ ਉਹਦੇ 5 ਸਾਲ ਦੀ ਡਿਵੈਲਪਮੈਂਟ ਸੋਹਣੀ ਹੋ ਗਈ ਆ ਬੱਚੇ ਦੀ ਫਿਰ ਤਾਂ ਅੰਦਰ ਜੋ ਕੁਛ ਮਰਜ਼ੀ ਉਹਨੂੰ ਮਰਜ਼ੀ ਜਿੱਦਾਂ ਦਾ ਮਰਜ਼ੀ ਸਜਾ ਲਓ ਅੱਛਾ ਜਿਹੜੇ 5 ਸਾਲ ਨੇ ਪਹਿਲੇ ਹਾਂਜੀ ਉਦੋਂ ਸਾਡੇ ਹੁਣ ਪੰਜਾਬੀ ਮਾਪਿਆਂ ਦੇ ਮਨਾਂ ਦੇ ਵਿੱਚ ਤਾਂ ਇਹੀ ਹੁੰਦਾ ਵੀ
ਕੋਈ ਗੱਲ ਨਹੀਂ ਜੇ ਬੱਚਾ ਮਾੜੀ ਜਿਹੀ ਜਿੱਦ ਕਰਦਾ ਕੋਈ ਗੱਲ ਨਹੀਂ ਨਿਆਣਾ ਇਹ ਜੇ ਇੱਕ ਜਣਾ ਰੋਕਦਾ ਵੀ ਹੈ ਤੇ ਦੂਜਾ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਬੱਚੇ ਦੀਆਂ ਆਦਤਾਂ ਨੇ ਜਿਹੜੀਆਂ ਬੱਚੇ ਦੀ ਜਿੱਦ ਆ ਜਿਹੜੀ ਬੱਚੇ ਦਾ ਹੱਸਣਾ ਰੋਣਾ ਜਿਹੜਾ ਉਹਨਾਂ 5 ਸਾਲਾਂ 'ਚ ਤੈਅ ਹੋਣਾ ਹੁੰਦਾ ਹਾਂਜੀ ਕਾਫੀ ਕੁਝ ਹੈ ਜਿਹੜਾ ਕਈ ਵਾਰੀ ਅਸੀਂ ਕਹਿੰਦੇ ਨਾ ਵੀ ਬੱਚਾ ਜਿੱਦ ਕਰਨ ਲੱਗ ਜਾਂਦਾ ਜਿੱਦ ਉਦੋਂ ਹੀ ਕਰਦਾ ਜਦੋਂ ਪੂਰੀ ਹੋ ਜਾਂਦੀ ਹੈ ਤੇ ਉਹਦੇ ਵਿੱਚ ਕਿੱਦਾਂ ਦੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਬੱਚਾ ਜਦੋਂ ਜਿੱਦ ਕਰਦਾ ਹੈ ਨਾ ਵੀ ਚਿਲਡਰਨ ਆਰ ਪੁਸ਼ਿੰਗ ਦੇਅਰ ਲਿਮਿਟਸ ਜਦੋਂ ਉਹ ਜਿੱਦ ਕਰਦੇ ਆ ਨਾ ਤੇ ਸਾਡਾ ਇਹ ਆ ਕਿ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਗਾਈਡੈਂਸ ਦਈਏ ਉਸ ਵੇਲੇ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਮੇਰਾ ਵੱਡਾ ਗ੍ਰੈਂਡਸਨ 5 ਸਾਲ ਦਾ ਆ ਛੋਟਾ 2 ਸਾਲ ਦਾ ਆ ਜਿਹੜਾ ਛੋਟਾ ਆ ਉਹ ਇਸ ਵੇਲੇ ਪੁਸ਼ਿੰਗ ਹਿਸ ਲਿਮਿਟਸ ਕਿਉਂਕਿ ਉਹਦੇ ਨਾਲ ਬ੍ਰੇਨ ਦੀ ਡਿਵੈਲਪਮੈਂਟ ਹੋ ਰਹੀ ਹੈ ਪਰ ਉਹਨੂੰ ਇੰਨਾ ਪਤਾ ਹੈ ਕਿ ਨਾਨੀ ਮਾਂ ਦੇ ਘਰ ਜਦੋਂ ਆਉਣਾ ਜੇ ਮੇਰੇ ਗਲਾਸਿਸ ਕਿਤੇ ਪਏ ਤਾਂ ਉਹਨੇ ਮੇਰੇ ਗਲਾਸਿਸ ਨਾਲ ਨਹੀਂ ਖੇਡਣਾ 2 ਸਾਲ ਦਾ ਜਿਹੜਾ ਬੱਚਾ ਉਹਨੂੰ ਦੱਸਿਆ ਹੋਇਆ ਕਿ ਤੁਸੀਂ ਮੇਰੇ ਗਲਾਸਿਸ ਨਾਲ ਖੇਡ ਨਹੀਂ ਸਕਦੇ ਹੈ ਨਾ ਉਹ ਮੇਰੇ ਕੋਲ ਲੈ ਆਊਗਾ 5 ਸਾਲ ਦਾ ਜਿਹੜਾ ਉਹ ਆਪਣੇ ਘਰ ਉਹਨਾਂ ਨੂੰ ਇਹ ਆ ਵੀ ਆਪਣੇ ਘਰ ਅੰਦਰ ਉਹ ਭੱਜ ਲੈਂਦੇ ਆ ਆਪਣੇ ਹੁਣ ਇੱਦਾਂ ਵੀ ਬੇਸਮੈਂਟਾਂ 'ਚ ਆਪਾਂ ਇੱਕ ਦੂਜੇ ਰਿਸ਼ਤੇਦਾਰ ਭੈਣ ਭਰਾ ਵੀ ਰਹਿੰਦੇ ਹੁੰਦੇ ਆ ਉਹ ਜਦੋਂ ਸਿਆਟਲ ਤੋਂ ਇੱਥੇ ਆਉਂਦੇ ਆ ਤਾਂ ਉਹ ਕਹੂਗਾ ਵੀ ਨਾਨੀ ਮਾਂ ਦੇ ਘਰ ਦੇ ਰੂਲਸ ਜਿਹੜੇ ਉਹ ਡਿਫਰੈਂਟ ਹੈ ਅਸੀਂ ਇੱਥੇ ਰਨ ਨਹੀਂ ਕਰ ਸਕਦੇ ਉੱਪਰ ਸੋ ਬੱਚੇ ਮੈਂ ਕਹਿੰਦੀ ਇੰਨੀ ਛੇਤੀ ਸਿੱਖਦੇ ਕਿਉਂਕਿ ਅਸੀਂ ਉਹਨਾਂ ਨੂੰ ਸਿਖਾਉਂਦੇ ਹਾਂ ਜਦੋਂ ਉਹ ਜ਼ਿੱਦ ਕਰਦੇ ਆ ਨਾ ਉਹ ਬੱਚਾ ਤੁਹਾਡੇ ਨਾਲ ਕੁਛ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਉਹਨੇ ਜ਼ਿੱਦ ਕਰਨੀ ਆ ਤੇ ਅਸੀਂ ਉਹਨੂੰ ਰਸਤਾ ਦਿਖਾਉਣਾ ਰਸਤਾ ਉਹਨੂੰ ਅਸੀਂ ਇਹ ਇੱਦਾਂ ਦਿਖਾਉਣਾ ਆ ਕਿ ਤੁਸੀਂ ਬੱਚਾ ਉਸ ਵੇਲੇ ਕਹਿੰਦਾ ਆਈ ਨੀਡ ਯੂ ਮੈਨੂੰ ਤੁਹਾਡੀ ਲੋੜ ਹੈ ਜਾਂ ਕਈ ਵਾਰੀ ਬੱਚਾ ਖੇਡਦਾ ਹੁੰਦਾ ਅਸੀਂ ਖੇਡਦੇ ਬੱਚੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਅਸੀਂ ਕਹਿੰਦੇ ਖੇਡੀ ਜਾਂਦਾ ਤੇ ਜਦੋਂ ਫਿਰ ਉਹਨੇ ਖੇਡ ਕੇ ਕੋਈ ਹੋਰ ਕੰਮ ਕਰ ਦਿੱਤਾ ਮਾੜਾ ਜਿਹਾ ਤੇ ਅਸੀਂ ਫਿਰ ਆਪਣਾ ਬੋਰੀ ਬਿਸਤਰਾ ਲੈ ਕੇ ਉਹਦੇ ਮਗਰ ਪੈ ਜਾਂਦੇ ਵੀ ਤੈਨੂੰ ਤੇ ਅਕਲ ਹੀ ਹੈ ਨੀਗੀ ਜੀ ਜੀ ਜਦੋਂ ਉਹ 15-20 ਮਿੰਟ ਖੇਡਦਾ ਰਿਹਾ ਅਸੀਂ ਉਹਨੂੰ ਜਾ ਕੇ ਇੱਕ ਵਾਰੀ ਨਹੀਂ ਕਿਹਾ ਵੀ ਬੇਟੇ ਤੁਸੀਂ ਤਾਂ ਬਹੁਤ ਸੋਹਣਾ ਖੇਡਦੇ ਹੋ ਕਿਉਂਕਿ ਉਹਨਾਂ ਨੂੰ ਐਕਨੋਲੇਜਮੈਂਟ ਚਾਹੀਦੀ ਆ ਉਹਨਾਂ ਨੂੰ ਇਨਕਰੇਜਮੈਂਟ ਚਾਹੀਦੀ ਆ ਇੱਕ ਜਿਹੜੀ ਮੈਂ ਬਹੁਤ ਜ਼ਰੂਰੀ ਗੱਲ ਇੱਥੇ ਕਰਨਾ ਚਾਹੁੰਦੀ ਹਾਂ ਕਿ ਅਸੀਂ ਤੁਸੀਂ ਇਹ ਦੇਖਣਾ ਕਿ ਜਿੱਦਾਂ 5 ਸਾਲ ਦਾ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਵੀ ਅਸੀਂ ਕਿਉਂ ਪਹਿਲੇ 5 ਸਾਲ 'ਚ ਕਰਨਾ ਚਾਹੀਦਾ ਸਾਨੂੰ 5 ਸਾਲ ਦੇ ਨਾਲ ਤੁਸੀਂ ਹੁਣ 5 ਸਾਲ ਨਾਲ ਦੇਖੋ ਤੁਸੀਂ ਇਹ ਦੇਖੋ ਕਿ ਅੱਜ ਤੋਂ 20 ਸਾਲ ਬਾਅਦ ਤੁਹਾਨੂੰ ਆਪਣੇ ਬੱਚੇ ਨਾਲ ਕਿੱਦਾਂ ਦਾ ਰਿਸ਼ਤਾ ਚਾਹੀਦਾ ਜਦੋਂ ਤੁਸੀਂ ਆਪਣੇ ਬੱਚੇ ਨੂੰ ਪ੍ਰੋਟੈਕਟ ਕਰਦੇ ਹੋ ਬੱਚੇ ਨੂੰ ਗਾਈਡ ਕਰਦੇ ਹੋ ਬੱਚਿਆਂ ਨੂੰ ਡਿਸਿਪਲਿਨ ਚਾਹੀਦਾ ਹੁੰਦਾ ਅੱਛਾ ਮੇਰਾ ਸਵਾਲ ਤੁਹਾਡੀ ਗੱਲ ਦੇ ਵਿੱਚ ਹੀ ਹੈ ਜਿੱਦ ਜਦੋਂ ਬੱਚਾ ਪਹਿਲਾਂ ਜਦੋਂ ਜਿੱਦ ਕਰਨ ਲੱਗਦਾ ਉਹਦਾ ਵੀ ਕਾਰਨ ਹੁੰਦਾ ਉਹਦਾ ਕਾਰਨ ਹੁੰਦਾ ਕਿਉਂਕਿ ਜਿਹੜਾ ਛੋਟਾ ਬੱਚਾ ਹੁਣ ਰੋਂਦਾ ਹੈ ਰਾਈਟ ਬੱਚਾ ਜਿਹੜਾ ਉਹ ਪਹਿਲੇ ਦਿਨ ਤੋਂ ਹੀ ਤੁਹਾਡੇ ਨਾਲ ਜਿਹੜਾ ਬਿਹੇਵੀਅਰ ਹੈ ਨਾ ਬੱਚੇ ਦਾ ਉਹ ਤੁਹਾਡੇ ਨਾਲ ਕਮਿਊਨੀਕੇਟ ਤੁਹਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਉਹ ਜੇ ਹੁਣ ਬੱਚਾ ਜਿੱਦ ਕਰੀ ਜਾਂਦਾ ਵੀ ਮੈਂ ਆਹ ਚੀਜ਼ ਲੈਣੀ ਆ ਤੁਸੀਂ ਬੱਚੇ ਨੂੰ ਰੀਡਾਇਰੈਕਟ ਕਰ ਦਿਓ ਆਪਾਂ ਉੱਥੇ ਬੈਠੇ ਰਹਿੰਦੇ ਹਾਂ ਨਹੀਂ ਲੈਣੀ ਤੂੰ ਤੈਨੂੰ ਨਹੀਂ ਦੇਣੀ ਤੈਨੂੰ ਪਤਾ ਨਹੀਂ ਹੈ ਉਹਨੂੰ ਬੱਚੇ ਨੂੰ ਤੁਸੀਂ ਚੁੱਕ ਕੇ ਦੂਸਰੇ ਪਾਸੇ ਲੈ ਜਾਓ ਹੁਣ 2 ਸਾਲ ਦੇ ਬੱਚੇ ਨੂੰ ਉਸੇ ਵੇਲੇ ਉਹਦਾ ਬ੍ਰੇਨ ਉਹਦਾ ਧਿਆਨ ਕਿਸੇ ਹੋਰ ਪਾਸੇ ਪਾਏ ਪਰ ਅਸੀਂ ਕਹਿੰਦੇ ਹਾਂ ਵੀ ਜੇ ਸਾਡਾ ਕੋਈ ਟੀਵੀ ਦਾ ਸ਼ੋਅ ਲੱਗਾ ਹੈ ਜਾਂ ਅਸੀਂ ਕੋਈ ਕੋਈ ਕੰਮ ਕਰ ਰਹੇ ਹਾਂ ਜਾਂ ਅਸੀਂ ਫੋਨ ਦੇ ਉੱਤੇ ਲੱਗੇ ਹਾਂ ਫਿਰ ਦਬਕਾ ਮਾਰ ਕੇ ਬਿਠਾ ਦਿੰਦੇ ਹਾਂ ਬੱਚਿਆਂ ਨੂੰ ਅਸੀਂ ਮਿਕਸਡ ਮੈਸੇਜਸ ਬਹੁਤ ਦਿੰਨੇ ਆ ਜਦੋਂ ਤਾਂ ਅਸੀਂ ਬਿਜ਼ੀ ਹੁੰਨੇ ਆ ਅਸੀਂ ਕਹਿੰਨੇ ਕੋਈ ਨਹੀਂ ਕਰ ਲਾ ਜਦੋਂ ਅਸੀਂ ਨਹੀਂ ਬਿਜ਼ੀ ਹੁੰਦੇ ਅਸੀਂ ਕਹਿੰਨੇ ਆ ਵੀ ਨਹੀਂ ਤੂੰ ਇਹ ਕੰਮ ਨਹੀਂ ਕਰ ਸਕਦਾ ਬੱਚੇ ਆ ਟ੍ਰਾਈਂਗ ਟੂ ਕਮਿਊਨੀਕੇਟ ਵਿਦ ਯੂ ਬੱਚਿਆਂ ਦੀ ਕਮਿਊਨੀਕੇਸ਼ਨ ਜਿਹੜੀ ਆ ਉਹ ਜਦੋਂ ਛੋਟਾ ਹੁੰਦਾ ਰੋਣਾ ਜਦੋਂ ਬੱਚੇ ਦਾ ਹੁਣ ਡਾਇਪਰ ਗੰਦਾ ਹੁੰਦਾ ਜੀ ਜੀ ਤੇ ਤੁਸੀਂ ਇਹ ਦੇਖਦੇ ਆ ਵੀ ਇਹ ਬੱਚਾ ਅਸੀਂ ਦੇਖਦੇ ਇਹਦਾ ਡਾਇਪਰ ਤਾਂ ਨਹੀਂ ਇਹ ਭੁੱਖਾ ਤਾਂ ਨਹੀਂ ਇਹਨੂੰ ਗੈਸ ਤਾਂ ਨਹੀਂ ਹੋਈ ਜਾਂ ਇਹਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ ਦੁੱਧ ਤਾਂ ਨਹੀਂ ਚਾਹੀਦਾ ਉਹ ਤੁਹਾਨੂੰ ਰੋ ਕੇ ਦੱਸਦਾ ਹਨਾ ਤੇ ਜੇ ਤੁਸੀਂ ਅਸੀਂ ਕਹਿੰਦੇ ਆ ਹੁਣ ਡਾਇਪਰ ਚੇਂਜ ਕਰ ਦਿੰਦੇ ਆ ਜੇ ਫੇਰ ਵੀ ਹੈ ਫੇਰ ਹੋ ਸਕਦਾ ਵੀ ਕਈ ਵਾਰੀ ਬੱਚੇ ਨੂੰ ਮੈਡੀਕਲ ਰੀਜ਼ਨ ਹੁੰਦੇ ਆ ਪਰ ਬੱਚਾ ਜਿਹੜਾ ਆ ਉਹਦਾ ਕਦੀ ਵੀ ਕਿਸੇ ਗੱਲ ਦੇ ਵਿੱਚ ਕਸੂਰ ਨਹੀਂ ਹੁੰਦਾ ਮੈਂ ਇਸ ਹਿਸਾਬ ਨਾਲ ਕਹਿੰਦੀ ਆ ਕਿ ਕਾਰਨ ਹੁੰਦਾ ਕੋਈ ਨਾ ਕਾਰਨ ਹੁੰਦਾ ਕੋਈ ਨਾ ਕੋਈ ਉਹਦੇ ਸਾਨੂੰ ਬੱਚਾ ਕਹਿੰਦਾ ਆ ਵੀ ਆਲਵੇਜ਼ ਬੀ ਬਿਗਰ ਵਾਈਜ਼ਰ ਐਂਡ ਕਾਈਂਡ ਟੂ ਮੀ ਬਟ ਟੇਕ ਚਾਰਜ ਐਜ਼ ਏ ਪੇਰੈਂਟ ਸਾਡੀ ਰਿਸਪੋਂਸੀਬਿਲਿਟੀ ਆ ਕਿ ਅਸੀਂ ਆਪਣੇ ਬੱਚੇ ਨੂੰ ਕਿਹੜੇ ਰਾਹ 'ਤੇ ਤੋਰਨਾ ਮਨਜੀਤ ਜੀ ਭਾਵੇਂ ਕੋਈ ਮੰਨੇ ਜਾਂ ਨਾ ਮੰਨੇ ਬੱਚੇ ਤੁਹਾਡਾ ਆਪਣਾ ਮਿਰਰ ਹੈ ਚਿਲਡਰਨ ਲਰਨ ਵੜਦੇ ਲਿਵ ਜਿੱਦਾਂ ਦੇ ਉਹ ਘਰ ਦੇ ਇਨਵਾਇਰਮੈਂਟ 'ਚ ਰਹਿੰਦੇ ਆ ਉਹਨਾਂ ਨੇ ਉੱਦਾਂ ਦੇ ਹੀ ਬਣਨਾ ਆ ਜੇ ਉਹਨਾਂ ਨੂੰ ਬਾਹਰ ਜਾ ਕੇ ਕਿਸੇ ਗੱਲ ਦੀ ਪ੍ਰੋਬਲਮ ਵੀ ਆਉਂਦੀ ਹੈ ਨਾ ਉਹਨਾਂ ਨਾਲ ਇੱਦਾਂ ਦਾ ਰਿਲੇਸ਼ਨਸ਼ਿਪ ਬਣਾਓ ਕਿ ਤੁਹਾਡੇ ਨਾਲ ਆਣ ਕੇ ਗੱਲ ਕਰ ਸਕਣ ਕਿ ਆਈ ਸਕਰੂਡ ਅਪ ਹੁਣ ਸਾਡਾ ਬੱਚਾ ਸਾਨੂੰ ਆਣ ਕੇ ਕਹਿ ਦੇਵੇ ਆਈ ਜਸਟ ਸਕਰੂਡ ਅਪ ਆਈ ਨੀਡ ਯੋਰ ਹੈਲਪ ਆਪਾਂ ਕੀ ਕਰਾਂਗੇ ਆਪਾਂ ਤਾਂ ਕਹਿਣਾ ਵੀ ਤੂੰ ਤਾਂ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਤੀ ਤੂੰ ਤਾਂ ਮੇਰੀ ਇੰਨੀ ਬੇਇੱਜ਼ਤੀ ਕਰ ਦਿੱਤੀ ਨਾ ਕਿ ਮੈਨੂੰ ਹੁਣ ਲੋਕੀ ਕੀ ਕਹਿਣਗੇ ਵੀ ਤੂੰ ਪੁੱਠਾ ਕੰਮ ਕਰਕੇ ਆਈ ਆ ਜਾਂ ਆਇਆ ਆ ਇਹ ਜਿਹੜਾ ਅਸੀਂ ਬਿਲਡ ਰਿਲੇਸ਼ਨਸ਼ਿਪ ਬੱਚੇ ਨਾਲ ਬਿਲਡ ਕਰਨ ਦੇ ਵਿੱਚ ਬਹੁਤ ਟਾਈਮ ਲਾ ਦਿੰਦੇ ਹਾਂ ਹਾਲਾਂਕਿ ਸਾਨੂੰ ਸਮਝਣਾ ਇਹ ਚਾਹੀਦਾ ਵੀ ਕਿਉਂ ਹੋ ਗਿਆ ਕਿਉਂ ਹੋ ਗਿਆ ਜਿਹੜਾ ਬੱਚੇ ਨਾਲ ਟਰੱਸਟ ਹੈ ਹੁਣ ਤੁਸੀਂ ਕਿਸੇ ਵੀ ਰਿਲੇਸ਼ਨਸ਼ਿਪ ਦੇਖ ਲਓ ਬੱਚਾ ਇੱਕ ਛੋਟਾ ਜਿਹਾ ਆ ਬਹੁਤ ਛੋਟਾ ਆ ਉਹਨੂੰ ਕੀ ਚਾਹੀਦਾ ਮਾਂ ਪਿਓ ਦੇ ਕੋਲੋਂ
ਪਿਆਰ ਚਾਹੀਦਾ, ਟਰਸਟ ਚਾਹੀਦਾ, ਪ੍ਰੋਟੈਕਸ਼ਨ ਚਾਹੀਦੀ ਆ ਨਾ, ਅਟੈਚਮੈਂਟ ਚਾਹੀਦੀ ਆ ਉਹਨੂੰ। ਤੇ ਜੇ ਤੁਹਾਨੂੰ ਉਹ ਹੁੰਦੀ ਆ ਤੇ ਫਿਰ ਵੀ ਤੁਸੀਂ ਦੇਖ ਲਓ, ਨਾਨੀ ਨਾਨੀ ਜਾਂ ਨਾਨੀ ਨਾਨਾ ਜੀ ਹੋਣ ਜਾਂ ਦਾਦੀ ਦਾਦਾ ਜੀ ਹੋਣ, ਅਸੀਂ ਜਿੰਨੀ ਮਰਜ਼ੀ ਬੱਚਿਆਂ ਦੇ ਲੁੱਕ ਆਫਟਰ ਕਰ ਲਈਏ, ਜਿਹੜੀ ਉਹਦੀ ਮਾਂ ਪਿਓ ਨਾਲ ਅਟੈਚਮੈਂਟ ਹੈ ਨਾ, ਜਦੋਂ ਮਾਂ ਪਿਓ ਕੰਮ ਤੋਂ ਆਉਂਦੇ ਆ ਤੇ ਬੱਚਾ ਭੱਜਾ ਆਪਣੇ ਮਾਂ ਪਿਓ ਦੇ ਕੋਲ ਜਾਂਦਾ ਹੈ ਨਾ, ਭਾਵੇਂ ਤੁਸੀਂ ਸਾਰਾ ਦਿਨ ਉਸ ਬੱਚੇ ਦੀ ਲੁੱਕ ਆਫਟਰ ਕਰਦੇ ਆ। ਅੱਛਾ, ਪਰਵਰਿਸ਼ ਆ ਜਿਹੜੀ ਇਹ ਸਹੀ ਤੇ ਗਲਤ ਵੀ ਹੁੰਦੀ ਆ? ਪਰਵਰਿਸ਼ ਤਾਂ ਹੁਣ ਆਪਣੇ ਵੱਲੋਂ ਤਾਂ ਮਾਪੇ ਸਾਰੇ ਸਹੀ ਕਰਦੇ ਆ, ਹਾਂਜੀ, ਤੇ ਇਹਦੇ 'ਚ ਦਾਦਾ ਦਾਦੀ ਤੇ ਨਾਨਾ ਨਾਨੀ ਦਾ ਰੋਲ ਆ ਜਿਹੜਾ ਕੀ ਅਹਿਮ ਮੰਨਿਆ ਜਾ ਸਕਦਾ? ਬਹੁਤ ਅਹਿਮ ਜੀ, ਕਿਉਂਕਿ ਸਾਡੇ ਕੋਲ, ਮੈਂ ਕਰਦੀ ਹਾਂ ਕਿਉਂਕਿ ਮੈਂ ਦਾਦੀ ਨਾਨੀ ਨਾਨੀ ਹਾਂ, ਇਸ ਕਰਕੇ ਮੈਂ ਕਰਦੀ ਕਿ ਇਹਨਾਂ ਜਿਹੜੇ ਦਾਦੀ ਦਾਦਾ ਨਾਨੀ ਨਾਨਾ ਜੀ ਆ, ਉਹਨਾਂ ਦੇ ਕੋਲ ਉਹ ਇੱਕ ਗੁਣਾਂ ਦੀ ਗੁਥਲੀ ਆ। ਤੁਸੀਂ ਉਹਨਾਂ ਨੂੰ ਬੈਠ ਕੇ, ਪਰ ਤੁਸੀਂ ਯੂ ਹੈਵ ਟੂ ਬੀ ਔਨ ਵਨ ਪੇਜ, ਇੱਕ ਪੇਜ ਦੇ 'ਤੇ ਆ ਵੀ ਆਪਣੇ ਬੱਚੇ ਨੂੰ ਪੁੱਛੋ। ਹੁਣ ਸਾਡੇ, ਅਸੀਂ ਹੁਣ ਆਪਣੇ ਆਪਣੇ ਗ੍ਰੈਂਡਸਨ ਕੋਲ ਰਹਿ ਜਾ ਕੇ ਸਕੈਟਲ ਕਾਫੀ ਦੇਰ, ਅਤੇ ਮੈਨੂੰ ਹਮੇਸ਼ਾ ਇਹ ਹੁੰਦੀ ਕਿ ਆਪਣੀ ਬੇਟੀ ਅਤੇ ਆਪਣੇ ਜਵਾਈ ਨਾਲ, ਸਾਨੂੰ ਨਾਲ ਗੱਲ ਕਰਕੇ ਵੀ ਤੁਸੀਂ ਕਿਹੜੀਆਂ ਕਿਹੜੀਆਂ ਗੱਲਾਂ 'ਤੇ ਇਸ ਵੇਲੇ ਵਰਕ ਕਰ ਰਹੇ ਹੋ। ਨਹੀਂ, ਇਹ ਤਾਂ ਤੁਸੀਂ ਆਪਣੇ ਪਰਿਵਾਰ ਦੀ ਗੱਲ ਕਰ ਰਹੇ ਹੋ ਨਾ, ਤੁਹਾਨੂੰ ਤੁਹਾਨੂੰ ਤਾਂ ਗਿਆਨ ਹੈ ਇਸ ਗੱਲ ਦਾ। ਜੇ ਅਸੀਂ ਜਨਰਲ ਗੱਲ ਕਰਨੀ, ਜਨਰਲ ਗੱਲ ਮੈਂ ਇਹੀ ਕਰਦੀ ਹਾਂ ਨਾ ਕਿ ਜੇ ਤੁਸੀਂ ਦਾਦੀ ਦਾਦਾ ਜਾਂ ਨਾਨੀ ਨਾਨਾ ਬੱਚੇ ਦੀ ਪਰਵਰਿਸ਼ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ, ਫਿਰ ਤੁਸੀਂ ਬੱਚੇ ਆਪਣੇ ਨਾਲ ਬੈਠ ਕੇ ਗੱਲ ਕਰੋ ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ, ਕਿਉਂਕਿ ਜਿਹੜੇ ਯੰਗ ਬੱਚੇ ਆ ਮਨਜੀਤ ਜੀ, ਉਹਨਾਂ ਕੋਲ ਨਵੀਂ ਇਨਫੋਰਮੇਸ਼ਨ ਹੈ ਨਾ, ਉਹ ਆਪਣੇ ਬੱਚੇ ਨੂੰ ਆਪਣੇ ਤਰੀਕੇ ਨਾਲ ਰੇਜ਼ ਕਰਨਾ ਚਾਹੁੰਦੇ ਆ। ਤਾਂ ਮਾਂ ਪਿਓ ਜਿਹੜੇ ਜਿਹੜੇ ਗ੍ਰੈਂਡ ਪੇਰੈਂਟਸ ਹੈ, ਉਹਨਾਂ ਦਾ ਫਰਜ਼ ਇਹ ਆ ਕਿ, ਜਾਂ ਅਸੀਂ ਜਾਂ ਬੱਚਿਆਂ ਦਾ ਫਰਜ਼ ਵੀ ਇਹ ਆ ਕਿ ਅਸੀਂ ਆਹ ਚੀਜ਼ਾਂ ਜਿਹੜੀਆਂ ਬੈਠ ਕੇ ਰੂਲਸ ਬਣਾਓ। ਹੁਣ ਸਾਨੂੰ ਇਹ ਸਿਖਾਉਂਦੇ ਜਦੋਂ ਅਸੀਂ ਕੋਰਸਿਸ ਕਰਦੇ ਹਾਂ ਕਿ ਤੁਸੀਂ ਰੂਲਸ ਬਣਾਓ ਘਰ ਦੇ ਵਿੱਚ ਕਿ ਅਸੀਂ ਆਹ ਕੰਮ ਜਿਹੜਾ ਆ ਇਹ ਬੱਚੇ ਨਾਲ ਕਰਨਾ, ਆਹ ਕੰਮ ਜਿਹੜਾ ਅਸੀਂ ਬੱਚੇ ਨਾਲ ਨਹੀਂ ਕਰਨਾ। ਜਦੋਂ ਸਾਡੀ ਇਹ ਰੂਲਸ ਜਿਹੜੀ ਆ ਇਹ ਬੇਸਿਕਲੀ ਕਮਿਊਨੀਕੇਸ਼ਨ ਆ ਨਾ। ਫਿਰ ਦੂਸਰਾ, ਅਸੀਂ ਸਭ ਤੋਂ ਜ਼ਿਆਦਾ ਜਿਹੜੀ ਗੱਲ ਇਹ ਹੁੰਦੀ ਆ ਕਿ ਜਦੋਂ ਮਾਂ ਪਿਓ ਆਉਂਦੇ ਨੇ ਕੰਮ ਤੋਂ ਜਾਂ ਘਰ 'ਚ ਹੁੰਦੇ ਨੇ, ਜਦੋਂ ਬੱਚੇ ਨੂੰ ਕੁਛ ਕਹਿੰਦੇ ਆ ਤਾਂ ਗ੍ਰੈਂਡ ਪੇਰੈਂਟਸ, ਸਾਨੂੰ ਬਹੁਤ ਔਖਾ ਗ੍ਰੈਂਡ ਪੇਰੈਂਟਸ ਨੂੰ ਲੱਗਦਾ ਵੀ ਚੁੱਪ ਕਰਕੇ ਬਹਿਣਾ। ਅਸੀਂ ਕਹਿੰਦੇ ਵੀ ਸਾਨੂੰ, ਅਸੀਂ ਤਾਂ ਹੁਣ ਦੱਸਣਾ ਹੀ ਆ ਵੀ ਕਿੱਦਾਂ ਬੱਚੇ ਨੂੰ, ਹੈ ਨਾ। ਉਹ ਫਿਰ ਬੱਚੇ ਨੂੰ ਅਸੀਂ ਮਿਕਸਡ ਮੈਸੇਜ ਦਿੰਦੇ ਹਾਂ। ਤੁਸੀਂ ਜਦੋਂ ਮਾਂ ਪਿਓ ਕੋਈ ਕਹਿ ਰਹੇ ਹੁੰਦੇ ਆ ਕਿ ਤੁਸੀਂ ਆਹ ਕੰਮ ਬੇਟਾ ਨਾ ਕਰੋ, ਹੈ ਨਾ, ਜਾਂ ਉਹਨੂੰ ਰੀਜ਼ਨ ਦੇ ਰਹੇ ਹੁੰਦੇ ਤੁਸੀਂ ਕਿਉਂ ਨਹੀਂ ਕਰਨਾ, ਤੇ ਜੇ ਜਿਹੜੇ ਗ੍ਰੈਂਡ ਪੇਰੈਂਟਸ ਆ ਉਹ ਆਣ ਕੇ ਇੰਟਰਵਿਊ ਉਹ ਕਰਦੇ 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 ਉਹਦੇ ਨਾਲ ਬੱਚੇ ਜਿਹੜੇ ਉਹ ਵਿਗੜਦੇ ਆ, ਜਾਂ ਜਦੋਂ ਹੁਣ ਗ੍ਰੈਂਡ ਪੇਰੈਂਟਸ ਆ ਜੀ ਉਹ ਸਾਰਾ ਦਿਨ ਘਰ ਆ ਬੱਚੇ ਦੇ ਨਾਲ, ਜੇ ਉਹ ਕਿਸੇ ਚੀਜ਼ ਤੋਂ ਬੱਚੇ ਨੂੰ ਡਿਸਿਪਲਨ ਜਿਹੜਾ ਉਹ ਚੰਗੀ ਤਰ੍ਹਾਂ ਕਰ ਰਹੇ ਆ, ਮਾਰਨਾ ਕੁੱਟਣਾ ਤੇ ਇਟਸ ਨੋਟ ਐਕਸੈਪਟੇਬਲ, ਇਮੋਸ਼ਨਲ ਚੀਜ਼ ਜਿਹੜੀ ਤੁਸੀਂ ਬੱਚੇ ਨੂੰ, ਤੁਸੀਂ ਇਹ ਨਹੀਂ ਕਹਿ ਸਕਦੇ ਤੂੰ ਆਪਣੇ ਮਾਂ ਵਰਗਾ ਹੀ ਆ, ਤੂੰ ਆਪਣੇ ਪਿਓ ਵਰਗਾ ਹੀ ਆ, ਜਦੋਂ ਆਪਣੇ ਮਤਲਬ ਪਰ ਆਪਣੇ ਕਹਿੰਦੇ ਆ ਇਹ ਇਮੋਸ਼ਨਲ ਬਲੈਕਮੇਲ ਆ। ਹਾਂ, ਜੇ ਘਰ ਦੇ ਵਿੱਚ ਨੂੰਹ ਨਹੀਂ ਪਸੰਦ ਹਾਂਜੀ ਸੱਸ ਨੂੰ, ਤੇ ਫਿਰ ਉਹ ਮਾਂ ਦਾ ਹਵਾਲਾ ਦੇ ਕੇ ਗੱਲ ਹੋਣੀ ਆ ਵੀ ਤੂੰ, ਤੇਰੀਆਂ ਆਦਤਾਂ ਮਾਂ ਵਰਗੀਆਂ ਨੇ। ਉਹ ਦੂਸਰੇ ਪਾਸੇ ਵੀ ਹੋ ਜਾਂਦੀ, ਜੇ ਸੱਸ ਨਾ ਪਸੰਦ ਹੋਵੇ ਤਾਂ ਫਿਰ ਉਹਨਾਂ ਨੇ ਹਵੇ ਤੂੰ ਦਾਦੀ ਦੇ ਚਲਿਆ ਗਿਆ, ਦਾਦੀ ਦੇ ਚਲਿਆ ਗਿਆ ਜਾਂ ਨਾਨੀ ਦੇ ਚਲਿਆ ਗਿਆ। ਸੋ ਇਹਦੇ ਨਾਲ ਇਹ ਹੁੰਦਾ ਵੀ ਜੇ ਹੁਣ ਗ੍ਰੈਂਡ ਪੇਰੈਂਟਸ ਵੀ ਜਿਹੜੇ ਬੱਚਿਆਂ ਦੀ ਲੁੱਕ ਆਫਟਰ ਕਰਦੇ ਆ ਨਾ। ਅੱਛਾ, ਇੱਥੇ ਇਹ ਆ ਵੀ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ? ਨਹੀਂ, ਕੰਪੈਰੀਜ਼ਨ ਬੱਚਾ ਫਿਰ ਕੰਪੈਰੀਜ਼ਨ ਕਰਨਾ ਸਿੱਖਦਾ ਨਾ। ਹੁਣ ਤੁਸੀਂ ਆਪਣੀ ਕਮਿਊਨਿਟੀ 'ਚ, ਆਪਣੀ ਕਮਿਊਨਿਟੀ ਨਹੀਂ, ਤੁਸੀਂ ਹੁਣ ਆਪਣੀ ਕਮਿਊਨਿਟੀ 'ਚ ਆਪਾਂ ਨੂੰ ਆਪਣੀ ਕਮਿਊਨਿਟੀ ਦਾ ਜ਼ਿਆਦਾ ਪਤਾ ਹੁੰਦਾ। ਆਪਾਂ ਨੂੰ ਹੁਣ ਤੁਸੀਂ ਬਾਹਰ ਜਾਂਦੇ ਹੋ ਕਿਤੇ ਨਾ, ਤੁਹਾਨੂੰ ਕੋਈ ਕਹੂਗਾ ਤੂੰ ਮੋਟੀ ਹੋ ਗਈ, ਤੂੰ ਪਤਲੀ ਹੋ ਗਈ, ਤੂੰ ਕਾਲਾ ਹੋ ਗਿਆ, ਤੂੰ ਗੋਰਾ ਹੋ ਗਿਆ, ਹੈਂ, ਤੈਨੂੰ ਆਹ ਚੀਜ਼ ਸੂਟ ਨਹੀਂ ਕਰਦੀ, ਤੂੰ ਆਪਣੇ ਵਾਲ ਚਿੱਟੇ ਆ, ਤੇਰੇ ਵਾਲ ਕਾਲੇ ਆ, ਤੁਸੀਂ ਮਤਲਬ ਅਸੀਂ ਨੈਗੇਟਿਵ ਚੀਜ਼ਾਂ ਦੇ ਉੱਤੇ ਉਹ ਬੱਚੇ ਸਾਨੂੰ ਦੇਖੀ ਜਾਂਦੇ ਆ, ਜਾਂ ਅਸੀਂ ਫੋਨ ਰੱਖ ਕੇ ਫੋਨ ਕਿਸੇ ਨਾਲ ਕਰਦੇ ਹਾਂ ਜੀ ਜੀ, ਤੇ ਫੋਨ ਦੇ ਉੱਤੇ ਤਾਂ ਅਸੀਂ ਬੜੇ ਖੁਸ਼ ਹਾਂ, ਤੇ ਫੋਨ ਰੱਖ ਕੇ ਫਿਰ ਅਸੀਂ ਕਹਿੰਦੇ ਹਾਂ ਮੇਰਾ ਸਿਰ ਖਾ ਲਿਆ। ਉਹ ਬੱਚਾ ਕਹਿੰਦਾ ਵੀ ਜਦੋਂ ਤੁਸੀਂ ਹੱਸ ਕੇ ਗੱਲ ਕਰਦੇ ਸੀ ਉਦੋਂ ਸਹੀ ਸੀ, ਕਹਿੰਦੇ ਉਹਨੇ ਬੜੇ ਸਮਾਰਟ ਆ ਵੀ ਸਾਡੇ। ਹਾਂ, ਇਹ ਵੈਸੇ ਦੋਗਲੀ ਨੀਤੀ ਹੈ ਨਾ ਜਿਹੜੀ, ਦੋਗਲੀ ਨੀਤੀ ਇਹ ਬੱਚਿਆਂ ਨੂੰ ਬਹੁਤ ਕਨਫਿਊਜ਼ ਕਰਦੀ ਹੈ। ਜਿਹੜੇ ਇੱਥੋਂ ਦੇ ਬੱਚੇ ਆ ਨਾ ਮਨਜੀਤ ਜੀ, ਉਹ ਬੜੇ ਓਨੈਸਟ ਸਟ੍ਰੇਟ ਫਾਰਵਰਡ ਆ, ਕਿਉਂਕਿ ਫਿਰ ਉਹ ਜਦੋਂ ਦੋਗਲੀ ਨੀਤੀ ਘਰ ਤੋਂ ਸ਼ੁਰੂ ਹੁੰਦੀ ਆ ਨਾ, ਫਿਰ ਉਹ ਦੋਗਲੀ ਨੀਤੀ ਸਕੂਲਾਂ 'ਚ ਜਾ ਕੇ ਵੀ ਜਾਂਦੀ ਹੈ ਨਾ। ਬੱਚਿਆਂ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਜਾਂਦਾ ਜਦੋਂ ਬੱਚੇ ਸਕੂਲੋਂ ਬਾਹਰ ਜਾਂਦੇ ਆ। ਉਹ ਕਹਿੰਦੇ ਜੇ ਸਾਡੇ ਮਾਂ ਪਿਓ ਇੱਦਾਂ ਕਰ ਸਕਦੇ, ਅਸੀਂ ਕਿਉਂ ਨਹੀਂ ਕਰ ਸਕਦੇ। ਬਾਹਰ ਜਾ ਕੇ ਉਹ ਬਾਹਰਦਿਆਂ ਦੇ ਬਣ ਜਾਂਦੇ, ਘਰ ਆਣ ਕੇ ਉਹ ਘਰਦਿਆਂ ਦੇ ਬਣ ਜਾਂਦੇ ਆ, ਫਿਰ ਉਹ ਕਿਸੇ ਪਾਸੇ ਦੇ ਵੀ ਨਹੀਂ ਰਹਿੰਦੇ। ਕਿਉਂਕਿ ਜਿਹੜਾ ਤੁਸੀਂ ਕਹਿਣੀ ਤੇ ਕਰਨੀ ਆ ਨਾ, ਇੱਕ ਬੜੇ ਕਿਸੇ ਰਾਈਟਰ ਨੇ ਲਿਖਿਆ ਹੋਇਆ, ਮੈਨੂੰ ਉਹ ਰਾਈਟਰ ਦਾ ਨਾਂ ਯਾਦ ਨਹੀਂ, ਕਿ ਬੱਚੇ ਜਿਹੜੇ ਇੰਨੇ ਸਮਾਰਟ ਆ ਨਾ, ਦੇ ਓਪਨ ਦੇਅਰ ਈਅਰ, ਦੇ ਜਦੋਂ ਅਸੀਂ ਕੋਈ ਉਹਨਾਂ ਨੂੰ ਸਿੱਖਿਆ ਦਿੰਦੇ ਆ ਨਾ, ਉਹ ਆਪਣੇ ਕੰਨ ਬੰਦ ਕਰ ਲੈਂਦੇ ਆ, ਪਰ ਜਦੋਂ ਅਸੀਂ ਉਹਨਾਂ ਨੂੰ ਕਰਕੇ ਦਿਖਾਉਂਦੇ, ਉਹਨਾਂ ਦੀਆਂ ਅੱਖਾਂ ਖੁੱਲ੍ਹ ਕੇ ਆਉਂਦੀਆਂ। ਇਹ ਦੇਖੋ ਇਹਦੇ 'ਚ ਕਿੰਨੀ ਡੂੰਘੀ ਗੱਲ ਹੈ ਜੀ ਜੀ, ਬਿਲਕੁਲ। ਚਿਲਡਰਨ ਕਲੋਜ਼ ਦੇਅਰ ਈਅਰਸ ਟੂ ਐਡਵਾਈਸ, ਡੂ ਨਾਟ ਗਿਵ ਦੈਮ ਐਡਵਾਈਸ, ਬਟ ਦੇ ਓਪਨ ਦੇਅਰ ਆਈਜ਼
ਫੋਰ ਐਗਜ਼ਾਮਪਲਸ ਜੇ ਹੁਣ ਅਸੀਂ ਘਰ ਬੈਠ ਕੇ ਹੁਣ ਹਸਬੈਂਡ ਵਾਈਫ ਹੈ ਇੱਕ ਦੂਜੇ ਨਾਲ ਜੇ ਪਿਆਰ ਨਾਲ ਬੋਲਦੇ ਆ ਜਾਂ ਤੁਸੀਂ ਤੁਹਾਡੇ ਤੇ ਠੀਕ ਹੈ ਘਰ ਦੇ ਵਿੱਚ ਤੁਸੀਂ ਰੋਲ ਮਾਡਲ ਬਣ ਜਾਂਦੇ ਨੇ ਰੋਲ ਮਾਡਲ ਬਣ ਜਾਂਦੇ ਨਾ ਉਹ ਫਿਰ ਕਹਿੰਦੇ ਅਸੀਂ ਤੁਹਾਡੇ ਵਰਗੇ ਕਿੱਦਾਂ ਬਣੀਏ ਤੇ ਜੇ ਅਸੀਂ ਕਹਿ ਦਿੰਦੇ ਹਾਂ ਵੀ ਤੇਰੇ ਮੰਮੀ ਨੂੰ ਕੁਛ ਨਹੀਂ ਪਤਾ ਮੰਮੀ ਕਹਿ ਦਿੰਦੀ ਪਾਪਾ ਨੂੰ ਕੁਛ ਨਹੀਂ ਪਤਾ ਤੇ ਉਹ ਬੱਚਾ ਜਿਹੜਾ ਮਨਜੀਤ ਜੀ 5 ਸਾਲ ਦਾ ਉਹਨੇ ਕਹਿਣਾ ਮੈਂ ਇੰਚਾਰਜ ਹਾਂ ਅੱਛਾ ਤੁਹਾਡੀ ਗੱਲ ਦੇ ਵਿੱਚੋਂ ਇੱਕ ਹੋਰ ਸਵਾਲ ਨਿਕਲਿਆ ਹੁਣ ਵੀ ਅਟੈਚਮੈਂਟ ਹੈ ਜਿਹੜੀ ਬੱਚਿਆਂ ਦੇ ਨਾਲ ਉਹ ਕਈ ਵਾਰੀ ਐ ਹੁੰਦਾ ਵੀ ਮਾਂ ਦੇ ਨਾਲ ਜ਼ਿਆਦਾ ਹੁੰਦੀ ਹੈ ਬਾਪ ਦੇ ਨਾਲ ਘੱਟ ਹੈ ਜਾਂ ਇੱਕ ਬੱਚੇ ਦੀ ਮਾਂ ਦੇ ਨਾਲ ਹੈ ਤੇ ਇੱਕ ਬੱਚੇ ਦੀ ਜੇ 2 ਬੱਚੇ ਆ ਤੇ ਇੱਕ ਦੀ ਮਾਂ ਦੇ ਨਾਲ ਇੱਕ ਦੀ ਬਾਪ ਦੇ ਨਾਲ ਜ਼ਿਆਦਾ ਅਟੈਚਮੈਂਟ ਹੈ ਇਹਦਾ ਕੀ ਕਾਰਨ ਹੈ ਕੁਦਰਤਨ ਜਾਂ ਫਿਰ ਇਹ ਸੁਭਾਅ ਤੇ ਹੁੰਦਾ ਜਾਂ ਜੇ ਮਾਂ ਝਿੜਕਦੀ ਹੈ ਤੇ ਬੱਚਾ ਉਹਦੇ ਤੋਂ ਥੋੜਾ ਦੂਰ ਹਾਂਜੀ ਦੂਰੀ ਬਣਾ ਲੈਂਦਾ ਅਟੈਚਮੈਂਟ ਤੇਰਾ ਜਿਹੜਾ ਇਸ਼ੂ ਹੈ ਨਾ ਉਹ ਇਹ ਆ ਜਿਹੜਾ ਇਸ਼ੂ ਤਾਂ ਨਹੀਂ ਹੈ ਕਿ ਉਹਦੀ ਮਦਰ ਨਾਲ ਤੇ ਅਟੈਚਮੈਂਟ ਸਭ ਤੋਂ ਜ਼ਿਆਦਾ ਹੁੰਦੀ ਬੱਚੇ ਦੀ ਕਿਉਂਕਿ ਤੁਸੀਂ ਉਸ ਬੱਚੇ ਨੂੰ 8-9 ਮਹੀਨੇ ਜਿੰਨਾ ਵੀ ਤੁਹਾਡੀ ਪ੍ਰੈਗਨੈਂਸੀ ਆ ਇਹ ਤਾਂ ਕੁਦਰਤ ਹੈ ਆਪਣੇ ਕੁਦਰਤ ਵੱਲੋਂ ਆ ਇਹ ਕੋਈ ਦੁਨੀਆ ਦੀ ਚੀਜ਼ ਜਿਹੜੀ ਉਹਨੂੰ ਨਹੀਂ ਜਿਹੜੀ ਫਾਦਰਸ ਆ ਉਹਨਾਂ ਨੇ ਆਪਣੀ ਅਟੈਚਮੈਂਟ ਜਿਹੜੀ ਉਹ ਬਣਾਉਣੀ ਹੁੰਦੀ ਆ ਕਿਉਂਕਿ 2-3 ਮਹੀਨੇ ਦਾ ਬੱਚਾ ਜਿੱਦਾਂ ਹੁੰਦਾ ਆ ਤੁਸੀਂ ਆਣ ਕੇ ਦੇਖੋ ਕਿ ਤੁਸੀਂ ਉਹ ਆਪਣੀ ਮਦਰ ਵੱਲ ਜ਼ਿਆਦਾ ਦੇਖੂਗਾ ਭਾਵੇਂ ਉਹਨੂੰ ਇੰਨਾ ਹਾਲੇ 2-3 ਹਫ਼ਤੇ ਦੇ ਬੱਚੇ ਨੂੰ ਇੰਨਾ ਦਿਸਦਾ ਵੀ ਨਹੀਂ ਹੁੰਦਾ ਪਰ ਉਹਦੀ ਮਦਰ ਨੂੰ ਹੱਥ ਲਾਊਗੀ ਤਾਂ ਉਹਦਾ ਜਿਵੇਂ ਚਿਹਰਾ ਖਿੜ ਜਾਂਦਾ ਹੈ ਨਾ ਅਤੇ ਫਾਦਰ ਦੇ ਨਾਲ ਜਿੱਦਾਂ ਹੁਣ ਅੱਜ ਕੱਲ੍ਹ ਤਾਂ ਚਲੋ ਜਿਹੜੇ ਹੁਣ ਯੰਗਰ ਬੱਚੇ ਆ ਫਾਦਰਸ ਵੀ ਡਿਲੀਵਰੀ ਰੂਮ 'ਚ ਜਾਂਦੇ ਆ ਪਹਿਲਾਂ ਬੱਚੇ ਨੂੰ ਫੜਦੇ ਹੁਣ ਸਭ ਤੋਂ ਪਹਿਲਾਂ ਬੱਚੇ ਨੂੰ ਤੁਸੀਂ ਨਰਸਾਂ ਵੀ ਦੇਖੋ ਉਹ ਤੁਹਾਡੇ ਮਦਰ ਦੀ ਛਾਤੀ 'ਤੇ ਲਿਆ ਕੇ ਕਿਉਂਕਿ ਉਹ ਮਦਰ ਨੇ ਤੁਹਾਨੂੰ ਕਿੰਨੀ ਤਕਲੀਫ਼ ਹੁੰਦੀ ਆ ਜਦੋਂ ਕੋਈ ਚੀਜ਼ ਭਾਵੇਂ ਤੁਹਾਨੂੰ ਪਤਾ ਵੀ ਬੱਚਾ ਮੇਰੀ ਦੁਨੀਆ 'ਤੇ ਆ ਗਿਆ ਪਰ ਤੁਹਾਡੀ ਚੀਜ਼ ਜਿਹੜੀ ਕੋਈ ਜਿੱਦਾਂ ਤੁਹਾਨੂੰ ਐਂ ਲੱਗਦਾ 2 ਮਿੰਟ ਲਈ ਵੀ ਖੋ ਲਈ ਮੇਰੇ ਕੋਲ ਕਿਸੇ ਨੇ ਅਤੇ ਇਹ ਹੁਣ ਸਾਰਿਆਂ ਦੇ ਫਾਦਰ ਦੇ ਨਾਲ ਜਿਹੜੀ ਅਟੈਚਮੈਂਟ ਆ ਉਹ ਇੱਦਾਂ ਆ ਵੀ ਫਾਦਰ ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਵੀ ਯਾ ਡੈਡਸ ਆਉਂਦੇ ਆ ਕੰਮ ਤੋਂ ਉਹਨਾਂ ਨੇ 2-3 ਮਿੰਟ ਫਨ ਕੀਤਾ ਬੱਚਿਆਂ ਦੇ ਨਾਲ 15-20 ਮਿੰਟ ਤੇ ਮਦਰ ਜਿਹੜੀ ਆ ਉਹਨੇ ਫਿਰ ਡਿਸਿਪਲਿਨ ਕਰਨਾ ਹੁੰਦਾ ਆ ਰਾਈਟ ਵੇ ਤੇ ਫਾਦਰਸ ਜਿਹੜੇ ਆ ਉਹ ਵੀ ਵਿਚਾਰੇ ਸਹੀ ਆ ਵੀ ਮੇਰੇ ਕੋਲ 15-20 ਮਿੰਟ ਅੱਧਾ ਘੰਟਾ ਆ ਮੈਂ ਹੁਣ ਖੇਡ ਲਵਾਂ ਬੱਚਿਆਂ ਦੇ ਨਾਲ ਉਹ ਫਿਰ ਫਾਦਰਸ ਦੇ ਨਾਲ ਜਿਹੜੀ ਉਹ ਅਟੈਚਮੈਂਟ ਕਈ ਵਾਰੀ ਉਸ ਟਾਈਮ ਤੇ ਜ਼ਿਆਦਾ ਹੋ ਜਾਂਦੀ ਜਦੋਂ ਉਹਨਾਂ ਨੇ ਪੁੱਠਾ ਕੰਮ ਕਰਨਾ ਹੁੰਦਾ ਅੱਛਾ ਮਾਂ ਦੇ ਨਾਲ ਬੱਚਿਆਂ ਦਾ ਕੰਫਰਟ ਜ਼ੋਨ ਜਿਹੜਾ ਜ਼ਿਆਦਾ ਮੇਰਾ ਖਿਆਲ ਹੈ ਪੇਰੈਂਟਸ ਦਾ ਇੱਕ ਮੈਂ ਕਹਿੰਦੀ ਹਾਂ ਵੀ ਮਾਂ ਦਾ ਰੋਲ ਆ ਜਿਹੜਾ ਜਿਵੇਂ ਆਪਾਂ ਸੁਭਾਵਕ ਵੀ ਗੱਲ ਕੀਤੀ ਹੈ ਕੁਦਰਤਨ ਹੈ ਨਾ ਉਹ ਅਟੈਚਮੈਂਟ ਜ਼ਿਆਦਾ ਹੋਣੀ ਹੋਈ ਹੈ ਪਰ ਫਾਦਰ ਦਾ ਕਈ ਘਰਾਂ 'ਚ ਮੈਂ ਦੇਖਿਆ ਵੀ ਡਰ ਹੈ ਇੱਕ ਹਾਂਜੀ ਬੱਚਿਆਂ ਦੇ ਮਨਾਂ ਦੇ ਵਿੱਚ ਜਿਹੜਾ ਆਪਣੇ ਪਹਿਲਾਂ ਤਾਂ ਚਲੋ ਆਪਾਂ ਜੇ ਆਪਣੇ ਕਲਚਰ ਦੀ ਗੱਲ ਕਰ ਲਈਏ ਹਾਂਜੀ ਜਦੋਂ ਆਪਣਾ ਸਮਾਂ ਹੁੰਦਾ ਸੀਗਾ ਉਦੋਂ ਤਾਂ ਜ਼ਿਆਦਾ ਹੀ ਹੁੰਦਾ ਸੀ ਥੋੜ੍ਹਾ ਜਿਹਾ ਵੀ ਪੇਰੈਂਟਸ ਤੋਂ ਪੁੱਛ ਕੇ ਹਰ ਇੱਕ ਗੱਲ ਕਰਨੀ ਹੈ ਜਿਹੜੀ ਤੇ ਬੱਚਿਆਂ ਦੀ ਸਲਾਹ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਨਾ ਤੇ ਹੁਣ ਸਮਾਂ ਬਦਲ ਗਿਆ ਪਰ ਹਾਲੇ ਵੀ ਕਈ ਘਰਾਂ ਦੇ ਵਿੱਚ ਹੈਗਾ ਵੀ ਫਾਦਰ ਤੋਂ ਬੱਚੇ ਡਰਦੇ ਆ ਤੇ ਮਾਂ ਕਹਿ ਦਿੰਦੀ ਆ ਵੀ ਆ ਲੈਣ ਦੇ ਤੇਰੇ ਪਿਓ ਨੂੰ ਇਹ ਮੇਰਾ ਖਿਆਲ ਆ ਵੀ ਇਹ ਗਲਤ ਧਾਰਨਾ ਸਾਡੀ ਬਣਾਈ ਇਹ ਤਾਂ ਫਾਦਰਸ ਲਈ ਬਹੁਤ ਨਾ ਜ਼ਿਆਦਤੀ ਆ ਉਹਨਾਂ ਨਾਲ ਇੱਕ ਤੇ ਉਹ ਵਿਚਾਰੇ 8-10 ਘੰਟੇ ਕੰਮ ਕਰਕੇ ਆਉਂਦੇ ਆ ਰਾਈਟ ਫਿਰ ਅਸੀਂ ਉਹਨਾਂ ਦੇ ਮਨ 'ਚ ਡਰ ਖੜਾ ਕਰ ਦਿੰਦੇ ਵੀ ਆ ਲੈਂਦੇ ਤੇਰੇ ਪਾਪਾ ਨੂੰ ਉਹ ਪਾਪਾ ਵਿਚਾਰੇ ਨੇ ਕੀ ਆਪਣਾ ਜ਼ੁਲਮ ਕੀਤਾ ਵੀ ਨਾਲੇ ਤੋਂ ਕਮਾਈ ਕਰਕੇ ਲੈ ਕੇ ਆਏ ਆ ਤੇ ਨਾਲੇ ਘਰ ਆਉਂਦੇ ਆ ਅਸੀਂ ਬੱਚਿਆਂ ਨੂੰ ਕਹਿਤਾ ਵੀ ਆ ਲੈਂਦੇ ਤੇਰੇ ਡੈਡੀ ਨੂੰ ਹਊਆ ਨਹੀਂ ਬਣਾਉਣਾ ਚਾਹੀਦਾ ਹਊਆ ਨਹੀਂ ਇਹਦਾ ਮਤਲਬ ਕਿ ਤੁਸੀਂ ਬੱਚੇ ਨੂੰ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਬੱਚੇ ਨੂੰ ਮੈਂ ਮਨਜੀਤ ਜੀ ਇੱਕ ਗੱਲ ਤੁਹਾਨੂੰ ਇਹ ਐਕਸਪੀਰੀਅੰਸ ਤੋਂ ਦੱਸਦੀ ਹਾਂ ਤੇ ਰਿਸਰਚ ਤੋਂ ਦੱਸਦੀ ਹਾਂ ਤੁਸੀਂ ਬੱਚਿਆਂ ਨਾਲ ਟਾਈਮ ਸਪੈਂਡ ਕਰਦੇ ਹੋ ਨਾ ਤੇ ਬੱਚਾ ਜਿਹੜਾ ਆ ਉਹਦੀ ਤੁਹਾਡੇ ਨਾਲ ਅਟੈਚਮੈਂਟ ਹੋਣੀ ਹੋਣੀ ਆ ਮਾਂ ਫਾਦਰ ਨਾਲ ਵੀ ਤੇ ਮਦਰ ਨਾਲ ਕਿਉਂਕਿ ਬੱਚਾ ਸਭ ਤੋਂ ਹਾਂਜੀ ਹੁਣ ਤੁਸੀਂ ਕਈਆਂ ਘਰਾਂ 'ਚ ਦੇਖੀ ਆ ਉਹਨਾਂ ਦੇ ਆਪਣੇ ਫਾਦਰਸ ਨਾਲ ਕਿਉਂਕਿ ਉਹ ਮਦਰਸ ਨਾਲ ਡਿਫਰੈਂਟ ਗੱਲ ਕਰਦੇ ਆ ਫਾਦਰਸ ਨਾਲ ਮੈਂ ਹੁਣ ਕਈਆਂ ਫੈਮਿਲੀ 'ਚ ਦੇਖੀਆਂ ਉਹ ਫਾਦਰਸ ਦੇ ਕੋਲ ਬੈਠ ਕੇ ਆਪਣੇ ਮਦਰ ਦੀ ਸ਼ਿਕਾਇਤ ਵੀ ਲਾ ਦਿੰਦੇ ਆ ਵਿਚ ਇਜ਼ ਓਕੇ ਕਿਉਂਕਿ ਉਹ ਫਿਰ ਕਿਉਂਕਿ ਉਹਨਾਂ ਦੀ ਫਾਦਰ ਨਾਲ ਅਟੈਚਮੈਂਟ ਆ ਉਹ ਫਾਦਰ ਨਾਲ ਬੈਠ ਕੇ ਗੱਲ ਕਰ ਸਕਦੇ ਵੀ ਸਾਨੂੰ ਮਾਮਾ ਦੀ ਅੱਜ ਆਹ ਗੱਲ ਠੀਕ ਨਹੀਂ ਲੱਗੀ ਹਨਾ ਉਹਦੇ ਨਾਲ ਕੀ ਹੋਇਆ ਕਿ ਫਾਦਰਸ ਐਕਚੁਅਲੀ ਰੋਲ ਮਾਡਲ ਬਣੇ ਆ ਜਦੋਂ ਤੁਸੀਂ ਘਰ ਦੇ ਵਿੱਚ ਬੱਚਿਆਂ ਦੇ ਨਾਲ ਮਾਂ ਪਿਓ ਇੱਕ ਦੂਜੇ ਨਾਲ ਠੀਕ ਤਰ੍ਹਾਂ ਬੋਲਦੇ ਆ ਨਾ ਬੱਚਾ ਜਿਹੜਾ ਉਸ ਗੱਲ ਨੂੰ ਪਿੱਕ ਕਰਦਾ ਉਹ ਫਿਰ ਤੁਹਾਡਾ ਬੱਚਾ ਦੋਨਾਂ ਦੀ ਇੱਜ਼ਤ ਕਰਦਾ ਹਨਾ ਤੇ ਫਾਦਰ ਦੇ ਨਾਲ ਜਿੱਦਾਂ ਹੁਣ ਬੱਚਿਆਂ ਦੇ ਨਾਲ ਹੁਣ ਜਿਹੜੇ ਮੁੰਡੇ ਹੁਣ ਨਵੀਂ ਰਿਸਰਚ ਮੈਂ ਇੱਕ ਪੜ੍ਹ ਰਹੀ ਸੀ ਵੀ ਅਸੀਂ ਫਾਦਰਸ ਨੂੰ ਜਿਹੜਾ ਉਹ ਬਹੁਤਾ ਫਨ ਵੀ ਨਹੀਂ ਕਰਨ ਦਿੰਦੇ ਹਨਾ ਜੇ ਉਹ ਆਏ ਫਾਦਰ ਆਏ ਆ ਤੁਸੀਂ ਹੁਣ ਘਰ 'ਚ ਭੱਜੇ ਫਿਰਦੇ ਅਸੀਂ ਕਹਿੰਦੇ ਸਟਾਪ ਰਨਿੰਗ ਜੇ ਉਹ ਬਾਹਰ ਲਿਜਾ ਕੇ ਫਾਦਰ ਨੇ ਕਹਿਣਾ ਹੈ ਵੀ ਤੂੰ ਉੱਪਰ ਚੜ ਜਾ ਦਰਖਤ ਦੇ ਅਸੀਂ ਕਹਿਣਾ ਨਾ 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 ਦਰਖਤ ਤੇ ਨਾ ਚੜਨ ਦੇ ਉਹ ਜਿਹੜਾ ਫਾਦਰਸ ਦਾ ਰਿਲੇਸ਼ਨਸ਼ਿਪ ਹੈ ਉਹ ਮਤਲਬ ਲਿਟਲ ਬਿਟ ਡਿਫਰੈਂਟ ਆ ਕਿਉਂਕਿ ਉਹਨਾਂ ਨੇ ਚੀਜ਼ਾਂ ਉਹ ਕਰਨੀਆਂ ਜਿਹੜੀਆਂ ਮਦਰਸ ਜਿਹੜੀਆਂ ਉਹ ਹਰ ਵੇਲੇ ਡਰਦੀਆਂ ਰਹਿੰਦੀਆਂ ਕਰਨ ਤੋਂ ਚੈਲੰਜਿੰਗ ਥਿੰਗਸ ਕਰਦੇ ਆ ਲਾਈਕ ਸਾਨੂੰ ਆ ਨਿਆਣੇ ਦੇ ਮਾੜੀ ਜੀ ਸੱਟ ਲੱਗ ਗਈ ਅਸੀਂ ਕਿੰਨੇ ਹਰ ਬਾਰ ਹੋ ਗਿਆ ਤੇ ਫਾਦਰ ਨੇ ਦੇਖਿਆ ਕਹਿਣਾ ਕੋਈ ਨਹੀਂ ਮਾੜੀ ਜੀ ਘੜੀ ਸੀ ਆਈ ਆ ਵਿਚ ਇਜ਼ ਟਰੂ ਜੇ ਹੁਣ ਮਾੜੀ ਜੀ ਆ ਗਈ ਆ ਤੇ ਅਸੀਂ ਉਹਦੇ ਤੇ ਕਰ ਦੇਣਾ ਵੀ ਨਿਆਣੇ ਦੇ ਘੜੀਸ ਪੈ ਗਈ ਮਾਵਾਂ ਬੱਚਿਆਂ ਨੂੰ ਡਰਪੋਕ ਬਣਾਉਂਦੀਆਂ ਤੇ ਨਾਲੇ ਆਪਣੇ ਤੇ ਡਿਪੈਂਡੈਂਟ ਬਣਾਉਂਦੀਆਂ ਸਾਡੇ 'ਚ ਇਹ ਵੀ ਇੱਕ ਗੱਲ ਆ
ਅਸੀਂ ਕਹਿੰਨੇ ਵੀ ਜੇ ਸਾਡੇ ਕੋਲੋਂ ਇਹ ਹੁਣ ਮੇਰੇ ਤੇ ਡਿਪੈਂਡੈਂਟ ਨਾ ਹੋਇਆ ਤੇ ਮੈਂ ਕੀ ਕਰੂੰਗੀ। ਹੁਣ ਬਹੁਤ ਸਾਰੀਆਂ ਮਾਵਾਂ ਨੂੰ ਇਹ ਗੱਲ ਆਪਣੀ ਠੀਕ ਨਹੀਂ ਲੱਗਣੀ, ਠੀਕ ਨਹੀਂ ਲੱਗਣੀ, ਇਹ ਮਾਵਾਂ ਡਰਪੋਕ ਬਣਾਉਂਦੀਆਂ। ਵੈਸੇ ਇਹ ਗੱਲ ਹੈ, ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਸਾਰੇ ਜਣੇ ਜਿਨ੍ਹਾਂ ਦੇ ਬੱਚੇ ਛੋਟੇ ਆ ਨਾ, ਉਹਨਾਂ ਨੂੰ ਮੇਰਾ ਖਿਆਲ ਹੈ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਆਪਣੇ ਬੱਚਿਆਂ ਨੂੰ ਬਹਾਦਰ ਬਣਾਓ, ਉਹਨਾਂ ਨੂੰ ਸਮੇਂ ਦੇ ਨਾਲ ਤੇ ਹਾਲਾਤਾਂ ਦੇ ਨਾਲ ਜੂਝਣ ਦੀ ਜਿਹੜੀ ਸਿੱਖਿਆ ਨਾ, ਉਹ ਅਸੀਂ ਸ਼ੁਰੂ ਤੋਂ ਦੇਣੀ ਹੁੰਦੀ। ਇਹ ਨਹੀਂ ਕਿ ਤੁਸੀਂ ਉਹਨਾਂ ਕੋਲ ਕੋਠੜੇ ਚੜ੍ਹ ਕੇ ਛਾਲ ਮਾਰ ਦੇਣ, ਤਾਂ ਥੋੜ੍ਹੀ ਬਹੁਤੀ ਹੁਣ ਬੱਚਾ ਆ ਘਰ ਦੇ ਵਿੱਚ ਆ, ਉਹਨਾਂ ਨੇ ਡਿੱਗਣਾ, ਜੇ ਹੁਣ ਡਿੱਗ ਵੀ ਪਿਆ ਬੱਚਾ, ਬੱਚੇ ਨੇ ਡਿੱਗਣਾ ਹੈ ਨਾ, ਅਸੀਂ ਬੱਚੇ ਨੂੰ ਕੱਪੜੇ ਕਿੰਨੇ ਪਾ ਲੈਂਦੇ ਨਿਆਣੇ ਦੇ, ਫਿਰ ਅਸੀਂ ਡਾਕਟਰ ਕੋਲ ਜਾਂਦੇ ਹਾਂ ਵੀ ਇਹਨੂੰ ਨਾ ਬੁਖਾਰ ਚੜਿਆ ਹੈ। ਇੱਕ ਵਾਰੀ ਛੋਟੀ ਜਿਹੀ ਆਪਣੀ ਬੇਟੀ ਨੂੰ ਲੈ ਗਈ ਡਾਕਟਰ ਕੋਲ, ਤੇ ਮੈਂ ਕਿਹਾ ਇਹਨੂੰ ਬੁਖਾਰ ਬੜਾ ਚੜ੍ਹਦਾ, ਕਹਿੰਦਾ ਇੰਨੇ ਕੱਪੜੇ ਪਾਏ ਤਾਂ ਬੁਖਾਰ ਤਾਂ ਉਦਾਂ ਹੀ ਗਰਮੀ ਨਹੀਂ ਚੜ ਗਿਆ, ਕਹਿੰਦਾ ਇਹਦੇ ਕੱਪੜੇ ਦਾ ਲਾਭ ਵਿਚਾਰੀ ਦੇ। ਅਸੀਂ ਥੱਲਿਓਂ ਬਨੈਣ ਪਾਈ ਹੁੰਦੀ, ਫਿਰ ਉੱਪਰੋਂ ਦੀ ਸਵੈਟਰ ਪਾਇਆ ਹੁੰਦਾ, ਕਿਉਂਕਿ ਇੰਡੀਆ ਦਾ ਸਾਡਾ ਸਿਸਟਮ ਹੈ, ਫਿਰ ਉਹਦੇ ਉੱਪਰ ਅਸੀਂ ਕਮੀਜ਼ ਪਾਈ ਹੁੰਦੀ, ਫਿਰ ਉਹਦੇ ਉੱਪਰ ਜੈਕਟ ਪਾਈ ਹੁੰਦੀ, ਫਿਰ ਉੱਪਰ ਸਕਾਰਫ ਦਿੱਤੇ ਹੁੰਦੇ ਆ, ਰਾਈਟ? ਚਲੋ ਉਹ ਤਾਂ ਮੋਹ ਆ, ਤੁਸੀਂ ਮੋਹ ਮਨਜੀਤ ਜੀ ਇੱਦਾਂ ਕਿ ਬੱਚੇ ਨੂੰ ਉਹ, ਫਿਰ ਸਾਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਉਹ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਫਿਰ ਅਸੀਂ ਬੱਚੇ ਨੂੰ ਅਸੀਂ ਕਹਿੰਦੇ ਹਾਂ ਵੀ ਤੂੰ ਖਵਾਉਣ 'ਤੇ ਅਸੀਂ ਬਹੁਤ ਜ਼ੋਰ ਲਾਉਂਦੇ, ਇਨਕਲੂਡਿੰਗ ਮੀ ਨਾ, ਅਸੀਂ ਕਹਿੰਦੇ ਹਾਂ ਵੀ ਹੁਣ ਡਾਕਟਰ ਤੁਹਾਨੂੰ ਇਹ ਦੱਸੂਗਾ ਵੀ ਬੱਚੇ ਦੇ ਇੰਨਾ ਕੁ ਢੇਦਿਆ ਨਾ। ਅੱਛਾ, ਕਈ ਮਾਵਾਂ ਦੀ ਸ਼ਿਕਾਇਤ ਹੁੰਦੀ ਹੈ ਵੀ ਸਾਡਾ ਬੱਚਾ ਖਾਂਦਾ ਨਹੀਂ ਚੰਗੀ ਤਰ੍ਹਾਂ। ਸਾਰੀ ਮਾਵਾਂ ਦੀ ਸ਼ਿਕਾਇਤ ਹੁੰਦੀ ਹੈ। ਅੱਛਾ, ਸਾਰੀਆਂ ਦੀ ਹੁੰਦੀ ਹੈ? ਸਾਰੀਆਂ ਦੀ ਹੁੰਦੀ ਹੈ। ਅੱਛਾ, ਤੇ ਜਦੋਂ ਤੁਸੀਂ ਗ੍ਰੈਂਡਮਾਸ ਬਣ ਜਾਂਦੇ ਹੋ ਉਦੋਂ ਤਾਂ ਬਹੁਤ ਹੀ ਜ਼ਿਆਦਾ ਹੁੰਦੀ ਹੈ। ਅੱਛਾ, ਅਸੀਂ ਇਹ ਸੋਚਦੇ ਹਾਂ ਵੀ ਉੱਧਰੋਂ ਬੱਚਾ ਬੈਠਾ, ਜੇ ਹੁਣ ਜਿਹੜੇ ਅਸੀਂ ਕੋਰਸਿਸ ਵਗੈਰਾ ਉਹਨਾਂ ਦੇ ਨਾਂ ਦੇ ਦਾਂਗੇ ਜਿਹੜੇ ਲੋਕੀ ਫ੍ਰੀ ਕੋਰਸਿਸ ਲੈ ਸਕਦੇ ਆ, ਉੱਥੇ 'ਚ ਅਸੀਂ ਵੀਡੀਓ ਦਿਖਾਉਂਦੇ ਆ ਵੀ ਮਦਰਸ ਜਿਹੜੀਆਂ ਬੱਚਿਆਂ ਨੂੰ ਜੋ ਰੋਟੀ ਖਵਾਉਂਦੀਆਂ ਨਾ, ਉਹ ਬੱਚਾ ਮੂੰਹ 'ਚ ਸੁੱਟੀ ਜਾਂਦਾ ਬੇਬੀ ਪ੍ਰੈਸ਼ਰਾਈਜ਼ ਕਿਵੇਂ ਕਰਦੇ? ਹਾਂਜੀ, ਬੱਚਾ ਮੂੰਹ 'ਚ ਬੇਬੀ ਫੂਡ ਸੁੱਟੀ ਜਾਂਦਾ, ਮੈਨੂੰ ਨਹੀਂ ਚਾਹੀਦਾ, ਅਸੀਂ ਫਿਰ ਵੀ ਉਹ ਮਦਰ ਚੁੱਕ ਚੁੱਕ ਕੇ ਮੂੰਹ 'ਚ ਪਾਈ ਜਾਂਦੀ ਦੂਸਰੇ ਤੋਂ ਵੀ ਖਾ ਲਾ ਸਹੀ। ਕਈ ਵਾਰੀ ਬੱਚੇ ਦਾ ਦਿਲ ਨਹੀਂ ਕਰਦਾ, ਅਸੀਂ ਇਹ ਇਹ ਸਾਡੀ ਬਹੁਤ ਵੱਡੀ ਕਮਜ਼ੋਰੀ ਕਹਿ ਲਓ, ਇਨਕਲੂਡਿੰਗ ਮਾਈਸੈਲਫ, ਜਾਂ ਸਾਡੀ ਅਸੀਂ ਕਹਿੰਦੇ ਹਾਂ ਵੀ ਖਾ ਲਓ ਕੁਛ। ਹੁਣ ਜੇ ਸਾਡੇ ਬੱਚੇ, ਜੇ ਹੁਣ ਬੱਚੇ ਬਾਹਰ ਰਹਿੰਦੇ ਆ ਨਾ, ਅਤੇ ਜੇ ਉਹ ਗ੍ਰੈਂਡ ਕਿਡਸ ਨੂੰ ਲੈ ਕੇ ਆਉਣ, ਪਹਿਲਾਂ ਗੱਲ ਆਪਾਂ ਕੀ ਕਹਾਂਗੇ? ਨਿਆਣੇ ਲੱਸੇ ਹੋਏ ਲੱਗਦੇ ਆ, ਖਾਂਦੇ ਹੀ ਨਹੀਂ ਕੁਛ, ਇਹ ਖਾਂਦੇ ਵੀ ਆ ਕੁਛ। ਜਿਹੜਾ ਮਾਂ ਪਿਓ ਉਹਨੂੰ 2-4 ਮਹੀਨੇ ਬਾਅਦ ਤੁਹਾਡੇ ਕੋਲ ਲੈ ਕੇ ਆਏ, ਉਹਨਾਂ ਨੂੰ ਵੀ ਪੁੱਛ ਲਓ ਵੀ ਤੁਹਾਡਾ ਕੀ ਹਾਲ ਹੈ ਜੀ ਜੀ ਨਾ। ਅਤੇ ਦੂਸਰਾ, ਅਸੀਂ ਮੈਂ ਇਹ ਗੱਲ ਬਹੁਤ ਇੰਪੋਰਟੈਂਟ ਕਰਨੀ ਚਾਹੁੰਦੀ ਹਾਂ, ਆਪਣੀ ਕਮਿਊਨਿਟੀ ਨਹੀਂ, ਹਰ ਇੱਕ ਕਮਿਊਨਿਟੀ ਦੇ ਵਿੱਚ ਜਦੋਂ ਤੁਹਾਡੇ ਬੱਚਾ ਹੁੰਦਾ ਨਾ, ਪੋਸਟਪਾਰਟਮ ਡਿਪਰੈਸ਼ਨ ਹੋ ਜਾਂਦੀ ਹੈ ਲੇਡੀਜ਼ ਨੂੰ, ਆਦਮੀਆਂ ਨੂੰ ਵੀ ਹੋ ਜਾਂਦੀ ਹੈ, ਪਰ ਔਰਤਾਂ ਨੂੰ ਬਹੁਤ ਜ਼ਿਆਦਾ ਹੁੰਦੀ ਹੈ, ਉਹ ਸਾਨੂੰ ਪਤਾ ਨਹੀਂ ਲੱਗਦਾ। ਉਸ ਗੱਲ ਵੱਲ ਧਿਆਨ ਦੇਣਾ, ਕਿਉਂਕਿ ਮੈਂ ਕੋਰਸ ਨਾ ਕਰਾ ਰਹੀ ਸੀ ਅਤੇ ਉਹਦੇ ਵਿੱਚ ਲੇਡੀ ਹੈ ਨਾ ਪ੍ਰੈਗਨੈਂਟ ਸੀ, ਅਤੇ ਜਦੋਂ ਉਹਨਾਂ ਦਾ ਬੱਚਾ ਹੋ ਗਿਆ, 4 ਦਿਨ ਦਾ ਬੱਚਾ ਲੈ ਕੇ ਆਏ ਦੋਨੋਂ ਹਸਬੈਂਡ ਵਾਈਫ, ਕਿਉਂਕਿ ਉਹ ਸਿੱਖਣਾ ਚਾਹੁੰਦੇ ਸੀ ਵੀ ਅਸੀਂ ਬੱਚੇ ਨਾਲ ਕਿੱਦਾਂ ਅਟੈਚਮੈਂਟ ਕਰਨੀ ਆ ਕੀ, ਅਤੇ ਜਦੋਂ ਸਾਰੇ ਨਾ ਆਣ ਕੇ ਬੱਚੇ ਵੱਲ ਦੇਖਣ ਲੱਗ ਪਏ, ਉਹ ਹੀ ਇਜ਼ ਬਿਊਟੀਫੁਲ, ਹੀ ਇਜ਼ ਹੈਂਡਸਮ, ਅਤੇ ਮੈਂ ਉਹਨੂੰ ਜਾ ਕੇ ਪੁੱਛਿਆ, ਮੈਂ ਕਿਹਾ ਵੀ ਹਾਊ ਆਰ ਯੂ ਡੂਇੰਗ, ਐਂਡ ਉਹਦੀ ਨਾ ਬੜੀ ਹੈਰਾਨ ਜਿਹੀ ਹੋਈ ਮੇਰੇ ਵੱਲ ਦੇਖ ਕੇ। ਅਸੀਂ ਚੇਤਾ ਭੁੱਲ ਜਾਂਦਾ ਸਾਨੂੰ ਕਿ ਅਸੀਂ ਮਾਵਾਂ ਨੂੰ ਵੀ ਪੁੱਛਣਾ ਵੀ ਤੇਰਾ ਕੀ ਹਾਲ ਹੈ, ਤੇਰੇ ਅੰਦਰੋਂ ਇੱਕ ਤੁਸੀਂ ਇੱਕ ਬੱਚੇ ਨੂੰ ਜਨਮ ਦੇ ਕੇ ਤੁਸੀਂ ਇੰਨੀ ਤੇਰੇ, ਕਿਉਂਕਿ ਤੁਹਾਡੀ ਬਾਡੀ ਚੇਂਜ ਹੋ ਜਾਂਦੀ ਹੈ ਔਰਤ ਦੀ ਜਦੋਂ ਤੁਸੀਂ ਬੱਚੇ ਨੂੰ ਜਨਮ ਦਿੰਦੇ ਹੋ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਂ ਨਾ ਸਨੈਕ ਲੈ ਕੇ ਗਈ, ਤੇ ਗੋਰੀ ਲੇਡੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਵਟ ਵੁੱਡ ਯੂ ਲਾਈਕ ਟੂ ਈਟ, ਤੇ ਮੈਂ ਜਿਹੜਾ ਸਨੈਕ ਲੈ ਕੇ ਆਈ ਹਾਂ ਤੁਹਾਡੇ ਲਈ, ਮੈਂ ਹੋਰ ਕੁਛ, ਥੱਲੇ ਨਾ ਸਟਾਰਬਕਸ ਸੀ, ਤੇ ਮੈਂ ਉਹਨੂੰ ਉੱਥੇ ਲੈ ਗਈ। ਉਹ ਮੇਰੇ ਨਾਲ ਗੱਲਾਂ ਕਰੇ, ਕਹਿੰਦੀ ਵੀ ਮੈਂ ਇੰਨੀ ਹੈਰਾਨ ਹੋਈ ਹਾਂ ਕਿ ਉਹਦੀ ਮਦਰ ਦੀ ਖੁਸ਼ੀ ਦੀ ਕੋਈ ਲਾਈਕ ਨਾ, ਜਿੱਦਾਂ ਬੇਪਨਾਹ ਖੁਸ਼ੀ ਉਹਨੂੰ ਮਿਲ ਗਈ ਵੀ ਮੈਨੂੰ ਵੀ ਕਿਸੇ ਨੇ ਪੁੱਛਿਆ ਵੀ ਤੇਰਾ ਕੀ ਹਾਲ ਆ। ਸੋ ਆਪਣੇ ਹੁਣ ਇੰਡੀਆ 'ਚ ਦੇਖੋ, 30-40 ਦਿਨ ਔਰਤ 'ਤੇ ਕਿੰਨਾ ਫੋਕਸ ਕਰਦੇ ਹਾਂ ਜੀ। ਆਪਣੇ ਕੋਲ ਕਾਲਰ ਨੇ, ਆਪਾਂ ਇਹਨਾਂ ਦੀ ਗੱਲ ਸੁਣਦੇ ਜੀ। ਹੈਲੋ ਜੀ, ਸਾਂਝਾ ਟੀਵੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਇੱਕ ਬੇਨਤੀ ਕਰਨੀ ਸੀ ਜੀ, ਰਿਕੁਐਸਟ। ਜੀ ਜੀ ਬੋਲੋ। ਹਾਂ, ਉਹ ਇਸ ਤਰ੍ਹਾਂ ਹੈਗਾ ਜੀ ਵੀ ਬੱਚਿਆਂ ਵਾਸਤੇ 2-3 ਗੱਲਾਂ ਨੇ ਵੀ, ਇੱਕ ਤਾਂ ਵੀਕਐਂਡ ਵਗੈਰਾ ਤੇ ਨਾ ਬੱਚੇ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਲੈ ਕੇ ਜਾਣਾ ਚਾਹੀਦਾ ਜੀ। ਹੈ ਜੀ, ਓਕੇ। ਹਾਂ, ਕਿਉਂਕਿ ਗੁਰਦੁਆਰਾ ਸਾਹਿਬ ਲਿਜਾਓਗੇ ਤਾਂ ਤੁਸੀਂ ਉਹਨੂੰ ਪ੍ਰਸ਼ਾਦ ਖਵਾਓਗੇ ਤਾਂ ਉਹਦੇ ਤੇ ਬਾਬੇ ਦੀ ਬਖਸ਼ਿਸ਼ ਹੋਊਗੀ। ਓਕੇ। ਤੇ ਨੰਬਰ 2 ਇੱਕ ਹੋਰ ਬੜਾ ਜ਼ਰੂਰੀ ਆ ਬਈ, ਜਿਹੜੇ ਕਈ ਆਪਾਂ ਬੱਚਿਆਂ ਨੂੰ ਨਾ ਗਾਤਰੇ ਪਵਾਉਂਦੇ ਆ ਪੜ੍ਹਨ ਵਾਲੇ ਬੱਚਿਆਂ ਨੂੰ, ਇਹ ਗੁਰੂ ਸਾਹਿਬ ਨੇ ਨਹੀਂ ਸੀ ਕਿਹਾ ਕਦੇ ਵੀ ਤੁਸੀਂ ਪੜ੍ਹਨ ਵਾਲੇ ਬੱਚਿਆਂ ਦੇ ਪਾਉਣੇ ਆ, ਕਿਉਂਕਿ ਜਦੋਂ ਗੁਰੂ ਸਾਹਿਬ ਨੇ ਖਾਲਸਾ ਸਾਜਿਆ ਸੀ ਨਾ 1699 ਚ, ਉਹਨਾਂ ਨੇ ਜਿਹੜੇ ਹੁਕਮ ਕੀਤਾ ਸੀ ਵੀ 20 ਸਾਲ ਤੋਂ ਉੱਪਰ ਬੱਚੇ ਆਉਣੇ ਚਾਹੀਦੇ ਆ ਮੇਰੇ ਕੋਲੇ, ਤੇ ਇਸ ਕਰਕੇ ਜਿਹੜੇ ਪੜ੍ਹਨ ਵਾਲੇ ਬੱਚੇ ਆ ਉਹਨਾਂ ਦੇ ਗਾਤਰਾ ਬਿਲਕੁਲ ਨਹੀਂ ਪਾਉਣਾ ਚਾਹੀਦਾ।
ਦੇਖੋ ਡਾਕਟਰ ਵੀਰ ਸਿੰਘ ਆਪਣੇ ਸਿੱਖਾਂ ਦੇ ਵਿੱਚ ਬੜੇ ਵੱਡੇ ਬੰਦੇ ਹੋਏ ਆ। ਉਹ ਜਿੰਨਾ ਚਿਰ ਜਿਉਂਦੇ ਰਹੇ ਆ ਉਹ ਕੰਘਾ ਵੰਡਦੇ ਹੁੰਦੇ ਸੀ, ਕੰਘੇ ਕੰਘੇ ਦੇ ਉੱਤੇ ਇੱਕ ਪਾਸੇ ਕਿਰਪਾਨ ਹੁੰਦੀ ਸੀ ਤੇ ਇੱਕ ਪਾਸੇ ਹੁੰਦਾ ਸੀਗਾ ਆਪਣਾ ਆਪਣਾ ਇਹ ਜਿਹੜਾ ਖੰਡਾ। ਉਹ ਕਹਿੰਦੇ ਸੀ ਪੜ੍ਹਨ ਵਾਲੇ ਬੱਚਿਆਂ ਦੇ ਕਦੇ ਵੀ ਤੁਸੀਂ ਗਾਤਰਾ ਨਹੀਂ ਪਾਉਣਾ ਹੈਗਾ। ਤੇ ਤੀਜੀ ਗੱਲ ਇਹ ਆ ਬਈ ਜਿਹੜਾ ਵਾਤਾਵਰਨ ਆ ਨਾ ਵਾਈਬ੍ਰੇਸ਼ਨ, ਉਹ ਵਾਈਬ੍ਰੇਸ਼ਨ ਸਾਡੀ ਕੌਮ ਦੀਆਂ ਬਹੁਤ ਗਲਤ ਹੋ ਗਈਆਂ, ਕਿਉਂਕਿ ਅਸੀਂ ਦੇਖੋ ਗੁਰੂ ਸਾਹਿਬ ਨੇ ਨਹੀਂ ਸੀ ਕਿਹਾ ਵੀ ਵੱਡੇ ਘਰ ਵੱਡੀਆਂ ਕਾਰਾਂ ਨਸ਼ੇ ਵੇਚਣੇ ਗਰਮ ਗੱਲਾਂ ਕਰਨੀਆਂ, ਇਹ ਜਿਹੜੀਆਂ ਵਾਈਬ੍ਰੇਸ਼ਨਾਂ ਨੇ ਉਹ ਬੱਚਿਆਂ ਤੇ ਅਸਰ ਕਰਦੀਆਂ ਨੇ ਸੋਸਾਇਟੀ ਦੀਆਂ। ਤੇ ਇਸ ਕਰਕੇ ਸਾਡੇ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਕੋਸ਼ਿਸ਼ ਕਰਨੀ ਪੈਣੀ ਆ, ਕਿਉਂਕਿ ਇਹ ਚੀਜ਼ ਨੂੰ ਇੱਥੇ ਗੋਰੇ ਲਾਇਕ ਨਹੀਂ ਕਰਦੇ। ਤੁਸੀਂ ਹੁਣ ਦੇਖੋ ਬਈ ਸਰੀ ਦੇ ਵਿੱਚ ਜਿਹੜੇ ਗੈਂਗਵਾਰ ਚੱਲਦੀ ਹੈ ਬੱਚਿਆਂ ਦੀ, ਤੇ ਪੁਲਿਸ ਕੰਟਰੋਲ ਨਹੀਂ ਕਰ ਸਕਦੀ? ਕਰ ਸਕਦੀ ਆ, ਪਰ ਉਹ ਕਿਉਂ ਨਹੀਂ ਕਰਦੇ? ਉਹ ਕਹਿੰਦੇ ਆ ਵੀ ਠੀਕ ਆ ਇਹਨਾਂ ਨੂੰ ਮਰੇ ਚੰਗੇ ਆਏ। ਇਸ ਕਰਕੇ ਸਾਡੀ ਕੌਮ ਨੂੰ ਬੜਾ ਸੋਚਣਾ ਪੈਣਾ, ਇਹ ਬੜਾ ਜ਼ਰੂਰੀ ਆ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਖੈਰ ਇਹਨਾਂ ਨੇ ਆਪਣੇ ਵਿਚਾਰ ਹੀ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੇ ਆ, ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਆਏ ਹੋ ਪ੍ਰੋਗਰਾਮ ਦੇ ਵਿੱਚ। ਅਤੇ ਬਾਕੀ ਵੇਖਣ ਸੁਣਨ ਵਾਲੇ ਨੇ ਜਿਹੜੇ, ਤੁਹਾਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਪ੍ਰੋਗਰਾਮ ਵਿੱਚ ਆ ਕੇ ਆਪਣੇ ਬੱਚਿਆਂ ਦੇ ਸੰਬੰਧੀ ਕੋਈ ਗੱਲਬਾਤ ਤੁਸੀਂ ਕਰਨੀ ਹੈ ਤਾਂ ਜ਼ਰੂਰ ਤੁਸੀਂ ਆ ਸਕਦੇ ਹੋ। ਟੈਲੀਫੋਨ ਨੰਬਰ ਹੈ ਜਿਹੜਾ ਸਾਡਾ ਉਹ ਸਕਰੀਨ 'ਤੇ ਆ ਰਿਹਾ ਹੈ। ਭੈਣ ਜੀ ਆਪਾਂ ਇੱਕ ਦੋ ਮਿੰਟਾਂ ਤੋਂ ਬਾਅਦ ਵਾਪਸ ਆਵਾਂਗੇ ਅਤੇ ਆਪਾਂ ਗੱਲ ਨੂੰ ਫਿਰ ਉੱਥੋਂ ਹੀ ਅੱਗੇ ਤੋਰਾਂਗੇ। ਹਾਂਜੀ, ਬਹੁਤ ਸਾਰੇ ਮੇਰੇ ਹੋਰ ਸਵਾਲ ਨੇ। ਹਾਂਜੀ, ਥੈਂਕ ਯੂ ਤੁਹਾਡੇ ਨਾਲ ਵੇਖਣ ਸੁਣਨ ਵਾਲੇ ਤੁਸੀਂ ਵੇਖ ਰਹੇ ਹੋ ਇਸ ਵੇਲੇ ਸਾਂਝਾ ਟੀਵੀ 'ਤੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਹੁਣੇ ਵਾਪਸ ਆ ਕੇ ਤੁਹਾਡੇ ਨਾਲ ਗੱਲਬਾਤ ਨੂੰ ਇੱਥੋਂ ਹੀ ਅੱਗੇ ਤੋਰਾਂਗੇ। ਕਿਤੇ ਨਾ ਜਾਇਓ ਤੁਸੀਂ, ਕਿਉਂਕਿ ਅਸੀਂ ਵੀ ਇੱਥੇ ਹੀ ਰਹਿਣਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਕੱਚੇ ਕੱਚ ਦੇ ਕੰਗਣ ਬਾਹੀ ਪਾਇਆ ਨਾ ਕਰੋ, ਹਾਂ ਪਾਇਆ ਨਾ ਕਰੋ ਜੀ, ਟੁੱਟ ਜਾਣਗੇ, ਹਾਂ ਟੁੱਟ ਜਾਣਗੇ ਜੀ, ਬਹੁਤਾ ਛਿਣਕਾਇਆ ਨਾ ਕਰੋ। ਅੱਜ ਤਾਂ ਵਧਾਈਆਂ ਦੇਣੀਆਂ ਬਣਦੀਆਂ ਜੀ, ਕਿਉਂਕਿ ਤੁਹਾਡਾ ਸਾਂਝਾ ਟੀਵੀ ਅੱਜ USA ਵਿੱਚ ਸਲਿੰਗ ਟੀਵੀ 'ਤੇ ਲਾਂਚ ਹੋ ਰਿਹਾ। ਸਰੀ ਦੀ ਸਭ ਤੋਂ ਵਧੀਆ ਕੇਟਰਿੰਗ ਸ਼ਾਹੀ ਕੇਟਰਿੰਗ ਸਵੀਟਸ ਐਂਡ ਰੈਸਟੋਰੈਂਟ। ਸ਼ਾਹੀ ਕੇਟਰਿੰਗ ਇਜ਼ ਪ੍ਰੋਵਾਈਡਿੰਗ ਬੈਸਟ ਐਂਡ ਫ੍ਰੈਸ਼ ਔਨ ਸਾਈਟ ਕੇਟਰਿੰਗ, ਟੇਕ ਆਊਟ ਸਰਵਿਸਿਜ਼ ਐਂਡ ਡੈਕੋਰੇਸ਼ਨਸ ਫਾਰ ਆਲ ਦੀ ਈਵੈਂਟਸ। ਵੀ ਹੈਵ ਆ ਬੈਂਕਟ ਹਾਲ ਫਾਰ ਐਨੀ ਕਾਇੰਡ ਆਫ ਗੇਟਰਿੰਗ। ਸਿਲਵਰ ਐਂਡ ਗੋਲਡ ਪੈਕੇਜਿਸ ਲਈ ਕੰਪਲੀਮੈਂਟਰੀ ਸਰਵਿਸਿਜ਼। ਵੀ ਆਰ ਸਰਵਿੰਗ ਯੂ ਫਾਰ ਲਾਸਟ 12 ਈਅਰਸ। For a memorable dining experience, visit Shahi Catering Suites and Restaurant, 12815 85th Avenue 104 Surrey BC. You can contact on 778-565-3232 or either you can contact on 778-565-4141 or you can contact on 778-928-4522 and you can log on to www.shahicatering.com। ਇਹ ਪਲ ਮੇਰੇ ਲਈ ਬਹੁਤ ਖਾਸ ਹੈ। I've waited for this moment my entire life। ਕਹਿਣ ਨੂੰ ਤਾਂ ਬਹੁਤ ਕੁਝ ਹੈ but words can't express my joy। It's more than a card to me। Thanks to Basant Motors for introducing us। Fresh fruits, fresh vegetables direct from the farms, all grocery from around the world। India de sare khatte meethe chatpate taste available। Kitchenware, appliances and much more, oh we sirf ek chhat hi tha। Sabzi Mandi Supermarket, where you can also find one of the largest outlet of Western Union। So visit one of 7 locations near to you। You can contact on 604-590-2400।
And you can log on to www.sabzimandicanada.com. ਭਾਰਤੀ ਇਲਾਜ ਪਰੰਪਰਾ ਚੋਂ ਪ੍ਰਾਚੀਨ ਪੱਧਤੀ ਆਯੁਰਵੇਦ ਹੁਣ ਕੈਨੇਡਾ ਚ ਵੀ ਹਰ ਬਿਮਾਰੀ ਦਾ ਇਲਾਜ ਆਯੁਰਵੇਦਿਕ ਢੰਗ ਨਾਲ ਬਿਨਾ ਕਿਸੇ ਸਾਈਡ ਇਫੈਕਟ ਦੇ ਸਹੀ ਇਲਾਜ ਹਰ ਬਿਮਾਰੀ ਦੇ ਪ੍ਰੋਪਰ ਟ੍ਰੀਟਮੈਂਟ ਲਈ ਮਿਲੋ ਕੈਨੇਡਾ ਦੇ ਫੇਮਸ ਆਯੁਰਵੇਦਿਕ ਡਾਕਟਰ ਦੱਤਾ ਨਾਲ ਦੱਤਾ ਹੈਲਥ ਕੇਅਰ ਸੈਂਟਰ ਆਯੁਰਵੇਦਿਕ ਕਲੀਨਿਕ ਆਯੁਰਵੈਦਿਕ ਦੁਨੀਆ ਦਾ ਸਭ ਤੋਂ ਪੁਰਾਣਾ ਅਤੇ ਵਧੀਆ ਹੈਲਥ ਕੇਅਰ ਸਿਸਟਮ ਹੈਗਾ ਅਸੀਂ ਆਪਣੇ ਕਲੀਨਿਕ ਦੇ ਵਿੱਚ ਆਯੁਰਵੈਦਿਕ ਦਵਾਈਆਂ ਦੇ ਨਾਲ ਤਕਰੀਬਨ ਹਰ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਯੁਰਵੈਦਿਕ ਦਵਾਈਆਂ ਦਾ ਟ੍ਰੀਟਮੈਂਟ ਦੇ ਦੌਰਾਨ ਜਦੋਂ ਅਸੀਂ ਟ੍ਰੀਟਮੈਂਟ ਲੈ ਰਹੇ ਹਾਂ ਜਾਂ ਉਸ ਤੋਂ ਬਾਅਦ ਵੀ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਔਰ ਇਹਦੇ ਵਿੱਚ ਤਕਰੀਬਨ ਅਸੀਂ ਹਰ ਬਿਮਾਰੀ ਦਾ ਹੱਲ ਕਰਦੇ ਹਾਂ 80th Avenue Unit 109 Surrey British Columbia V3W3A8 Call 604-722-4958 or log on to www.ayurvedicure.co ਸਾਡੀ ਵਾਪਸੀ ਹੈ ਜੀ ਪ੍ਰੋਗਰਾਮ ਰੂਹ ਦੀਆਂ ਗੱਲਾਂ ਦੇ ਵਿੱਚ ਸਾਂਝਾ ਟੀਵੀ ਤੋਂ ਅਤੇ ਮੇਰੇ ਨਾਲ ਜਸਵੀਰ ਰੰਧਾਵਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਜਿਹੜੇ ਅਰਲੀ ਚਾਈਲਡਹੁੱਡ ਐਜੂਕੇਟਰ ਹਨ ਬੱਚਿਆਂ ਦੇ ਨਾਲ ਤਕਰੀਬਨ 35 ਸਾਲ ਹੋ ਗਏ ਇਹਨਾਂ ਨੂੰ ਵਿਚਰਦਿਆਂ ਨੂੰ ਅਤੇ ਬੱਚਿਆਂ ਦੇ ਸੰਬੰਧ 'ਚ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਇਹਨਾਂ ਨਾਲ ਸਾਂਝਾ ਕਰ ਸਕਦੇ ਹੋ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਤੁਹਾਨੂੰ ਜਵਾਬ ਦੇ ਸਕਣਗੇ ਅਦਰਵਾਈਜ਼ ਤੁਹਾਨੂੰ ਹੋਰ ਕੋਈ ਨਾ ਕੋਈ ਹੀਲਾ ਵਸੀਲਾ ਜਿਹੜਾ ਜ਼ਰੂਰ ਅੱਜ ਦੇ ਪ੍ਰੋਗਰਾਮ 'ਚ ਦੱਸਣਗੇ ਭਾਅ ਜੀ ਆਪਾਂ ਗੱਲ ਨੂੰ ਉੱਥੋਂ ਹੀ ਅੱਗੇ ਤੋਰਦੇ ਹਾਂ ਬੱਚਿਆਂ ਦੇ ਨਾਲ ਜਿਹੜਾ ਵਿਸ਼ਵਾਸ ਪੈਦਾ ਕਰਨਾ ਟਰੱਸਟ ਹੈ ਜਿਹੜਾ ਉਹ ਕਿਵੇਂ ਬਿਲਡ ਕੀਤਾ ਜਾਵੇ ਟਰੱਸਟ ਤੁਸੀਂ ਬਿਲਡ ਇੱਦਾਂ ਕਰਦੇ ਆ ਕਿ ਬੱਚੇ ਆਰ ਲੁਕਿੰਗ ਫੋਰ ਬਾਉਂਡਰੀਜ਼ ਕਿਉਂਕਿ ਜੇ ਹੁਣ 2 ਸਾਲ ਦਾ ਬੱਚਾ ਆ ਜਾਂ 1 ਸਾਲ ਦਾ ਬੱਚਾ ਆ ਉਹ ਭੱਜਿਆ ਜਾਂਦਾ ਆ ਅਤੇ ਜੇ ਅਸੀਂ ਉਹਨੂੰ ਫੜਦੇ ਨਹੀਂ ਹੈ ਤਾਂ ਉਹ ਫਿਰ ਡਿੱਗ ਪੈਂਦਾ ਹੈ ਉਹਦਾ ਫਿਰ ਹੌਲੀ ਹੌਲੀ ਜੇ ਅਸੀਂ ਉਹਨੂੰ ਫੜ ਕੇ ਪ੍ਰੋਟੈਕਟ ਕਰਦੇ ਹਾਂ ਅਤੇ ਅਸੀਂ ਉਹਨੂੰ ਮਤਲਬ ਕਹਿੰਦੇ ਹਾਂ ਵੀ ਅੱਗੇ ਹੁਣ ਖਾਈ ਆ ਜਾਂ ਅੱਗੇ ਸੜਕ ਆ ਗਈ ਆ ਉਹ ਤੁਹਾਡਾ ਬੱਚਾ ਫਿਰ ਦੇਖਦਾ ਹੈ ਵੀ ਆਹ ਵਾਕਿਆ ਹੀ ਉਹਨੂੰ ਉਸ ਵੇਲੇ ਭਾਵੇਂ ਨਾ ਸਮਝ ਲੱਗਦੀ ਹੋਵੇ ਕਿ ਵਾਕਿਆ ਹੀ ਯੂ ਆਰ ਪ੍ਰੋਟੈਕਟਿੰਗ ਮੀ ਤੁਸੀਂ ਮੇਰੀ ਲੁੱਕ ਆਫਟਰ ਕਰਦੇ ਆ ਤੁਸੀਂ ਮੇਰੀ ਆ ਤੁਸੀਂ ਮੈਨੂੰ ਦੇਖਦੇ ਤੁਸੀਂ ਮੈਨੂੰ ਖੇਡਦੇ ਨੂੰ ਦੇਖਦੇ ਆ ਤੇ ਸਾਡੇ ਤੇ ਵਿਸ਼ਵਾਸ ਕਰਨ ਲੱਗ ਸਾਡੇ ਤੇ ਵਿਸ਼ਵਾਸ ਕਰਨ ਲੱਗ ਪੈਂਦੇ ਨਾ ਤੇ ਜੇ ਅਸੀਂ ਬੱਚਿਆਂ ਨੂੰ ਹੁਣ ਤੁਸੀਂ ਆਪਣੇ ਕਿਤੇ ਵੀ ਚਲੇ ਜਾਓ ਬੱਚੇ ਜਿਹੜੇ ਆ ਉਹ ਭੱਜੇ ਹੀ ਫਿਰਦੇ ਆ ਨਾ ਤੇ ਉਹ ਬੱਚਿਆਂ ਨੂੰ ਸਾਡੇ ਤੇ ਇਹ ਵਿਸ਼ਵਾਸ ਹੈ ਨਹੀਂ ਗਾ ਵੀ ਇਹਨਾਂ ਨੇ ਆਪ ਪਾਰਟੀਜ਼ 'ਤੇ ਜਾਣਾ ਸਾਡਾ ਕੋਈ ਕੰਮ ਨਹੀਂ ਉੱਥੇ ਜਿਹੜੇ ਹੁਣ ਤੁਸੀਂ ਦੇਖੋ ਵੀ ਜਿਹੜੇ ਪੇਰੈਂਟਸ ਬੱਚਿਆਂ ਦੇ ਨਾਲ ਵੀ ਆਪਣਾ ਟਰੱਸਟ ਬਿਲਡ ਕਰਨਾ ਚਾਹੁੰਦੇ ਆ ਚਾਹੇ ਉਹ ਗੋਰੇ ਹੋਣ ਚਾਹੇ ਉਹ ਆਪਣੇ ਹੋਣ ਉਹਨਾਂ ਨੇ ਬੱਚਿਆਂ ਲਈ ਗੇਮਸ ਰੱਖੀਆਂ ਹੁੰਦੀਆਂ ਬੱਚਿਆਂ ਲਈ ਕੋਈ ਬੰਦਾ ਹਾਇਰ ਕੀਤਾ ਹੁੰਦਾ ਕਿ ਤੁਸੀਂ ਇਹਨਾਂ ਨੇ ਬੱਚਿਆਂ ਦੀ ਅਸੀਂ ਜੇ ਬੈਠ ਕੇ ਫਨ ਕਰਨਾ ਤੇ ਬੱਚੇ ਵੀ ਜਿਹੜੇ ਆ ਉਹਨਾਂ ਨੇ ਵੀ ਫਨ ਕਰਨਾ ਬੈਠ ਕੇ ਨਾ ਜਾਂ ਉਹਨਾਂ ਨੂੰ ਮੂਵੀ ਲਾ ਦੇਣਗੇ ਜਾਂ ਤੁਸੀਂ ਬੱਚਿਆਂ ਲਈ ਗੇਮਸ ਹੋ ਜਾਣਗੀਆਂ ਬੱਚਿਆਂ ਨੂੰ ਮੈਕਡੋਨਲਡ ਲਿਆ ਦਿਓ ਜੀ ਬੱਚਿਆਂ ਲਈ ਅਲੱਗ ਪੀਜ਼ਾ ਲਿਆ ਦਿਓ ਸੋ ਉਹ ਬੱਚੇ ਕੀ ਕਰਦੇ ਆ ਕਿ ਉਹ ਬੱਚੇ ਸਿੱਖਦੇ ਆ ਵੀ ਵੀ ਆਰ ਇੰਪੋਰਟੈਂਟ ਜਦੋਂ ਅਸੀਂ ਬੱਚਿਆਂ ਨੂੰ ਇੰਪੋਰਟੈਂਸ ਨਹੀਂ ਦਿੰਦੇ ਅਸੀਂ ਗਲਤ ਤਰੀਕੇ ਨਾਲ ਆ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਸਾਰਾ ਕੁਝ ਤੁਹਾਡੇ ਲਈ ਕਰਦੇ ਹਾਂ ਅਸੀਂ ਬੱਚਿਆਂ ਲਈ ਨਹੀਂ ਕਰਦੇ ਬੱਚੇ ਤਾਂ ਜਿਹੜੀ ਤੁਸੀਂ ਪੁਰਾਣੀ ਕਾਰ 'ਚ ਵੀ ਬੱਚੇ ਨੂੰ ਘੁਮਾ ਫਿਰਾ ਕੇ ਉਹਦੇ ਨਾਲ ਟਾਈਮ ਸਪੈਂਡ ਕਰ ਲਓ ਨਾ ਬੱਚੇ ਨੂੰ ਤੁਹਾਡੀ ਕਾਰ ਨਹੀਂ ਯਾਦ ਰਹਿਣੀ ਬੱਚੇ ਨੂੰ ਇਹ ਯਾਦ ਰਹਿਣਾ ਵੀ ਸਾਡੇ ਪੇਰੈਂਟਸ ਸਾਨੂੰ ਲੈ ਕੇ ਗਏ ਸੀ ਕਿਤੇ ਚਲੋ ਆਪਾਂ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰਦੇ ਹਾਂ ਤੇ ਅਸੀਂ ਉਹਨਾਂ ਦੇ ਜਾਂ ਸਾਡੇ ਕੋਲ ਟੀਵੀ ਫੜ ਜਾਂ ਅਸੀਂ ਟੀਵੀ ਲਾਇਆ ਹੁੰਦਾ ਜਾਂ ਅਸੀਂ ਆਪਣੇ ਸੈੱਲ ਫੋਨ 'ਤੇ ਹੁੰਦੇ ਜਾਂ ਅਸੀਂ ਵਟਸਐਪ 'ਤੇ ਮੈਸੇਜ ਚੈੱਕ ਕਰ ਰਹੇ ਹੁੰਦੇ ਜਾਂ ਅਸੀਂ ਫੇਸ ਟਾਈਮ 'ਤੇ ਹੁੰਦੇ ਹਾਂ ਜਦੋਂ ਤੁਸੀਂ ਬੱਚਿਆਂ ਨਾਲ ਤੁਸੀਂ ਇਹ ਤਾਂ ਰਿਸਰਚ ਸਾਨੂੰ ਖੋਜ ਕਰ ਇਹ ਦੱਸਦੇ ਆ ਵੀ ਤੁਸੀਂ 5 ਮਿੰਟ ਈਵਨ 2 ਮਿੰਟ ਤੁਸੀਂ ਆਪਣਾ ਫੋਨ ਤੇ ਚੀਜ਼ਾਂ ਸਭ ਪਿੱਛੇ ਰੱਖ ਕੇ ਤੇ ਤੁਸੀਂ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰੋ ਫਲੋਰ ਤੇ ਬੈਠ ਕੇ ਬੱਚੇ ਨੂੰ ਤੁਸੀਂ ਹੱਗ ਦਿਓ ਤੇ ਉਹ ਬੱਚਾ ਜਿਹੜਾ ਹੈ ਨਾ ਅਸੀਂ ਉਹਨੂੰ ਹੱਗ ਵੀ ਦਿੰਨੇ ਆ ਜੱਫੀ ਪਾਉਨੇ ਆ ਨਾ ਹਾਈ ਹਾਊ ਆਰ ਯੂ ਤੇ ਉਹ ਬੱਚਾ ਵੀ ਉਦਾਂ ਹੀ ਕਰਦਾ ਫਿਰ ਧਿਆਨ ਕਿਤੇ ਹੋਰ ਹੁੰਦਾ ਧਿਆਨ ਹੋਰ ਹੁੰਦਾ ਤੁਸੀਂ ਬੱਚੇ ਨੂੰ ਹੱਗ ਕਰਕੇ ਕਹਿੰਦੇ ਹੁੰਦੇ ਆ ਤੁਸੀਂ 20 ਤੱਕ ਗਿਣੋ ਕੀ ਦੇ ਰਹੇ ਤੁਸੀਂ ਬੱਚੇ ਨੂੰ ਆਪਣਾ ਟਰੱਸਟ ਬੱਚੇ ਨੂੰ ਆਪਣਾ ਵਾਰਨ ਦੇ ਰਹੇ ਆ ਕਿ ਆਈ 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 ਤੁਸੀਂ ਹੁਣ ਇੱਥੇ ਆਏ ਹੋ ਮੇਰੇ ਕੋਲ ਆਈ ਆਈ ਕੇਅਰ ਅਬਾਊਟ ਯੂ ਆਈ ਜਦੋਂ ਅਸੀਂ ਕਿੰਨੀ ਕੁ ਵਾਰੀ ਬੱਚੇ ਨੂੰ ਕਹਿੰਦੇ ਜਾਂ ਅਸੀਂ ਹੁਣ ਵਟਸਐਪ ਤੇ ਮੈਸੇਜ ਜਾਂ ਬੱਚੇ ਵੱਡੇ ਵੀ ਥੋੜੇ ਬਹੁਤੇ ਹੋ ਜਾਂਦੇ ਆ ਹੁਣ ਬੱਚਾ ਉੱਠਦਾ ਸਕੂਲੋਂ ਆਉਂਦਾ ਬੱਚਾ ਅਸੀਂ ਕਹਿੰਦੇ ਹਾਂ ਕਿ ਮੈਂ ਬਹੁਤ ਮਿਸ ਕੀਤਾ ਤੁਹਾਨੂੰ ਬੇਟੇ
ਜਾਂ ਡੇ ਕੇਅਰ ਤੋਂ ਚੁੱਕਦੇ ਆ ਤੁਸੀਂ ਕਹਿੰਦੇ ਆ ਵੀ ਮੈਂ ਬਹੁਤ ਮਿਸ ਕੀਤਾ ਤੁਹਾਨੂੰ, ਉਹ ਬੱਚਾ ਕੀ ਸੋਚਦਾ? ਜੀ ਜੀ ਜੀ, ਉਹ ਬੱਚਾ ਕਹਿੰਦਾ ਵੀ ਹਾਂ ਮੇਰੇ ਮਾਂ ਪਿਓ ਨੇ ਕੰਮ ਕਰਨਾ ਆ ਪਰ ਮੇਰੇ ਮਾਂ ਪਿਓ ਮੈਨੂੰ ਮਿਸ ਕੀਤਾ। ਤੇ ਜੇ ਅਸੀਂ ਬੱਚੇ ਨੂੰ ਫੋਨ ਲਾਇਆ ਹੋਇਆ ਕੰਮ ਤੇ ਤਾਂ ਅਸੀਂ ਬੱਚੇ ਨੂੰ ਡੇ ਕੇਅਰ ਜਾਂ ਸਕੂਲ ਤੋਂ ਲੈ ਕੇ ਆਉਂਦੇ ਹਾਂ ਤੇ ਉਹਦੇ ਵਿੱਚ ਜਿਹੜਾ ਆ ਉਹਦੇ ਵਿੱਚ ਬੱਚੇ ਦੇ ਨਾਲ ਅਸੀਂ ਟਾਈਮ ਨਹੀਂ ਸਪੈਂਡ ਕਰਦੇ, ਉਹ ਗੈਪ ਰਹਿ ਜਾਣਾ, ਕਿਤੇ ਨਾ ਕਿਤੇ ਰਹਿ ਜਾਂਦਾ। ਬੱਚੇ ਨੇ ਤੁਹਾਨੂੰ ਟਰੱਸਟ ਨਹੀਂ ਕਰਨਾ। ਹੁਣ ਜਿਹੜੇ ਤੇ ਮਾਂ ਪਿਓ ਕੰਮ ਕਰਦੇ ਆ ਉਹਨਾਂ ਨੂੰ ਤੇ ਇਕੁਅਲ ਸਾਰਾ ਕੁਝ ਕਰਨਾ ਚਾਹੀਦਾ ਨਾ, ਪਰ ਜਿਹੜੀਆਂ ਮਦਰਸ ਹੁਣ ਘਰ ਰਹਿੰਦੀਆਂ, ਮੈਂ ਇਹ ਨਹੀਂ ਕਹਿੰਦੀ ਕਿ ਮਦਰਸ ਮੇਰੇ ਤੇ ਖਫਾ ਹੋਣ ਇਸ ਗੱਲ ਤੋਂ, ਜਦੋਂ ਅਸੀਂ ਘਰ ਰਹਿੰਦੇ ਹਾਂ ਫਿਰ ਬਹੁਤੇ ਕਿੰਤੂ ਪ੍ਰੰਤੂ ਸਾਨੂੰ ਕਰਨ ਦੀ ਲੋੜ ਨਹੀਂ। ਸਾਡੇ ਕੋਲ ਸਾਰਾ ਦਿਨ ਜਿਹੜਾ ਆ ਅਸੀਂ ਇਸੇ ਕਰਕੇ ਘਰ ਰਹਿੰਦੇ ਹਾਂ ਕਿ ਅਸੀਂ ਬੱਚਿਆਂ ਦੀ ਲੁੱਕ ਆਫਟਰ ਕਰਨੀ, ਅਸੀਂ ਘਰ ਦੀ ਲੁੱਕ ਆਫਟਰ ਕਰਨੀ ਹੈ ਨਾ। ਫਿਰ ਉਹਨਾਂ ਨੂੰ ਜਦੋਂ ਤੁਸੀਂ ਫਾਦਰ ਦਾ ਡਰ ਦਿੰਦੇ ਹਾਂ ਕਿ ਆ ਲੈਂਦੇ ਤੇਰੇ ਪਾਪਾ ਨੂੰ, ਫਿਰ ਪਾਪਾ ਨਾਲ ਬਹੁਤ ਵੱਡੀ ਜ਼ਿਆਦਤੀ ਆ। ਤੁਸੀਂ ਬੱਚੇ ਨੂੰ ਕਿਉਂ ਨਹੀਂ ਹੈਂਡਲ ਕਰ ਸਕਦੇ? ਇਹਦਾ ਮਤਲਬ ਕਿ ਤੁਹਾਡੇ ਫਾਦਰ ਦੀ ਸਾਈਡ ਥੋੜੀ ਜ਼ਿਆਦਾ ਨਹੀਂ ਲੈ ਰਹੇ? ਨਹੀਂ ਨਹੀਂ, ਫਾਦਰ ਦੀ ਜ਼ਿਆਦਾ ਨਹੀਂ ਲੈ ਰਹੇ। ਜੇ ਹੁਣ ਫਾਦਰ ਵੀ ਘਰ ਆ ਤੇ ਕਹਿੰਦੇ ਵੀ ਆ ਲੈਂਦੇ ਤੇਰੀ, ਆ ਲੈਂਦੇ ਤੇਰੀ, ਹੁਣ ਉਹ ਵੀ ਫਾਦਰ ਨੇ ਜਿਹੜੇ ਸਵੇਰ ਤੋਂ ਕੰਮ ਤੇ ਗਏ ਹੁੰਦੇ ਆ, ਮਾਂ ਬੱਚਿਆਂ ਦੇ ਨਾਲ ਘਰ ਹੁੰਦੀ ਹੈ, ਸ਼ਾਮ ਨੂੰ ਬਾਪ ਨੇ ਆਉਣਾ ਜਦੋਂ ਘਰ ਦੀਆਂ ਪੌੜੀਆਂ ਚੜ੍ਹਨੀਆਂ ਨੇ ਤੇ ਫੋਨ ਕੰਨ ਨੂੰ ਲੱਗਿਆ ਹੁੰਦਾ, ਬਹੁਤ ਮਾੜੀ ਗੱਲ। ਉਧਰੋਂ ਪਤਨੀ ਵੀ ਦੇਖ ਰਹੀ ਹੁੰਦੀ ਹੈ, ਬੱਚੇ ਵੀ ਦੇਖ ਰਹੇ ਹੁੰਦੇ ਆ, ਭੱਜ ਕੇ ਜਾਂਦੇ ਆ ਕਈ ਵਾਰੀ ਪੌੜੀ ਦੇ ਕੋਲੇ। ਬਿਲਕੁਲ ਹਾਂਜੀ, ਔਰ ਇਹ ਸੱਚੀ ਗੱਲ ਆ, ਮੇਰੇ ਭੈਣ ਭਰਾ ਇਸ ਗੱਲ ਨਾਲ ਸਹਿਮਤ ਹੋਣਗੇ। ਬੱਚੇ ਦੌੜ ਕੇ ਜਾਂਦੇ ਆ, ਬਾਪ ਦੀਆਂ ਲੱਤਾਂ ਨੂੰ ਤਾਂ ਚੁੰਬੜ ਜਾਂਦੇ ਆ ਪਰ ਉਹ ਬਾਪ ਦੇ ਗਲ ਤੱਕ ਨਹੀਂ ਅੱਪੜ ਸਕਦੇ, ਕਿਉਂਕਿ ਫੋਨ ਕਰਨ ਦਾ ਧਿਆਨ ਉਹਨਾਂ ਦਾ ਕਿਤੇ ਹੋਰ ਹੈ। ਤੁਸੀਂ ਮੇਰੀ ਗੱਲ ਜਿਹੜੀ ਉਹਦਾ ਕੁਐਸਚਨ ਬਣਾਤਾ ਵਿੱਚ, ਮੈਂ ਦੂਸਰੀ ਗੱਲ ਮੇਰੀ ਇਹ ਸੀ ਵੀ ਜਦੋਂ ਤੁਸੀਂ ਘਰ ਆਉਂਦੇ ਹੋ ਫਾਦਰ ਵੀ ਸ਼ਾਮ ਨੂੰ ਹੈ ਨਾ, ਆਪਣਾ ਸਾਰਾ ਕੁਛ ਪਹਿਲੇ ਜਿਹੜੇ 15 ਮਿੰਟ ਆ ਨਾ, ਮੈਂ ਕਈ ਫੈਮਿਲੀਜ਼ ਦੇਖੀਆਂ ਮਨਜੀਤ ਜੀ, ਉਹ ਜਦੋਂ ਕੰਮ ਤੋਂ ਆਉਂਦੇ ਆ ਨਾ ਪਹਿਲੇ 15 ਮਿੰਟ ਉਹਨਾਂ ਨੇ ਬੱਚਿਆਂ ਦੇ ਨਾਲ ਖੇਲਣਾ, ਬੈਗ ਰੱਖਦੇ ਸਾਰ ਬੱਚਿਆਂ ਬੈਗ ਰੱਖਦੇ ਸਾਰ, ਫਿਰ ਉਹਨਾਂ ਨੇ ਆਪਣੀ ਵਾਈਫ ਹੈ ਨਾ ਤੁਸੀਂ ਉਹਨੂੰ ਕਹਿੰਦੇ ਹੋ ਵੀ ਯੂ ਹੈਡ ਏ ਹਾਰਡ ਡੇ, ਤੁਹਾਡਾ ਕੀ ਕੰਮ, ਤੁਹਾਡਾ ਕੀ ਹਾਲ ਹੈ। ਇਹ ਨਹੀਂ ਮੈਂ ਕਹਿੰਦੀ ਕਿ ਤੁਸੀਂ ਦੋਨੋਂ ਪਾਸੇ ਆਣ ਕੇ ਤੁਸੀਂ, ਕਿਉਂਕਿ ਜਿਹੜਾ ਤੁਹਾਡਾ ਸਭ ਤੋਂ ਤੁਸੀਂ ਆਪਣਾ ਸਟ੍ਰੈਸ ਰਿਲੈਕਸ ਕਰ ਸਕਦੇ ਆ ਨਾ, ਤੁਸੀਂ ਬੱਚੇ ਨਾਲ ਕਰ ਸਕਦੇ ਜਦੋਂ ਫਾਦਰਸ ਕੰਮ ਤੋਂ ਆਉਂਦੇ ਆ। ਹੁਣ ਜਦੋਂ ਅਸੀਂ ਕੋਰਸ ਕਰਾਉਂਦੇ ਹਾਂ ਨਾ ਤੇ ਸਾਡੇ ਜਿਹੜੇ ਪੇਰੈਂਟਸ ਆਉਂਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਣੀ ਟੇਕ ਕੇਅਰ ਕਿੱਦਾਂ ਕਰਦੇ ਆ। ਫਾਦਰ ਤੇ ਆਏ ਬਾਹਰ, ਉਹਨਾਂ ਨੇ ਆਪਣੀ ਟੇਕ ਕੇਅਰ ਵੀ ਕਰ ਲਈ, ਫੋਨ ਤੇ ਕਰ ਲਿਆ, ਜਿਮ ਵੀ ਚਲੇ ਗਏ, ਆਪਣੇ ਦੋਸਤਾਂ ਮਿੱਤਰਾਂ ਨਾਲ ਗੱਲ ਕਰ ਲਏ। ਜਿਹੜੀ ਔਰਤ ਸਾਰਾ ਦਿਨ ਘਰ ਹੁੰਦੀ ਆ ਉਹ ਵਿਚਾਰੀ ਬੱਚਿਆਂ ਦੇ ਨਾਲ, ਉਹਨੂੰ ਐਡਲਟ ਚਾਹੀਦਾ ਹੁੰਦਾ ਕੋਈ, ਜਦੋਂ ਤੁਸੀਂ ਹਰ ਵੇਲੇ ਬੱਚਿਆਂ ਨਾਲ ਗੱਲ ਬੈਲੈਂਸ ਕਰ ਗਏ ਤੁਸੀਂ? ਨਹੀਂ ਨਹੀਂ, ਮੈਂ ਕਰਨਾ ਬੈਲੈਂਸ ਕਰਕੇ ਆਉਣਾ ਸੀ, ਇੱਥੇ ਪਹੁੰਚਣਾ ਸੀ। ਇਹਦੇ ਵਿੱਚ ਅਸੀਂ ਆਪਣੀ ਕਲਾਸ 'ਚ ਦੱਸਦੇ ਹੁੰਦੇ ਹਾਂ ਵੀ ਤੁਸੀਂ ਹਰ ਇੱਕ ਬੰਦੇ ਨੂੰ ਆਪਣੀ ਟੇਕ ਕੇਅਰ ਕਰਨੀ ਚਾਹੀਦੀ ਹੈ। ਮੈਂ ਕਈ ਵਾਰੀ ਇਹ ਕਹਿੰਦੀ ਹਾਂ ਕਿ ਤੁਸੀਂ ਜਦੋਂ ਹੁਣ ਮੈਨੂੰ, ਹੁਣ ਕਈ ਵਾਰੀ ਫੋਨ ਕਾਲ ਆਉਂਦੇ ਆ ਜਾਂ ਅਸੀਂ ਕਲਾਸਾਂ ਦਿੰਦੇ ਹਾਂ, ਮੈਂ ਇਹ ਪੁੱਛਦੀ ਹੁੰਦੀ ਹਾਂ ਵੀ ਇਹ ਨਹੀਂ ਕਿ ਤੁਸੀਂ ਕੀ ਕਰਦੇ, ਮਦਰ ਨੂੰ ਆਪਣੀ ਲੁੱਕ ਆਫਟਰ ਕਰਨੀ ਬਹੁਤ ਜ਼ਰੂਰੀ ਹੈ। ਇੱਕ ਤੁਸੀਂ ਆਪਾਂ ਹਰ ਵੇਲੇ ਜਦੋਂ ਫਲਾਈ ਕਰਦੇ ਹਾਂ, ਜਦੋਂ ਆਪਾਂ ਪਲੇਨ 'ਤੇ ਜਾਂਦੇ ਹਾਂ ਅਤੇ ਉਹ ਤੁਹਾਨੂੰ ਸੇਫਟੀ ਇੰਸਟਰਕਸ਼ਨਸ ਦਿੰਦੇ ਆ, ਉਹ ਕਹਿੰਦੇ ਆ ਵੀ ਜੇ ਐਮਰਜੈਂਸੀ ਹੋ ਗਈ ਤਾਂ ਕੀ ਕਰੋ। ਸਭ ਤੋਂ ਪਹਿਲਾਂ ਜੇ ਤੁਹਾਡੇ ਨਾਲ ਬੱਚਾ ਜਾਂ ਤੁਹਾਡੇ ਨਾਲ ਬਜ਼ੁਰਗ ਟਰੈਵਲ ਕਰ ਰਹੇ ਆ, ਆਕਸੀਜਨ ਮਾਸਕ ਪਹਿਲਾਂ ਆਪਣੇ ਆਪ ਨੂੰ। ਜੇ ਸਾਡੀ ਔਰਤ ਕਮਜ਼ੋਰ ਹੈ ਜਾਂ ਸਾਡੀ ਔਰਤ ਦੇ ਵਿੱਚ ਇੰਨਾ ਉਹਨੂੰ ਸਟ੍ਰੈਸ ਹੋ ਚੁੱਕਾ ਆ ਤਾਂ ਫਿਰ ਬੱਚਿਆਂ ਦੀ ਜਿਹੜੀ ਲੁੱਕ ਆਫਟਰ ਕਰਨੀ ਉਹ ਬਹੁਤ ਔਖੀ ਆ। ਮੈਂ ਬੈਲੈਂਸ ਇਸ ਹਿਸਾਬ ਨਾਲ ਕਰਨੀ, ਆਪਣੇ ਆਪ ਨੂੰ ਅਸੀਂ ਇਹ ਬੈਲੈਂਸ ਮਤਲਬ ਕਰ ਸਕਦੇ ਹਾਂ। ਜੇ ਅਸੀਂ ਘਰ ਰਹਿੰਦੇ ਹਾਂ ਨਾ ਸਾਨੂੰ ਕਿਸੇ ਨੂੰ ਜਸਟੀਫਾਈ ਕਰਨ ਦੀ ਲੋੜ ਨਹੀਂ। ਜੇ ਤੁਸੀਂ ਬੱਚਿਆਂ ਨੂੰ ਦੋ ਘੰਟੇ ਡੇ ਕੇਅਰ ਵੀ ਛੱਡਣਾ ਹੈ ਨਾ, ਫਿਰ ਕੀ ਹੋਇਆ, ਛੱਡ ਕੇ ਗੋ ਫੋਰ ਵਾਕ, ਐਕਸਰਸਾਈਜ਼ ਕਰ ਲਓ, ਵਾਕ ਲਈ ਚਲੇ ਜਾਓ, ਕਾਫੀ ਲਈ ਚਲੇ ਜਾਓ। ਹੁਣ ਕਈਆਂ ਮਦਰਸ ਇੱਥੇ ਸਾਡੇ ਕੋਰਸ ਤੋਂ ਮਦਰਸ ਗਰੁੱਪ ਬਣਾ ਲੈਂਦੀਆਂ ਆਪਣੇ, ਦੇ ਗੋ ਫੋਰ ਡਿਨਰ ਵਾਂਸ ਏ ਮੰਥ। ਅੱਛਾ ਭੈਣ ਜੀ, ਮੈਂ ਆਪਣੇ ਕੋਲ ਸਮਾਂ 15 ਮਿੰਟ ਹੀ ਹੋਰ ਰਹਿੰਦੇ ਆ ਤੇ ਇਹਦੇ 'ਚ ਮੈਂ ਕਈ ਸਵਾਲ ਤੁਹਾਨੂੰ ਹੋਰ ਪੁੱਛਣਾ। ਇੱਕ ਤਾਂ ਮੈਨੂੰ ਦੱਸੋ ਕਿ ਬੁਲਿੰਗ ਆ ਜਿਹੜੀ ਇਹ ਸਕੂਲਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ, ਕਈ ਬੱਚਿਆਂ ਦੇ ਨਾਲ ਹੁੰਦੀ ਹੈ, ਕਈ ਕਰਦੇ ਆ, ਹੈ ਨਾ, ਇਹਦਾ ਆਧਾਰ ਕੀ ਹੈ, ਕਿਉਂ ਬੱਚੇ ਇਸ ਤਰ੍ਹਾਂ ਕਰਦੇ? ਇਹਦਾ ਆਧਾਰ ਜੀ ਘਰ ਤੋਂ ਸ਼ੁਰੂ ਹੁੰਦਾ। ਅੱਛਾ, ਜਦੋਂ ਘਰ ਅਸੀਂ ਬੁਲਿੰਗ ਹੁੰਦੀ ਦੇਖਦੇ ਹਾਂ, ਮੈਂ ਇਹ ਨਹੀਂ ਕਿ ਆਦਮੀਆਂ ਦੀ ਸਾਈਡ ਲੈਂਦੀ ਹਾਂ, ਮੈਂ ਦੋਨੋਂ ਆਮ ਵੂਮਨ ਰਾਈਟਸ ਐਕਟੀਵਿਸਟ, ਸੋ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੈ ਨਾ। ਅਤੇ ਮੈਨੂੰ ਇਹ ਹੁੰਦਾ ਆ ਕਿ ਤੁਸੀਂ ਘਰ ਦੇ ਵਿੱਚ ਅਸੀਂ ਇੱਕ ਦੂਜੇ ਨਾਲ ਕਿੱਦਾਂ ਬੋਲਦੇ ਹਾਂ, ਘਰ ਦੇ ਵਿੱਚ ਅਸੀਂ ਬੱਚਿਆਂ ਨਾਲ ਕਿੱਦਾਂ ਬੋਲਦੇ ਹਾਂ। ਹੁਣ ਅੱਜ ਕੱਲ੍ਹ ਸਾਡੀ ਜਿਹੜੀ ਉਹ ਸੋਚਣ ਵਾਲੀ ਗੱਲ ਇਹ ਆ ਜਾਂ ਸਾਨੂੰ ਇਹ ਹੋ ਰਿਹਾ ਵੀ ਅੱਜ ਕੱਲ੍ਹ ਕੁੜੀਆਂ ਵੀ ਬੁਲਿੰਗ ਬਹੁਤ ਕਰਨ ਲੱਗ ਪਈਆਂ, ਕਿਉਂ ਕਰਨ ਲੱਗ ਪਈਆਂ, ਉਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਕਾਰਨ ਇਹ ਆ ਵੀ ਅਸੀਂ ਹੁਣ ਘਰ ਦੇ ਵਿੱਚ, ਮੈਂ ਨਹੀਂ ਕਹਿੰਦੀ ਕਿ ਸਾਰੇ ਘਰ ਦੇ ਕਰਦੇ ਆ, ਮੁੰਡੇ ਕੁੜੀਆਂ ਸਾਡੇ ਘਰਾਂ 'ਚ ਹੁੰਦੇ, ਅਸੀਂ ਕਹਿੰਦੇ ਹਾਂ ਜਦੋਂ ਦੋ ਬੱਚੇ ਸਕੂਲੋਂ ਆਉਂਦੇ ਆ ਨਾ, ਅਸੀਂ ਕਹਿੰਦੇ ਹਾਂ ਤਾਂ ਆਪਣੇ ਭਰਾ ਦੇ ਨਾ ਸ਼ੂਜ਼ ਚੱਕ ਕੇ ਵੀ ਪਰਾਂ ਰੱਖ ਦੇ, ਤੇਰੇ ਹੱਥਾਂ ਨੂੰ ਕੀ ਹੋ ਜਾਣਾ। ਮੁੰਡਾ ਸ਼ੂਜ਼ ਲਾ ਕੇ ਆ ਗਿਆ ਤੇ ਕੁੜੀ ਨੂੰ ਅਸੀਂ ਕਹਿੰਦੇ ਹਾਂ ਵੀ ਆਪਣੇ ਭਰਾ ਦੇ ਸ਼ੂਜ਼ ਚੁੱਕ ਕੇ ਰੱਖ ਦੇ, ਜੁਰਾਬਾਂ ਚੁੱਕ ਕੇ ਰੱਖ, ਪਾਣੀ ਦਾ ਗਲਾਸ ਲਿਆ,
ਹੁਣ ਮੈਂ ਕੀ ਕਵਾਂ ਬੱਚਿਆਂ ਦੇ ਸਾਹਮਣੇ ਕਿਉਂਕਿ ਤੁਸੀਂ ਕਿਚਨ ਚੋਂ ਆਏ ਹੋ ਭਾਵੇਂ ਤੁਸੀਂ ਆਦਮੀ ਹੋ ਔਰਤ ਹੋ ਕਿਚਨ ਚੋਂ ਤੁਸੀਂ ਆਏ ਆ ਤੁਸੀਂ ਪਾਣੀ ਦਾ ਗਲਾਸ ਨਹੀਂ ਲੈ ਸਕਦੇ ਫਿਰ ਅਸੀਂ ਜਦੋਂ ਇਹ ਇਹ ਬੁਲਿੰਗ ਜਿਹੜੀ ਹੈ ਘਰ ਤੋਂ ਜਦੋਂ ਕੋਈ ਬੰਦੇ ਦੀ ਸੈਲਫ ਸਟੀਮ ਆ ਜਦੋਂ ਤੁਹਾਡਾ ਸਵੈ ਮਾਨ ਆ ਜਾਂ ਜਦੋਂ ਤੁਹਾਡਾ ਸੈਲਫ ਵਰਥ ਆ ਉਹਨੂੰ ਤੁਸੀਂ ਉਹ ਡਾਊਨ ਹੁੰਦਾ ਆ ਉਹ ਬੱਚੇ ਬੁਲਿੰਗ ਕਰਦੇ ਆ ਜਿਨ੍ਹਾਂ ਦੇ ਬੱਚੇ ਵੈਲ ਬਿਹੇਵਡ ਹੁਣ ਜਿਹੜੇ ਵੈਲ ਬਿਹੇਵਡ ਪੇਰੈਂਟਸ ਆ ਉਹਨਾਂ ਨੂੰ ਅੱਜ ਕੱਲ੍ਹ ਬੱਚੇ ਆ ਉਹਨਾਂ ਨੂੰ ਅੱਜ ਕੱਲ੍ਹ ਪ੍ਰੋਬਲਮ ਆ ਰਹੀ ਆ ਕਿਉਂਕਿ ਉਹ ਇੱਦਾਂ ਹੋ ਰਿਹਾ ਕਿ ਤੁਸੀਂ ਉਹ ਉਹਨਾਂ ਨੇ ਮਾੜੀ ਗੱਲ ਕਹਿਣੀ ਨਹੀਂ ਹੈ ਤੇ ਉਹਨਾਂ ਨੂੰ ਫਿਰ ਬੁਲਿੰਗ ਹੁੰਦੀ ਹੈ ਵਿਚਾਰਿਆਂ ਨੂੰ ਤੇ ਜੇ ਤੁਸੀਂ ਪੇਰੈਂਟਸ ਨੂੰ ਵੀ ਦੱਸੋ ਤੇ ਪੇਰੈਂਟਸ ਕਹਿੰਦੇ ਆ ਵੀ ਸਾਡਾ ਬੱਚਾ ਤਾਂ ਬੁਲਿੰਗ ਕਰਦਾ ਹੀ ਨਹੀਂ ਹੈ ਜੇ ਤੁਹਾਨੂੰ ਕੁਆਣ ਕੇ ਕਹਿੰਦਾ ਵੀ ਤੁਹਾਡਾ ਬੱਚਾ ਬੁਲਿੰਗ ਕਰ ਲਿਆ ਉਹਨੂੰ ਸੁਣੋ ਹੈ ਨਾ ਬੁਲਿੰਗ ਜਿਹੜੀ ਉਹ ਘਰ ਤੋਂ ਅਸੀਂ ਇੱਕ ਦੂਜੇ ਨੂੰ ਕਿੱਦਾਂ ਟ੍ਰੀਟ ਕਰਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਕਿੱਦਾਂ ਟ੍ਰੀਟ ਕਰਦੇ ਹਾਂ ਅਸੀਂ ਹੁਣ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਤੂੰ ਤੂੰ ਕਰਕੇ ਬੁਲਾਉਂਦੇ ਹਾਂ ਜੇ ਹੁਣ ਤੁਸੀਂ ਤੂੰ ਕਰਕੇ ਬੁਲਾਉਣਾ ਤਾਂ ਬੱਚੇ ਨੇ ਬਾਹਰ ਜਾ ਕੇ ਵੀ ਲੋਕਾਂ ਨੂੰ ਤੂੰ ਹੀ ਕਹਿਣਾ ਰਹੇ ਜੇ ਤੁਸੀਂ ਆਦਮੀ ਔਰਤ ਇਹ ਤਾਂ ਹੁਣ ਕਈ ਵਾਰ ਤੁਹਾਨੂੰ ਵੀਡੀਓ ਅਸੀਂ ਕੋਰਸ ਵਿੱਚ ਦਿਖਾਉਂਦੇ ਹਾਂ ਵੀ ਅਸੀਂ ਸੋਚਦੇ ਹਾਂ ਵੀ ਸਾਡੇ ਬੱਚੇ ਸੁੱਤੇ ਪਏ ਆ ਅਸੀਂ ਆਰਗੂ ਕਰਦੇ ਹਾਂ ਆਪਸ ਦੇ ਵਿੱਚ ਹਸਬੈਂਡ ਵਾਈਫ ਆਰਗੂ ਕਰਦੇ ਹਾਂ ਨਾ ਉਹ ਬੱਚੇ ਜਿਹੜੇ ਉਹ ਦੇਖਦੇ ਆ ਵੀ ਜਿਹੜਾ ਜ਼ੋਰ ਵਾਲਾ ਸੀ ਉਹ ਜਿੱਤ ਗਿਆ ਹਨਾ ਡਰੱਗਸ ਹੋ ਗਈਆਂ ਐਲਕੋਹਲ ਹੋ ਗਈ ਹੈ ਨਾ ਤੇ ਦੂਸਰਾ ਬੰਦਾ ਡਰਦਾ ਹੀ ਚੁੱਪ ਕਰ ਜਾਂਦਾ ਇਹਨਾਂ ਮੈਂ ਹੁਣ ਕੀ ਆਪਣਾ ਸਿਰ ਬੰਦਾ ਕਹਿੰਦਾ ਕਲੇਸ਼ ਤੋਂ ਛੁਟਕਾਰਾ ਪਰ ਉਹ ਜਿਹੜੇ ਬੱਚੇ ਆ ਨਾ ਤੁਸੀਂ ਦੇਖੋ ਵੀ ਉਹ ਬੱਚੇ ਜਿਹੜੇ ਆ ਨਾ ਉਹ ਦੇਖ ਰਹੇ ਆ ਉਹ ਸੁਣ ਰਹੇ ਆ ਉਹ ਫਿਰ ਸੋਚਦੇ ਆ ਵੀ ਜਿਹੜੇ ਬੰਦੇ ਦਾ ਜ਼ੋਰ ਚੱਲਿਆ ਉਹ ਬੰਦਾ ਜਿੱਤ ਗਿਆ ਤੇ ਦੂਸਰਾ ਬੰਦਾ ਤਾਂ ਰੋ ਕੇ ਪਰਾਂ ਨੂੰ ਹੋ ਗਿਆ ਫਿਰ ਉਹ ਦੂਸਰੇ ਦਿਨ ਜਾ ਕੇ ਸਕੂਲ ਕੀ ਕਰਨਗੇ ਕਿ ਜਦੋਂ ਤੁਸੀਂ ਕਿਸੇ ਦੀ ਫੀਲਿੰਗ ਹਰਟ ਕਰਦੇ ਹੋ ਜਾਂ ਤੁਸੀਂ ਕਿਸੇ ਨੂੰ ਮਾੜੀ ਗੱਲ ਕਹਿੰਦੇ ਹੋ ਦੈਟ ਵਰਕਸ ਇਹਦੇ ਨਾਲ ਅਸੀਂ ਆਪਣੇ ਘਰ 'ਚ ਕਈ ਵਾਰ ਸੋਚ ਲੈਂਦੇ ਹਾਂ ਸਾਡੇ ਬੱਚੇ ਕਿਹੜਾ ਦੇਖਦੇ ਆ ਅਸੀਂ ਕਿਹੜਾ ਬੱਚਿਆਂ ਨੂੰ ਸਿਖਾਉਂਦੇ ਆ ਘਰ ਦਾ ਮਾਹੌਲ ਜ਼ਿੰਮੇਵਾਰ ਹੈ 100% ਜੀ 100% ਭਾਵੇਂ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਦਈਏ ਤੁਸੀਂ ਬੱਚੇ ਨੂੰ ਜੋ ਘਰ 'ਚ ਘਰ ਸਿਖਾਉਂਦੇ ਹਾਂ ਜੇ ਤੁਹਾਡਾ ਘਰ ਦਾ ਮਾਹੌਲ ਨਹੀਂ ਵੀ ਆ ਉੱਦਾਂ ਦਾ ਫਿਰ ਤੁਸੀਂ ਬੱਚੇ ਨੂੰ ਪੁੱਛ ਸਕਦੇ ਹਾਂ ਵੀ ਆਪਾਂ ਤਾਂ ਘਰ 'ਚ ਨਹੀਂ ਕਰਦੇ ਤੁਸੀਂ ਕਿੱਥੋਂ ਸਿੱਖਿਆ ਹੁਣ ਆਪਾਂ ਬੜੀ ਸੋਹਣੀ ਗੱਲ ਕਹਿ ਦਿੰਦੇ ਜਦੋਂ ਉਹ ਪਤਾ ਨਹੀਂ ਨਿਆਣੇ ਨੇ ਕਿੱਥੋਂ ਸਿੱਖ ਲਿਆ ਜੇ ਹੁਣ ਮਾਂ ਪਿਓ ਆਣ ਕੇ ਗਾਲਾਂ ਕੱਢਦੇ ਇੱਕ ਦੂਜੇ ਨੂੰ ਜਾਂ ਦਾਦੀ ਦਾਦਾ ਜਾਂ ਨਾਨੀ ਨਾਨਾ ਜੀ ਕੱਢਦੇ ਆ ਤੇ ਉਹ ਬਣ ਗਏ ਤੇ ਤੂੰ ਤੇਰਾ ਕੀ ਆ ਤੇ ਹੁਣ ਕਈ ਵਾਰੀ ਉਹ ਇੱਦਾਂ ਦੀਆਂ ਗੱਲਾਂ ਵੀ ਲੇਡੀਜ਼ ਆਪਸ ਦੇ ਵਿੱਚ ਆਦਮੀ ਔਰਤਾਂ ਇੱਕ ਦੂਜੇ ਨੂੰ ਕਹਿ ਦਿੰਦੇ ਆ ਕਿ ਉਹ ਬੱਚਿਆਂ ਦਾ ਦਿਲ ਚੀੜ ਜਾਂਦੀਆਂ ਅਸੀਂ ਬੱਚਿਆਂ ਦਾ ਧਿਆਨ ਤੇ ਜਦੋਂ ਸਾਡੇ ਬੱਚੇ ਹੋ ਜਾਂਦੇ ਮਨਜੀਤ ਜੀ ਮੈਂ ਤਾਂ ਸਕੂਲ 'ਚ ਵੀ ਪਹਿਲੇ ਕਲਾਸਾਂ 'ਚ ਵੀ ਇਹੀ ਦੱਸਦੇ ਹਾਂ ਜਦੋਂ ਅਸੀਂ ਕੋਰਸ ਕਰਾਉਂਦੇ ਹਾਂ ਜਦੋਂ ਤੁਹਾਡੇ ਬੱਚੇ ਹੋ ਜਾਂਦੇ ਯੋਰ ਬੱਚੇ ਆਰ ਯੋਰ ਟੌਪ ਮੋਸਟ ਪ੍ਰਾਇਰਟੀ ਤੁਸੀਂ ਆਪਣੇ ਜੇ ਤੁਹਾਡੇ ਵਿਚਾਰ ਆ ਨਹੀਂ ਮਿਲਦੇ ਉਹਨਾਂ ਨੂੰ ਮਿਲਾਉਣ ਦੀ ਜੇ ਨਹੀਂ ਕੋਸ਼ਿਸ਼ ਹੈ ਤੇ ਬੱਚੇ ਦੇ ਸਾਹਮਣੇ ਤੁਹਾਡਾ ਕੋਈ ਰਾਈਟ ਨਹੀਂ ਹੈ ਬੱਚੇ ਨੇ ਤੁਹਾਨੂੰ ਇਹ ਰਾਈਟ ਨਹੀਂ ਦਿੱਤਾ ਕਿ ਤੁਸੀਂ ਮੇਰੀ ਜ਼ਿੰਦਗੀ ਹੈਲ ਕਰੋ ਤੁਸੀਂ ਬੱਚਿਆਂ ਦੀਆਂ ਕਿਤੇ ਕਹਾਣੀਆਂ ਸੁਣੋ ਨਾ ਮੇਰਾ ਡੇ ਕੇਅਰ ਹੁੰਦਾ ਸੀ ਬੱਚਿਆਂ ਦੀਆਂ ਕਈ ਵਾਰੀ ਮੈਂ ਕਹਾਣੀਆਂ ਸੁਣਨੀ ਆ ਮੇਰਾ ਜਿਹੜਾ ਕੋਰਸ ਦਾ ਕਰਿਕੂਲਮ ਹੁੰਦਾ ਸੀ ਉਹ ਉੱਥੇ ਦਾ ਉੱਥੇ ਪਿਆਰ ਆ ਜਾਂਦਾ ਸੀ ਬੱਚਿਆਂ ਨੇ ਆਉਣਾ ਇੱਕ ਵਾਰੀ ਇੱਕ ਬੱਚਾ ਆਇਆ ਛੋਟਾ ਜਿਹਾ ਮੈਂ ਪਤਾ ਨਹੀਂ ਕੀ ਅਸੀਂ ਗਾਣੇ ਗਾਉਣ ਲੱਗੇ ਆਈ ਡੋਂਟ ਫੀਲ ਲਾਈਕ ਸਿੰਗਿੰਗ ਟੂਡੇ ਮੈਂ ਕਿਹਾ ਕੀ ਹੋਇਆ ਗੋਰੇ ਸੀ ਮੋਸਟਲੀ ਗੋਰੇ ਸੀ ਆਪਣੇ ਮੈਂ ਕਿਹਾ ਕੀ ਹੋਇਆ ਬੇਟੇ ਆਈ ਆਸਕ ਹਰ ਵਟ ਹੈਪਨ ਸ਼ੀ ਸੈਡ ਮਮ ਐਂਡ ਡੈਡ ਵਾਸ ਫਾਈਟਿੰਗ ਆਈ ਕੁਡਨਟ ਸਲੀਪ ਹੋਲ ਨਾਈਟ 5 ਸਾਲ 4.5 ਸਾਲ ਦਾ ਬੱਚਾ ਉਹਦੀਆਂ ਅੱਖਾਂ 'ਚ ਗਹਿਰਾ ਅਸਰ ਹੁੰਦਾ ਕਿੰਨਾ ਉਹ 'ਤੇ ਗਹਿਰਾ ਅਸਰ ਹੁੰਦਾ ਅਸੀਂ ਉਹ ਸਾਰਾ ਕੁਝ ਛੱਡ ਛਡਾ ਕੇ ਮੈਂ ਉਹਦੇ ਮਾਂ ਪਿਓ ਨਾਲ ਗੱਲ ਕੀਤੀ ਮੈਂ ਕਿਹਾ ਵੀ ਮੁੜ ਕੇ ਮੈਨੂੰ ਇਹ 'ਤੇ ਬੱਚੇ ਨੇ ਇਹ ਵਾਲੀ ਸ਼ਿਕਾਇਤ ਕੀਤੀ ਤਾਂ ਆਈ ਹੈਵ ਟੂ ਕਾਲ ਸਮਬਡੀ ਕਿਉਂਕਿ ਮੇ ਬੀ ਤੁਸੀਂ ਤੁਹਾਨੂੰ ਹੈਲਪ ਚਾਹੀਦੀ ਆ ਜਦੋਂ ਤੁਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਟ੍ਰੀਟ ਨਹੀਂ ਕਰ ਸਕਦੇ ਤੁਸੀਂ ਆਪਣੀ ਜ਼ਿੰਦਗੀ 'ਚ ਜੋ ਮਰਜ਼ੀ ਕਰੋ ਜਦੋਂ ਤੁਸੀਂ ਬੱਚਾ ਦੁਨੀਆ 'ਤੇ ਲੈ ਆਏ ਹੋ ਇਟ ਬਿਕਮਸ ਯੋਰ ਰਿਸਪੋਂਸੀਬਿਲਟੀ ਜੀ ਜੀ ਬਿਲਕੁਲ ਇਹ ਤੁਹਾਡਾ ਸਰਮਾਇਆ ਆ ਘਰਾਂ ਦੇ ਉੱਤੇ ਤਾਂ ਅਸੀਂ ਮਤਲਬ ਕਰ ਦਿੰਦੇ ਲੱਖਾਂ ਡਾਲਰ ਕਹਿੰਦੇ ਅਸੀਂ ਜਾਂਦੇ ਹਾਂ ਸਾਨੂੰ ਮੌਰਗੇਜ ਇੱਥੋਂ ਚੰਗੀ ਮਿਲਦੀ ਇੱਥੋਂ ਚੰਗੀ ਮਿਲਦੀ ਆ ਬੱਚੇ ਸਾਡੀ ਟਰੂ ਇਨਵੈਸਟਮੈਂਟ ਆ ਜੇ ਬੱਚੇ ਸਾਡੇ ਅਸੀਂ ਚੰਗਾ ਛੋਟੇ ਘਰ 'ਚ ਰਹਿ ਕੇ ਵੀ ਛੋਟੀਆਂ ਗੱਡੀਆਂ ਚਲਾ ਕੇ ਵੀ ਮੈਂ ਇਹ ਨਹੀਂ ਕਹਿੰਦੀ ਵੀ ਨਾ ਚਲਾਓ ਅਸੀਂ ਵੀ ਜਸਟ ਲਵ ਟੂ ਹੈਵ ਜੇ ਤੁਸੀਂ ਕੰਮ ਕਰਦੇ ਹੋ ਤਾਂ ਕਰੋ ਵੀ ਸਾਰਾ ਕੁਝ ਪਰ ਤੁਸੀਂ ਜਿਹੜੇ ਬੱਚੇ ਤੁਹਾਡੀ ਇਨਵੈਸਟਮੈਂਟ ਪਰ ਜਿਹੜੀ ਗੱਲ ਤੇ ਫੋਕਸ ਕਰਨ ਦੀ ਲੋੜ ਆ ਉਹਦੇ ਤੇ ਵੀ ਕਰੋ ਉਹਦੇ ਤੇ ਕਰੋ ਉਹ ਮਨਜੀਤ ਜੀ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹ ਕਹਿੰਦੇ ਆ ਵੀ ਹੁਣ ਜਿਹੜੀ ਰਿਸਰਚ 10-15 ਸਾਲ ਤੋਂ ਆਈ ਆ ਉਹ ਕਹਿੰਦੇ ਜੇ ਤੁਸੀਂ $10 ਬੱਚੇ ਤੇ ਹੁਣ ਸਪੈਂਡ ਕਰਦੇ ਹੋ ਤੇ $10 ਦਾ ਟਾਈਮ ਸਪੈਂਡ ਕਰਦੇ ਹੋ ਉਹ ਬੱਚੇ ਨੇ ਤੁਹਾਨੂੰ ਅੱਜ ਤੋਂ 10 ਸਾਲ ਬਾਅਦ ਉਹ ਤੁਹਾਨੂੰ $200 ਮਿਲਣਾ ਉਹਦੀ ਜਗ੍ਹਾ ਕਿਉਂਕਿ ਉਹ ਬੱਚੇ ਨੇ ਵੱਡਾ ਹੋ ਕੇ ਉਹਨਾਂ ਉਸ ਬੱਚੇ ਨੇ ਗੁਣਾਂ ਦੀ ਗੁਥਲੀ ਬਣਨਾ ਜੀ ਜੀ ਸਹੀ ਤੁਸੀਂ ਜੇ ਅਸੀਂ ਪੈਸੇ ਕਮਾ ਕੇ ਰੱਖੀ ਜਾਂਦੇ ਅਸੀਂ ਕਹਿੰਦੇ ਹੁਣ ਬੱਚਿਆਂ ਨੂੰ ਤੁਸੀਂ ਗੋਰਿਆਂ ਦਾ ਦੇਖੋ ਮੈਂ ਬਹੁਤ ਸੋਹਣਾ ਕੰਮ ਸਿੱਖਿਆ ਸੀ ਗੋਰਿਆਂ ਦੇ ਮੁਲਕ ਦੀ
25 ਸਾਲ ਦਾ ਹੀ ਉੱਥੇ ਤੇ ਉਹ ਮੇਰੀ ਇੱਕ ਵਾਰੀ ਸਹੇਲੀ ਮੈਨੂੰ ਮੈਂ ਕੋਲ ਗਈ ਅਸੀਂ ਸਟੋਰ ਗਏ ਤੇ ਦੇ ਬਹੁਤ ਪੇਰੈਂਟਸ ਜਿਹੜੇ ਸੀ ਉਹ ਦੇ ਵਾਰ ਵਰਕਿੰਗ ਵੈਲ ਬਹੁਤ ਸੋਹਣੇ ਪੈਸੇ ਬਣਾਉਂਦੇ ਸੀ ਤੇ ਉਹਦੇ ਬੱਚੇ ਨਾਲ ਤੇ ਕਹਿੰਦੇ ਮੰਮ ਆਈ ਵਾਂਟ ਟੂ ਬਾਏ ਦਿਸ ਵਨ ਟੋਏ ਉਹਦੀ ਮੰਮ ਕਹਿੰਦੀ ਆਈ ਕੈਂਟ ਅਫੋਰਡ ਇਟ ਤੇ ਮੈਂ ਉਹਦੇ ਮੂੰਹ ਵੱਲ ਦੇਖਾਂ ਮੈਂ ਕਿਹਾ ਵੀ ਇਹਦੀ ਇਹਨੇ ਤਾਂ ਆਪਣੀ ਬੇਇੱਜ਼ਤੀ ਜੀ ਕਰ ਲਈ ਮੈਂ ਕਿਹਾ ਯੂ ਹੈਵ ਮਨੀ ਕਹਿੰਦੀ ਯੈਸ ਆਈ ਡੂ ਪਰ ਇਹਨਾਂ ਨੂੰ ਕੌਣ ਕਹਿੰਦੀ ਸਿਖਾਊਗਾ ਵੀ ਇਹ ਤਾਂ ਇੱਦਾਂ ਦੇ ਮੇਰੇ ਉੱਪਰ ਸਿਰ ਤੇ ਰੋਜ਼ ਚੜ੍ਹੇ ਰਹਿਣਗੇ ਉਹਨੇ ਕੀ ਕੀਤਾ ਉਹਨੇ ਉਹ ਲਿਮਿਟ ਤੱਕ ਕਰ ਦਿੱਤੀ ਵੀ ਤੂੰ ਆਹ ਕੁਛ ਹੀ ਲੈ ਸਕਦੇ ਆ ਤੁਸੀਂ ਆਹ ਨਹੀਂ ਲੈ ਸਕਦੇ ਕਹਿੰਦੀ ਇੱਦਾਂ ਤੇ ਅੱਜ ਇਹ ਮੰਗਦੇ ਆ ਤੇ ਕੱਲ ਨੂੰ ਇਹ ਮੇਰੇ ਵਾਲਾਂ ਨੂੰ ਪਹਿਣਗੇ ਆਣ ਕੇ ਜਦੋਂ ਵੱਡੇ ਹੋਣਗੇ ਵੀ ਤੁਸੀਂ ਸਾਨੂੰ ਕਾਰ ਲੈ ਦਿਓ ਜੀ 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 ਤੁਸੀਂ ਸਾਨੂੰ ਆਹ ਚੀਜ਼ ਲੈ ਦਿਓ ਉਹਨਾਂ ਦੇ ਘਰ 'ਚ ਮੈਂ ਦੇਖਿਆ ਸੀ ਕਿ ਅੱਧੇ ਪੈਸੇ ਬੱਚੇ ਪਾਉਂਦੇ ਸੀ ਅੱਧੇ ਪੈਸੇ ਉਹ ਪਾਉਂਦੇ ਸੀ ਘਰ ਦੇ ਵਿੱਚ ਉਹਨਾਂ ਕੋਲ ਸਾਰਾ ਹੁਣ ਅਸੀਂ ਆਪਣੇ ਬੱਚੇ 5 ਸਾਲ ਦਾ ਆ ਤੁਹਾਡਾ ਬੱਚਾ ਕਿਉਂ ਨਹੀਂ ਟੇਬਲ ਸੈੱਟ ਕਰ ਸਕਦਾ ਤੁਹਾਡਾ ਬੱਚਾ ਕਿਉਂ ਨਹੀਂ ਡਿਸ਼ ਡਿਸ਼ ਵਾਸ਼ਰ 'ਚ ਰੱਖ ਸਕਦਾ ਉਹਨੂੰ ਤੁਸੀਂ ਟੀਮ ਬਿਲਡਿੰਗ ਕਿਉਂ ਨਹੀਂ ਸਿਖਾ ਸਕਦੇ ਨਾਲੇ ਤਾਂ ਬਿਜ਼ੀ ਰਹਿੰਦੇ ਆ ਸਾਡੇ ਪੇਰੈਂਟਸ ਨੇ ਜਿਹੜੇ ਹੁਣ ਅਗਾਂਹ ਜਿਹੜਾ ਜਿਹੜੀ ਪੀੜ੍ਹੀ ਉੱਠ ਰਹੀ ਆ ਬੱਚਿਆਂ ਦੀ ਤੁਹਾਨੂੰ ਵੀ ਪਤਾ ਹੋਣਾ ਭੈਣ ਜੀ ਕਿ ਬੱਚਿਆਂ ਨੂੰ ਕੰਮ ਕਰਨਾ ਤਾਂ ਬਿਲਕੁਲ ਨਹੀਂ ਆਉਂਦਾ ਘਰ ਦਾ ਕੰਮ ਕਰਨਾ ਜਿਹੜਾ ਖਾਸ ਤੌਰ 'ਤੇ ਨਾ ਕੁੜੀਆਂ ਨੂੰ ਨਾ ਮੁੰਡੇ ਸ਼ਾਇਦ ਮੈਨੂੰ ਲੱਗਦਾ ਵੀ ਮਾੜਾ ਮੋਟਾ ਸਗੋਂ ਕਰ ਲੈਂਦੇ ਆ ਆਪਣੇ ਜੋਗਾ ਖਾਣ ਪੀਣ ਜੋਗਾ ਤੇ ਪਰ ਕੁੜੀਆਂ ਬਹੁਤ ਘੱਟ ਨੇ ਜਿਹੜੀਆਂ ਕੰਮ ਕਰਦੀਆਂ ਨੇ ਕੀ ਗੱਲ ਮਾਵਾਂ ਸਿਖਾ ਨਹੀਂ ਰਹੀਆਂ ਜਾਂ ਕੀ ਹੁਣ ਫਿਰ ਤੁਸੀਂ ਦੂਸਰੇ ਬੰਨੇ ਹੋ ਗਏ ਨਾ ਨਹੀਂ ਦੇਖੋ ਆਪਾਂ ਨੂੰ ਜਿਹੜੀ ਗੱਲ ਸੱਚੀ ਆ ਉਹ ਹੁਣ ਇਹ ਤੁਹਾਡੇ ਤੇ ਬਿਲਕੁਲ ਬਿਲਕੁਲ ਡਿਪੈਂਡ ਕਰਦਾ ਮੈਂ ਪਰਸਨਲ ਐਗਜ਼ਾਮਪਲ ਤਾਂ ਬਹੁਤੀਆਂ ਨਹੀਂ ਦੇਣਾ ਚਾਹੁੰਦੀ ਪਰ ਸਾਡੇ ਤਿੰਨੇ ਬੱਚੇ ਅਲੱਗ-ਅਲੱਗ ਰਹਿੰਦੇ ਆ ਐਂਡ ਦੇ ਆਰ ਵਨ ਇਜ਼ ਮੈਰਿਡ ਟੂ ਆਰ ਨਾਟ ਮੈਰਿਡ ਉਹਨਾਂ ਦੇ ਆਪਣੇ ਘਰ ਹੈ ਆਪਣੀ ਨੌਕਰੀਆਂ ਕਰਦੇ ਆਪਣੀ ਰੋਟੀ ਪਾਣੀ ਬਣਾ ਕੇ ਖਾਂਦੇ ਆ ਸਕ੍ਰੈਚ ਤੋਂ ਬਣਾਉਂਦੇ ਆ ਜਾਂ ਕੁਛ ਵੀ ਬਣਾਉਂਦੇ ਅਸੀਂ ਜ਼ਿੰਮੇਵਾਰੀ ਦਿੰਦੇ ਨਹੀਂ ਆ ਹੁਣ ਤੁਹਾਡੇ ਬੱਚੇ ਜੇ ਬੱਚਿਆਂ ਨੂੰ ਵੱਡੇ ਨਹੀਂ ਹੋਣ ਦੇ ਡਿਪੈਂਡੈਂਟ ਅਸੀਂ ਕਹਿੰਦੇ ਆ ਵੀ ਹੈ ਮੈਂ ਤੈਨੂੰ ਜੇ ਬੱਚਾ ਬਣਾ ਵੀ ਲੈਂਦਾ ਕੁਛ ਤਾਂ ਅਸੀਂ ਕਿੰਨੇ ਨੁਕਸ ਕੱਢਦੇ ਆ ਆਪਾਂ ਕਹਿੰਦੇ ਆ ਆਪਣੇ ਕੋਲੋਂ ਵੀ ਕਿਹੜਾ ਹਮੇਸ਼ਾ ਹੀ ਚੀਜ਼ ਵਧੀਆ ਬਣਦੀ ਹੁਣ ਤੁਸੀਂ ਬੱਚੇ ਆ ਜੇ ਹੁਣ ਤੁਹਾਡੇ ਬੱਚੇ ਆ ਕ੍ਰਿਸਮਸ ਆਉਣਾ ਹੁਣ ਰਾਈਟ ਵੱਡੇ ਗਿਫਟ ਪਾਉਣ ਦੀ ਬਜਾਏ ਜੇ ਤੁਸੀਂ ਬੱਚੇ ਜਦੋਂ ਤੁਹਾਡੇ ਘਰ ਆਉਂਦੇ ਆ ਤੁਸੀਂ ਬੈਠ ਕੇ ਇਹ ਵਾਲਾ ਕਰ ਲਓ ਤਰੀਕਾ ਹੁਣ ਸਾਡੇ ਘਰ ਦੇ ਸਾਰੇ 5-7-8-10 ਜਾਣੇ ਇਕੱਠੇ ਹੋਣੇ ਆ ਤੇ ਆਪਣੀ ਜਿਹੜੀ ਆ ਟੇਕ ਕੇਅਰ ਉਹ ਮੈਂ ਕਰਨੀ ਆ ਨਾ ਮੈਨੂੰ ਇਹ ਹੁੰਦਾ ਵੀ ਮੈਂ ਲੰਚ ਬਣਾਉਣੀ ਆ ਤੇ ਤੁਸੀਂ ਡਿਨਰ ਬਣਾਉਣਾ ਤੇ ਜੇ ਮੈਂ ਡਿਨਰ ਬਣਾਉਣਾ ਤੇ ਤੁਸੀਂ ਜਿਹੜੀ ਕਿਚਨ ਸਾਫ ਕਰਨੀ ਆ ਹਨਾ ਤੇ ਇਹਦਾ ਮਤਲਬ ਵੀ ਤੁਸੀਂ ਇਹ ਨਹੀਂ ਸੋਫੇ ਤੇ ਬੈਠੇ ਰਹਿਣਾ ਤੇ ਮੈਂ ਆਪਣੇ ਸਿਰ ਜਾ ਕਮਲੀ ਜੀ ਹੋਈ ਸਾਰਾ ਦਿਨ ਲੱਗੀ ਰਹਾਂ ਤੁਹਾਨੂੰ ਰੋਟੀਆਂ ਬਣਾ ਬਣਾ ਕੇ ਦੇਈ ਜਾਵਾਂ ਹਨਾ ਇਹ ਸਾਡਾ ਕਸੂਰ ਹੈ ਕਿਉਂਕਿ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਜਿਹੜਾ ਸੈਲਫ ਸਫੀਸ਼ੀਐਂਟ ਹੋਣਾ ਤੁਸੀਂ ਸਰਵਾਈਵਲ ਸਕਿੱਲ ਸਿੱਖਣੇ ਆ ਉਹ ਤੁਸੀਂ ਤਾਂਹੀਓ ਅਸੀਂ ਆਪਣੀਆਂ ਬੱਚਿਆਂ ਨੂੰ ਇੱਥੇ ਹੁਣ ਤੁਸੀਂ ਦੇਖ ਲਓ ਕਈ ਹੁਣ ਕਮਿਊਨਿਟੀਜ਼ ਆ ਉਹ ਜਦੋਂ ਬੱਚੇ ਥੋੜ੍ਹੇ ਵੱਡੇ ਹੋ ਜਾਂਦੇ ਕਹਿੰਦੇ ਜੀ ਆਪਣਾ ਤੁਸੀਂ ਜਗ੍ਹਾ ਲੱਭੋ ਜਾਂ ਘਰ 'ਚ ਵੀ ਰਹਿੰਦੇ ਆ ਉਹਨਾਂ ਨੂੰ ਕਹਿੰਦੇ ਵੀ $500-600 ਰੈਂਟ ਦਿਓ ਇਹਦੇ 'ਚ ਕੋਈ ਮਾੜੀ ਗੱਲ ਨਹੀਂ ਹੈ ਜਦੋਂ ਕੰਮ ਕਰਦੇ ਆ ਚਲੋ ਅਸੀਂ ਗੋਰਿਆਂ ਦੇ ਮੁਲਕ 'ਚ ਆ ਗਏ ਭੈਣ ਜੀ ਬਹੁਤ ਕੁਛ ਐਸਾ ਜਿਹੜਾ ਅਸੀਂ ਅਡੋਪਟ ਕਰ ਲਿਆ ਸਾਨੂੰ ਕਰ ਲੈਣਾ ਚਾਹੀਦਾ ਕੋਈ ਹਰਜ ਨਹੀਂ ਪਰ ਜਿਹੜੀਆਂ ਗੱਲਾਂ ਨਹੀਂ ਸਹੀ ਉਹਨਾਂ ਦੀਆਂ ਉਹ ਸਾਨੂੰ ਜ਼ਰੂਰੀ ਨਹੀਂ ਵੀ ਅਡੋਪਟ ਕਰਨੀਆਂ ਪੈਣੀਆਂ ਨੇ ਮੈਂ ਇਹ ਸਭ ਕਹਿੰਦੀ ਵੀ ਤੁਸੀਂ ਬੱਚਿਆਂ ਦੇ ਪੈਰਾਂ 'ਚ ਬੇੜੀਆਂ ਨਾ ਪਾਓ ਹੁਣ ਤੁਹਾਡੇ ਤੁਸੀਂ ਸਰੀ 'ਚ ਰਹਿੰਦੇ ਅਸੀਂ ਨਹੀਂ ਬੱਚੇ ਆਪਣੀ ਮਰਜ਼ੀ ਨਾਲ ਕਿਤੇ ਪੜ੍ਹਨ ਲਿਖਣ ਵਾਸਤੇ ਜਾਣਾ ਚਾਹੁੰਦੇ ਆ ਹੁਣ ਆਪਾਂ ਸਰੀ 'ਚ ਰਹਿੰਦੇ ਆ ਤੇ ਬੱਚੇ ਨੂੰ ਜੌਬ ਮਿਲ ਗਈ ਆ ਵੈਨਕੂਵਰ ਆਈਲੈਂਡ ਤੇ ਤੇ ਬੱਚਾ 22 ਸਾਲ ਦਾ ਵੀ ਆ ਤਾਂ ਲੈਟ ਬੱਚਾ ਗੋ ਨਹੀਂ ਉਹ ਉਹੀ ਮੈਂ ਦੱਸਦੀ ਆ ਨਾ ਵੀ ਸਿਚੁਏਸ਼ਨ ਦੇ ਹਿਸਾਬ ਨਾਲ ਜੇ ਜਾਣਾ ਪੈ ਜਾਂਦਾ ਅੰਡਰਸਟੈਂਡਿੰਗ ਬਣ ਜਾਂਦੀ ਆ ਉੱਥੇ ਪਰ ਜੇ ਅਸੀਂ ਆਪ ਕਹੀਏ ਬੱਚਿਆਂ ਨੂੰ ਹਾਂਜੀ ਭਾਈ ਹੁਣ 18 ਦੇ ਹੋ ਗਏ ਤੇ ਬੁਰੀ ਬਿਸਤਰਾ ਬੰਨੋ 18 ਦੇ ਤੇ ਉਹਨਾਂ ਨੇ ਆਪਾਂ ਤੇ ਹੁਣ ਬੱਚੇ ਭਾਵੇਂ 50 ਦੇ ਵੀ ਹੋ ਜਾਣ ਫਿਰ ਵੀ ਆਪਾਂ ਮਾਂ ਪੇਰੈਂਟਸ ਨੇ ਪੇਰੈਂਟਸ ਹੀ ਰਹਿਣਾ ਇਹ ਵੀ ਭੈਣ ਜੀ ਸਾਰੇ ਗੋਰੇ ਨਹੀਂ ਕਰਦੇ ਗੋਰਿਆਂ ਦੀਆਂ ਬਿਲਕੁਲ ਉਹਨਾਂ 'ਚ ਵੀ ਕੁਛ ਆਪਣੇ ਵਰਗੇ ਪਰਿਵਾਰ ਹੈਗੇ ਦੂਸਰਾ ਇਹ ਆ ਵੀ ਜਿਹੜੇ ਰੈਂਟ ਦੀ ਮੈਂ ਗੱਲ ਕਰਦੀ ਹਾਂ ਨਹੀਂ ਕਿ ਤੁਸੀਂ ਰੈਂਟ ਲੈਂਦੇ ਹੋ ਹੁਣ ਮੈਨੂੰ ਕਈ ਫੈਮਿਲੀਜ਼ ਜਾਣਦੀਆਂ ਉਹ ਗੋਰਿਆਂ ਦੇ ਉਹਨਾਂ ਨੇ ਕਹਿਣਾ ਵੀ ਤੁਸੀਂ ਹੁਣ ਕੰਮ ਕਰਦੇ ਹੋ ਰੈਂਟ ਜਦੋਂ ਉਹਨਾਂ ਨੇ ਗਾਂਹ ਕੋਈ ਕੰਮ ਕਰਨਾ ਜਾਂ ਉਹਨਾਂ ਨੇ ਕਾਰ ਲੈਣੀ ਬੱਚਿਆਂ ਨੇ ਉਹ ਪੈਸੇ ਪੇਰੈਂਟਸ ਨੇ ਜਿਹੜੇ ਰੱਖੇ ਹੋਏ ਸੀ ਲੈ ਵੀ ਜਿਹੜੇ ਤੁਸੀਂ ਸਾਨੂੰ ਰੈਂਟ ਦਿੰਦੇ ਸੀਗੇ ਅਸੀਂ ਸੰਭਾਲ ਕੇ ਰੱਖਿਆ ਸੀ ਆ ਲਓ ਤੁਸੀਂ ਇਹਦੀ ਕਾਰ ਲੈ ਕਾਰ ਦੇ ਵਿੱਚ ਇੱਕ ਕਿਸਮ ਨਾਲ ਜੋੜ ਕੇ ਦੇਤੇ ਜੋੜ ਕੇ ਦੇਤੇ ਉਹਨਾਂ ਨੂੰ ਅੱਛਾ ਆਪਣੇ ਕੋਲੇ ਸਮਾਂ 4-5 ਮਿੰਟ ਹੀ ਰਹਿ ਗਿਆ ਤੁਹਾਡਾ ਹੁਣ ਤੱਕ ਦਾ ਐਕਸਪੀਰੀਅੰਸ ਜਿਹੜਾ ਰਿਹਾ ਬੱਚਿਆਂ ਦੇ ਨਾਲ 35 ਸਾਲ ਦਾ ਹਾਂਜੀ ਕਿੱਦਾਂ ਦਾ ਰਿਹਾ ਤੇ ਹੁਣ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਤੇ ਕਿਸ ਤਰ੍ਹਾਂ ਦੀਆਂ ਕਲਾਸਿਸ ਜਾਂ ਵਰਕਸ਼ਾਪਸ ਲਾ ਰਹੇ ਹੋ ਮੇਰਾ ਜੀ ਐਕਸਪੀਰੀਅੰਸ ਤੁਸੀਂ ਇਹ ਗੱਲ ਆ ਵੀ ਤੁਸੀਂ ਆਪਾਂ ਇਹ ਦੇਖਦੇ ਆ ਵੀ ਐਕਸਪੀਰੀਅੰਸ ਹਮੇਸ਼ਾ ਨੈਗੇਟਿਵ ਵੀ ਪੋਜ਼ਿਟਿਵ ਬਣ ਜਾਂਦਾ ਹੈ ਨਾ ਕਿਉਂਕਿ ਬੱਚਾ ਆ ਉਸ ਬੱਚੇ ਨੇ ਗਰੋ ਹੋਣਾ ਉਸ ਬੱਚੇ ਨੇ ਲਿਮਿਟ ਪੁਸ਼ ਕਰਨੀ ਆ ਜਿਹੜੇ ਸਾਰੇ ਚਿੱਟੇ ਵਾਲੇ ਇਸੇ ਕਰਕੇ ਆਏ ਹੋ ਆ ਬੱਚਿਆਂ ਨਾਲ ਤੁਹਾਨੂੰ ਇਹ ਕੋਈ ਮੈਜਿਕ ਵਾਂਡ ਨਹੀਂ ਅਸੀਂ ਕਰਤੀ ਬੱਚਿਆਂ ਨਾਲ ਤੁਹਾਨੂੰ ਭੈਣ ਜੀ
ਮੰਜੀ ਦੀ ਸਟਰਗਲ ਕਰਨੀ ਪੈਂਦੀ ਹੈ ਜੀ ਜੀ ਨਾ ਤੁਹਾਨੂੰ ਕਈ ਵਾਰੀ ਹੁਣ ਅਸੀਂ ਮੇਰਾ ਐਕਸਪੀਰੀਅੰਸ ਇਹ ਸਾਡਾ ਇਹ ਆ ਕਈ ਵਾਰੀ ਕੰਪਰੋਮਾਈਜ਼ ਕਰਨਾ ਪੈਂਦਾ ਕਈ ਵਾਰੀ ਥੋੜ੍ਹੀ ਜਿਹੀ ਉਹਨਾਂ ਨੂੰ ਜਗ੍ਹਾ ਦੇਣੀ ਪੈਂਦੀ ਹੈ ਨਾ ਤੁਸੀਂ ਮਿਊਚੁਅਲ ਰਿਸਪੈਕਟ ਜਿਹੜੀ ਆ ਅਸੀਂ ਇਹ ਕਹਿ ਦਿੰਦੇ ਹਾਂ ਵੀ ਨਹੀਂ ਅਸੀਂ ਵੀ ਇੱਦਾਂ ਕਰਦੇ ਸੀ ਤੁਸੀਂ ਵੀ ਇੱਦਾਂ ਕਰੋ ਉਹ ਜਿਹੜਾ ਕੰਮ ਆ ਫਿਰ ਤਾਂ ਤੁਸੀਂ ਬੱਚਿਆਂ ਨੂੰ ਜਿੱਦਾਂ ਭਾਵੇਂ ਗੋਰੇ ਹੋਣ ਅਤੇ ਭਾਵੇਂ ਆਪਣੇ ਹੋਣ ਫਿਰ ਤਾਂ ਬੱਚਿਆਂ ਨੂੰ ਜਿਹੜਾ ਉਹ ਭਾਵੇਂ ਤੁਹਾਡੇ ਘਰ 'ਚ ਵੀ ਰਹਿੰਦੇ ਹੋਣ ਹੁਣ ਤੁਸੀਂ ਘਰ ਦੀ ਗੱਲ ਕਰਦੇ ਹੋ ਕਈ ਬੱਚੇ ਤੁਹਾਡੇ ਘਰ 'ਚ ਵੀ ਰਹਿੰਦੇ ਹੋ ਤਾਂ ਤੁਹਾਡੇ ਬੱਚੇ ਤੁਹਾਡੇ ਨਾਲ ਕਮਿਊਨੀਕੇਸ਼ਨ ਹੈ ਨਹੀਂ ਉਹਨਾਂ ਬੱਚਿਆਂ ਨੂੰ ਘਰ ਰਹਿਣ ਦਾ ਕੀ ਫਾਇਦਾ ਕਿਉਂਕਿ ਤੁਹਾਡਾ ਰਿਲੇਸ਼ਨਸ਼ਿਪ ਨਹੀਂ ਬਿਲਡ ਹੋਇਆ ਕਈ ਤੁਹਾਡੇ ਤੋਂ 100-100 ਮੀਲ 200-400-500 ਮੀਲ ਦੂਰ ਰਹਿੰਦੇ ਆ ਉਹ ਵੀ ਤੁਹਾਨੂੰ ਰੋਜ਼ ਤੁਹਾਡੇ ਨਾਲ ਆਪਣੀ ਉਹਨਾਂ ਦੀ ਮਰਜ਼ੀ ਜਦੋਂ ਤੁਸੀਂ ਉਹਨਾਂ ਨੂੰ ਸਪੋਰਟ ਕਰ ਸਕਦੇ ਹੋ ਪਰ ਜਦੋਂ ਤੁਹਾਡਾ ਬੱਚਾ ਦੂਸਰੀ ਗੱਲ ਹੈ ਤੁਸੀਂ ਸਹਿਮਤ ਹੋਵੋ ਜਾਂ ਨਾ ਪਰ ਜੇ ਹੁਣ ਬੱਚਾ ਕੋਈ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰ ਰਿਹਾ ਤੇ ਤੁਸੀਂ ਕਹਿੰਦੇ ਆ ਘਰ ਛੱਡ ਕੇ ਨਾ ਜਾਈ ਘਰ ਛੱਡ ਕੇ ਨਾ ਜਾਈ ਉਹਨੇ ਤੁਹਾਡੇ ਗੱਲ ਚ ਅੰਗੂਠਾ ਦਿੱਤਾ ਵੀ ਮੈਨੂੰ ਆਹ ਚੀਜ਼ ਲੈ ਕੇ ਦੇਗੇ ਦਊਂਗੇ ਤਾਂ ਫੇਰ ਹੀ ਮੈਂ ਘਰ ਰਹਿਣਾ ਆ ਆਰ ਵੀ ਹੈਲਪਿੰਗ ਦੀ ਕਿਡਸ ਦੈਨ ਨਹੀਂ ਉਹ ਫਿਰ ਅਲੱਗ ਅਲੱਗ ਪਰਿਵਾਰਾਂ ਦੀ ਅਲੱਗ ਅਲੱਗ ਕਹਾਣੀ ਹੈ ਤੁਹਾਡੇ ਘਰ ਦੇ ਵਿੱਚ ਰੂਲਸ ਹੈ ਜਦੋਂ ਤੁਸੀਂ ਸਾਰੇ ਫੋਲੋ ਹੁਣ ਆਪਾਂ ਤੁਹਾਡੇ ਘਰ ਜਾਈਏ ਤੁਸੀਂ ਸਾਡੇ ਘਰ ਆਓ ਹਰ ਇੱਕ ਦੇ ਘਰ ਦੇ ਅਸੂਲ ਆਪਾਂ ਦੇਖ ਲੈਂਦੇ ਉਹ ਬਿਲਕੁਲ ਵੱਖਰੇ ਹੋਣ ਹੁਣ ਬੱਚੇ ਅਲੱਗ ਰਹਿੰਦੇ ਹੋ ਜਦੋਂ ਸਾਡੇ ਘਰਾਂ ਚ ਆਉਂਦੇ ਆ ਤੇ ਉਹਨਾਂ ਨੂੰ ਮਾਪਿਆਂ ਤੋਂ ਘਰ ਦੇ ਅਸੂਲ ਪਤਾ ਹੁੰਦੇ ਆ ਵੀ ਅਸੀਂ ਇੱਥੇ ਆਹ ਕੰਮ ਨਹੀਂ ਕਰ ਸਕਦੇ ਅਸੀਂ ਇਦਾਂ ਨਹੀਂ ਕਰ ਸਕਦੇ ਇੱਕ ਫੀਅਰ ਨਹੀਂ ਹੁੰਦਾ ਇੱਕ ਹੈਲਥੀ ਫੀਅਰ ਹੁੰਦਾ ਤੇ ਹੈਲਥੀ ਰਿਸਪੈਕਟ ਹੁੰਦੀ ਆ ਹੁਣ ਕਈ ਜਿਹੜੇ ਸਾਨੂੰ ਅਸੀਂ ਜਦੋਂ ਅਸੀਂ ਪੇਰੈਂਟਸ ਬਿਲਕੁਲ ਹੀ ਇੱਦਾਂ ਹੋ ਜਾਂਦੇ ਹਾਂ ਵੀ ਨਹੀਂ ਸਾਨੂੰ ਅਸੀਂ ਬੱਚਿਆਂ ਨੂੰ ਆਪਣੇ ਕੋਲ ਹੀ ਰੱਖਣਾ ਚਾਹੇ ਜੋ ਮਰਜ਼ੀ ਹੋ ਜਾਵੇ ਅਸੀਂ ਉਹਨਾਂ ਦੀ ਰੋਟੀਆਂ ਵੀ ਬਣਾਈ ਜਾਂਦੀ ਅਸੀਂ ਉਹਨਾਂ ਦੇ ਕੱਪੜੇ ਵੀ ਧੋਈ ਜਾਂਦੇ ਹਾਂ ਉਹ ਸਾਨੂੰ ਗਾਲਾਂ ਵੀ ਕੱਢ ਲੈਂਦੇ ਆ ਅਤੇ ਉਹਨਾਂ ਫਿਰ ਬੱਚਿਆਂ ਨੂੰ ਜਿਹੜਾ ਆਈ ਕੈਨ ਨੋਟ ਐਕਸੈਪਟ ਦੈਟ ਦਿਸ ਇਜ਼ ਟੋਟਲੀ ਅਨਐਕਸੈਪਟੇਬਲ ਜੇ ਤੁਸੀਂ ਰਹਿਣਾ ਰਹੋ ਹਾਂਜੀ 100 ਵਾਰੀ ਰਹੋ ਤੁਸੀਂ ਭਾਵੇਂ ਵੱਡੇ ਬੱਚੇ ਕੰਮ ਕਰਦੇ ਉਹ ਵੀ ਤੁਹਾਡੇ ਨਾਲ ਆਣ ਕੇ ਰਹਿਣ ਪਰ ਜਿਹੜੀ ਰਿਸਪੈਕਟ ਆ ਤੁਹਾਡੀ ਜਦੋਂ ਉਹ ਤੁਹਾਡੀ ਜਾਣੀ ਸ਼ੁਰੂ ਹੋ ਜਾਂਦੀ ਆ ਅਤੇ ਤੁਹਾਡਾ ਬੱਚਾ ਤੁਹਾਨੂੰ ਇਹ ਕਹਿਣਾ ਸ਼ੁਰੂ ਕਰ ਦਿੰਦਾ ਆ ਵੀ ਤੁਹਾਨੂੰ ਕੀ ਪਤਾ ਜੇ ਤੁਸੀਂ ਆਹ ਕੰਮ ਨਾ ਕੀਤਾ ਤਾਂ ਮੈਂ ਆਹ ਕਰ ਦੂੰਗਾ ਕਰ ਦਊਂਗੀ ਜਾਂ ਕਰ ਦਊਂਗੀ ਜੇ ਤੁਸੀਂ ਆਹ ਕੰਮ ਨਾ ਕੀਤਾ ਤਾਂ ਮੈਂ ਉਦੋਂ ਤੁਸੀਂ ਜਿਹੜਾ ਅਸੀਂ ਬੱਚਿਆਂ ਨੂੰ ਉਦੋਂ ਹੈਲਪ ਨਹੀਂ ਕਰ ਰਹੇ ਨਹੀਂ ਇਹ ਡਿਪੈਂਡਸ ਔਨ ਮੇਰੇ ਖਿਆਲ ਆ ਵੀ ਇੰਡੀਵਿਜੂਅਲ ਟੂ ਹੈਨਾ ਹਾਂਜੀ ਤੇ ਖੈਰ ਪ੍ਰੋਗਰਾਮ ਦਾ ਸਮਾਂ ਆਪਣਾ ਜੀ ਖਤਮ ਹੋਣ ਨੂੰ ਹੈ ਤਾਂ ਜੀ ਪਤਾ ਨਹੀਂ ਲੱਗਿਆ ਕਿੱਧਰ ਇੱਕ ਘੰਟਾ ਲੰਘ ਜਾਂਦਾ ਜੀ ਬਹੁਤ ਕੁਝ ਰਹਿ ਗਿਆ ਗੱਲਾਂ ਸੋ ਮੈਂ ਤੁਹਾਨੂੰ ਇਹ ਦੱਸਦੀ ਹਾਂ ਕਿ ਇਹ ਜਿਹੜੀਆਂ ਆਪਾਂ ਸਾਰੀਆਂ ਗੱਲਾਂ ਕਰਦੇ ਇਹਨਾਂ ਲਈ ਫ੍ਰੀ ਕੋਰਸਸ ਆ ਜਿਹੜੀ ਆ ਕਮਿਊਨਿਟੀ ਕੇਅਰਿੰਗ ਫੋਰ ਚਿਲਡਰਨ ਉਹਦਾ ਵੈਬਸਾਈਟ ਐਡਰੈਸ ਹੈ www.surreyearlychildhood.ca ਉਹ ਵੈਬਸਾਈਟ ਤੇ ਜਾ ਕੇ ਤੁਸੀਂ ਰਜਿਸਟਰ ਕਰਾ ਸਕਦੇ ਹੋ ਕੋਰਸਿਸ ਫ੍ਰੀ ਆ ਪੇਰੈਂਟਸ ਲਈ ਚਾਈਲਡ ਕੇਅਰ ਫ੍ਰੀ ਆ ਪੇਰੈਂਟਸ ਲਈ ਅੱਛਾ ਪੇਰੈਂਟਸ ਲਈ ਗ੍ਰੈਂਡ ਪੇਰੈਂਟਸ ਲਈ ਤੇ ਉਹ ਆਪਣਾ ਕਰਾ ਕੇ ਉਹਦੇ 'ਚ ਇਹ ਆ ਵੀ 0 ਤੋਂ ਲੈ ਕੇ ਤੇ 18 ਮਹੀਨੇ ਤੱਕ ਇੱਕ ਕੋਰਸ ਹੁੰਦਾ 18 ਮਹੀਨੇ ਤੋਂ 3 ਸਾਲ ਤੱਕ 3 ਸਾਲ ਤੋਂ ਲੈ ਕੇ 7 ਸਾਲ ਤੱਕ ਕਿਉਂਕਿ ਬੱਚੇ ਦੇ ਬ੍ਰੇਨ ਦੀ ਡਿਵੈਲਪਮੈਂਟ ਜਿਹੜੀ ਉਹ ਅਲੱਗ ਅਲੱਗ ਹੁੰਦੀ ਹੈ ਸੋ ਉਹ ਵੈਬਸਾਈਟ 'ਤੇ ਜਾ ਕੇ ਤੁਸੀਂ ਕੋਰਸ ਜਿਹੜਾ ਆ ਉਹ ਤੁਸੀਂ ਰਜਿਸਟਰ ਕਰ ਸਕਦੇ ਹੋ ਹੋਰ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਜਾਣਕਾਰੀ ਜਿਵੇਂ ਤੁਸੀਂ ਕਹਿੰਦੇ ਹੋ ਮਨਜੀਤ ਜੀ ਬਹੁਤ ਜ਼ਿਆਦਾ ਆ ਬਾਹਰ ਬਿਲਕੁਲ ਅਸੀਂ ਹੁਣ ਜਦੋਂ ਮੈਨੂੰ ਹੁਣ ਕੋਰਸ ਕਰਾਉਂਦੇ ਹਾਂ ਅਸੀਂ ਭਾਵੇਂ ਸਾਡਾ ਸਭ ਵਾਲੰਟੀਅਰ ਕੰਮ ਹੀ ਹੋ ਜਾਂਦਾ ਆ ਜਦੋਂ ਕੋਰਸ ਕਰਾਉਂਦੇ ਹਾਂ ਮੈਂ ਆਪਣੇ ਲੋਕ ਬਹੁਤ ਘੱਟ ਦੇਖਦੀ ਹਾਂ ਮੈਂ ਕਹਿੰਦੀ ਸਾਡੀ ਕਮਿਊਨਿਟੀ ਭਰੀ ਪਈ ਆ ਹੁਣ ਜਦੋਂ ਗੁਰਦੁਆਰੇ ਕਰਾਉਂਦੇ ਹਾਂ ਉਦੋਂ 25-30 ਪੇਰੈਂਟਸ ਜਿਹੜੇ ਗ੍ਰੈਂਡ ਪੇਰੈਂਟਸ ਜ਼ਿਆਦਾ ਆਉਂਦੇ ਆ ਕਿਉਂਕਿ ਉਹ ਫਿਰ ਵੀ ਉੱਥੇ ਸਿੱਖਣ ਨੂੰ ਤਿਆਰ ਆ ਵੀ ਸਾਨੂੰ ਦੱਸੋ ਸਮਾਂ ਚੇਂਜ ਹੋ ਗਿਆ ਅਸੀਂ ਕੀ ਕਰੀਏ ਹੈ ਨਾ ਚਲੋ ਬਾਕੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਂਝਾ ਟੀਵੀ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ ਮੈਂ ਤੁਸੀਂ ਆਏ ਹੋ ਸਮਾਂ ਕੱਢਿਆ ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੀ ਵੇਖਣ ਸੁਣਨ ਵਾਲਿਆਂ ਨੂੰ ਤੁਸੀਂ ਦੇ ਕੇ ਚੱਲੇ ਹੋ ਅਤੇ ਉਮੀਦ ਹੈ ਕਿ ਮਾਪੇ ਨੇ ਜਿਹੜੇ ਖਾਸ ਤੌਰ 'ਤੇ ਉਹ ਪਹਿਲੀ ਵਾਰੀ ਮਾਪੇ ਜਾਂ ਪਹਿਲਾ ਬੱਚਾ ਹੈ ਉਹਨਾਂ ਦਾ ਮਾਪੇ ਬਣੇ ਨੇ ਅਤੇ ਉਹਨਾਂ ਦੇ ਕੰਮ ਦੀਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਬਹੁਤ ਸਾਰੀਆਂ ਅਸੀਂ ਕੀਤੀਆਂ ਨੇ ਭੈਣ ਜੀ ਹੋਰਾਂ ਨਾਲ ਜਾਂ ਇਹਨਾਂ ਦੀ ਜਿਹੜੀ ਵੈਬਸਾਈਟ ਹੈ ਉਹਦੇ 'ਤੇ ਜਾ ਕੇ ਵੀ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਟੈਲੀਫੋਨ 'ਤੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ ਭੈਣ ਤੁਹਾਡਾ ਹਾਂਜੀ ਜੇ ਕੋਈ ਬਹੁਤ ਜ਼ਰੂਰੀ ਹੋਵੇ ਤਾਂ 778-228-8163 ਜੇ ਕੋਈ ਕੋਰਸਾਂ ਦੀ ਜਾਣਕਾਰੀ ਲੈਣੀ ਹੋਵੇ ਤੁਸੀਂ ਤਾਂ ਮੈਨੂੰ ਇਹ ਮੇਰਾ ਫੋਨ ਹੈ ਪਰ ਮੈਂ ਨਹੀਂ ਇਹ ਨਹੀਂ ਚਾਹੁੰਦੀ ਵੀ ਮਾੜੀ ਮੋਟੀ ਹਰ ਕੋਈ ਹੁਣ ਜਿੱਦਾਂ ਕੋਈ ਪ੍ਰੋਬਲਮ ਲਈ ਕੋਈ ਮੈਂ ਪ੍ਰੋਬਲਮ ਸੋਲਵ ਨਹੀਂ ਕਰ ਸਕਦੀ ਕਿਉਂਕਿ ਯੂ ਤੇ ਹੁਣ ਕੋਈ ਆਪ ਮੈਨੂੰ ਸਵਾਲ ਪੁੱਛੇ ਵੀ ਤਾਂ ਜਿੰਦਰ ਤੱਕ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਇਨਫੋਰਮੇਸ਼ਨ ਚਾਹੀਦੀ ਆ ਤੇ ਤੁਸੀਂ ਮੋਰ ਦੈਨ ਐਨਾਫ ਹਾਂਜੀ ਥੈਂਕ ਯੂ ਭੈਣ ਜੀ ਥੈਂਕ ਯੂ ਤੁਸੀਂ ਆਏ ਜੀ ਬਹੁਤ 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 ਮਿਹਰਬਾਨੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਏਸੀ ਜੀ ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ ਅਗਲੇ ਹਫਤੇ ਤੱਕ ਸਾਰਾ ਕੁਝ ਠੀਕ ਠਾਕ ਰਿਹਾ ਤੇ ਫੇਰ ਆਵਾਂਗੇ ਫੇਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਏਸੇ ਸਟੂਡੀਓ 'ਚ ਏਸੇ ਚੇਅਰ 'ਤੇ ਬੈਠ ਕੇ ਉਦੋਂ ਤੱਕ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹਰਭਜਨ ਮਾਨ। ਕੱਚੇ ਕੱਚ ਦੇ ਕੰਗਣ ਪਾਹੀ ਪਾਇਆ ਨਾ ਕਰੋ, ਹਾਂ ਪਾਇਆ ਨਾ ਕਰੋ ਜੀ, ਟੁੱਟ ਜਾਣਗੇ, ਹਾਂ ਟੁੱਟ ਜਾਣਗੇ ਜੀ, ਬਹੁਤਾ ਛਿਣਕਾਇਆ ਨਾ ਕਰੋ। ਅੱਜ ਤਾਂ ਵਧਾਈਆਂ ਦੇਣੀਆਂ ਬਣਦੀਆਂ ਜੀ, ਕਿਉਂਕਿ ਤੁਹਾਡਾ ਸਾਂਝਾ ਟੀਵੀ ਅੱਜ USA ਵਿੱਚ ਸਲਿੰਗ ਟੀਵੀ 'ਤੇ ਲਾਂਚ ਹੋ ਰਿਹਾ।